ਸਾਕਾ ਨਨਕਾਣਾ ਵਰਤਿਆ ਕਿਉਂ? ਸਾਨੂੰ ਗੁਰਦੁਆਰਾ ਸੁਧਾਰ ਦੀ ਲੋੜ ਕਿਉਂ ਪੈ ਗਈ? 99 ਸਾਲ ਹੋ ਗਏ ਕਿ ਤੁਹਾਡੇ ਗੁਰਦੁਆਰਿਆਂ ਵਿੱਚੋਂ ਨਰੈਣੂ ਮਹੰਤ ਨਿਕਲ ਗਿਆ। ਪਰ ਮੈਨੂੰ ਦੁੱਖ ਲੱਗਦਾ ਜਦੋਂ ਅਖਬਾਰਾਂ ਦੀ ਸੁਰਖੀ ਸਾਡੇ ਗੁਰਦੁਆਰੇ ਬਣਦੇ ਨੇ, ਜਦੋਂ ਗੁਰਦੁਆਰਾ ਤੇ ਸਿੱਖ ਦੀ ਗੱਲ ਆਉਂਦੀ ਹੈ ਇਹਨੂੰ ਪੂਰਾ ਵਰਲਡ ਜਾਣਦਾ। ਜਦੋਂ ਕਿਸੇ ਗੁਰਦੁਆਰੇ ਦੀ ਖਬਰ ਲੱਗਦੀ ਹੈ ਨਾ, ਉਦੋਂ ਬਦਨਾਮੀ ਗੁਰਦੁਆਰੇ ਦੇ ਪ੍ਰਧਾਨ ਦੀ ਨਹੀਂ ਹੁੰਦੀ, ਸਾਡੀ ਸਿੱਖੀ ਦੇ ਉੱਤੇ ਉਂਗਲ ਉੱਠਦੀ। ਬੋਲੋ ਸਿੱਖੋ ਸੱਚ ਕਿ ਝੂਠ? ਜੇ ਅੱਜ ਮੈਂ ਸੱਚ ਨਾ ਬੋਲਿਆ ਤੇ ਸ਼ਹੀਦਾਂ ਨਾਲ ਮਜ਼ਾਕ ਹੋ ਜਾਣਾ। ਜੇ ਅੱਜ ਮੇਰੇ ਨਾਲ ਗੁਰਪ੍ਰੀਤ ਸਿੰਘ ਭੂਈ ਸੀ, ਜਿਹਨੂੰ ਕਾਲ ਕਰਦੇ ਸੀ, ਕਹਿੰਦੇ ਇੰਟਰਵਿਊ ਕਰਨੀ, ਕਹਿੰਦੇ ਆ ਜਾਓ, ਕਹਿੰਦੇ ਹਰਪ੍ਰੀਤ ਸਿੰਘ ਮਖੂ ਨੇ ਕਰਨੀ ਹੈ, ਕਹਿੰਦੇ ਸੋਚ ਕੇ ਦੱਸਾਂਗੇ। ਹਕੀਕਤ ਅੱਜ ਮੇਰੇ ਨਾਲ ਵਾਪਰੀ ਹੈ ਜੀ, 6 ਇੰਟਰਵਿਊ ਕਰਨੀਆਂ ਸੀ। ਪੁੱਛੋ, ਮੈਂ ਤਾਂ ਲਾਈਵ ਦੇ ਵਿੱਚ ਬੇਨਤੀਆਂ ਕਰਦਾ, ਬਾਪੂ ਦੀ ਗੋਦੀ ਵਿੱਚ ਕਰਦਾ, 6 ਇੰਟਰਵਿਊ ਕਰਨੀਆਂ ਸੀ। ਇੱਕ ਬੰਦੇ ਨੇ ਇੰਟਰਵਿਊ ਦਿੱਤੀ, 5 ਬੰਦਿਆਂ ਨੇ ਇੰਟਰਵਿਊ ਨਹੀਂ ਮੇਰੇ ਨਾਲ ਕੀਤੀ। ਕਿਉਂ? ਕਿਉਂਕਿ ਸਾਨੂੰ ਗੁਲਾਮ ਪੱਤਰਕਾਰ ਚਾਹੀਦੇ ਨੇ। ਫਿਰ ਪਤਾ ਕੀ ਕਹਿੰਦੇ ਨੇ, ਇੰਟਰਵਿਊ ਕਰੋ ਜੀ, ਹਰਪ੍ਰੀਤ ਸਿੰਘ ਮੱਕੂ ਇੰਟਰਵਿਊ ਕਰੇਗਾ, ਫਿਰ ਕਿਸੇ ਦਿਨ ਆ ਜਾ, ਜੇ ਅੱਜ ਬੜੇ ਬਿਜ਼ੀ ਆ, ਅੱਜ ਮੈਨੂੰ ਕੋਈ ਮਿਲਣ ਆਇਆ। ਉਹ ਮਿਲਣ ਆਇਆ ਤੇਰੇ ਮੋਢਿਆਂ ਤੇ ਚੜ੍ਹ ਕੇ ਥੋੜਾ ਬੈਠਾ ਵੀ ਅੱਧਾ ਘੰਟਾ ਕਿਸੇ ਦੇ ਅੱਗੇ ਬੋਲੀ ਵੀ ਨਾ। ਮੈਂ ਨਹੀਂ ਕਹਿੰਦਾ ਵੀ ਸਵੇਰੇ ਜਾ ਕੇ ਲੜਨ ਲੱਗ ਪਿਆ ਜੇ, ਪਰ ਜੇ ਸੰਗਤ ਅਵੇਅਰ ਹੋਵੇ ਨਾ, ਸੰਗਤ ਸੁਚੇਤ ਹੋਵੇ, ਤੇ ਕੋਈ ਵੀ ਗੁਰਦੁਆਰੇ ਦਾ ਪ੍ਰਬੰਧਕ ਗਲਤੀ ਕਰਨ ਵਾਰੀ ਲੱਖ ਵਾਰੀ ਸੋਚੇ। ਇਹਨਾਂ ਨੇ ਸ਼ਹਾਦਤਾਂ ਦਿੱਤੀਆਂ ਕਿਉਂ? ਗੁਰਦੁਆਰਿਆਂ ਦੇ ਸੁਧਾਰ ਵਾਸਤੇ। ਵੀ ਗੁਰਦੁਆਰਿਆਂ ਦਾ ਸੁਧਾਰ ਹੋ ਗਿਆ ਨਹੀਂ ਹੋਇਆ? ਕਿ ਤੁਹਾਨੂੰ ਅੱਜ ਗੁਰਦੁਆਰਾ ਸੁਧਾਰ ਲਹਿਰ ਦੀ ਲੋੜ ਨਹੀਂ? ਜੇ ਲਕਸ਼ਮਣ ਸਿੰਘ ਧਾਰੋਵਾਲੀ ਬਣਨਾ ਤੇ ਸਿਸਟਮ ਦੇ ਵਿਰੁੱਧ ਤੁਹਾਨੂੰ ਬੋਲਣਾ ਪੈਣਾ, ਤੇ ਜੇ ਸਿਸਟਮ ਦੇ ਵਿਰੁੱਧ ਨਹੀਂ ਬੋਲਣਾ, ਖਬਰਦਾਰ, ਇਹ ਸਾਕਾ ਨਨਕਾਣਾ ਮਨਾਇਆ। ਹਾਂ, ਲਕਸ਼ਮਣ ਸਿੰਘ ਧਾਰੋਵਾਲੀ ਤੇ ਮਾੜੇ ਸਿਸਟਮ ਦੇ ਵਿਰੁੱਧ ਬੋਲਿਆ ਨਾ, ਤੇ ਸ਼ਹਾਦਤਾਂ ਪਾਈਆਂ। ਤੇ ਜੇ ਅਸੀਂ ਮਾੜੇ ਸਿਸਟਮ ਦੇ ਵਿਰੁੱਧ ਨਹੀਂ ਬੋਲਣਾ, ਤੇ ਅਸੀਂ ਲਕਸ਼ਮਣ ਸਿੰਘ ਧਾਰੋਵਾਲ ਦੇ ਕੀ ਲੱਗਦੇ ਹਾਂ? ਬੋਲੋ ਨਾ ਜੀ। ਸਾਕਾ ਨਨਕਾਣਾ ਕੀ ਹੈ? ਸਾਕਾ ਨਨਕਾਣਾ ਗੁਰਦੁਆਰਿਆਂ ਦੇ ਸੁਧਾਰ ਲਈ ਕੀਤੀ ਹੋਈ ਕੁਰਬਾਨੀ ਹੈ, ਜਿਹਦੀ ਅੱਜ ਵੀ ਸਾਨੂੰ ਲੋੜ ਹੈ। 1921 ਵਿੱਚ ਸਾਕਾ ਵਾਪਰਿਆ ਤੇ 2021 ਦੇ ਵਿੱਚ ਅਸੀਂ ਕੀ ਮਨਾਵਾਂਗੇ? ਸ਼ਤਾਬਦੀ, 100 ਸਾਲਾ ਮਜ਼ਾਕ ਉਡਾਵਾਂਗੇ ਲਕਸ਼ਮਣ ਸਿੰਘ ਧਾਰੋਵਾਲੀ ਦਾ। ਵੀ ਲਕਸ਼ਮਣ ਸਿੰਘ ਧਾਰੋਵਾਲ, ਜਿਹੜੀ 100 ਸਾਲ ਪਹਿਲਾਂ ਤੂੰ ਕੁਰਬਾਨੀ ਕੀਤੀ ਸੀ ਗੁਰਦੁਆਰਿਆਂ ਦੇ ਸੁਧਾਰ ਦੇ ਵਾਸਤੇ, ਅਸੀਂ 100 ਸਾਲ ਬਾਅਦ ਵੀ ਉੱਥੇ ਹੀ ਖੜੇ ਹਾਂ, ਅਸੀਂ ਕੋਈ ਸੁਧਾਰ ਨਹੀਂ ਕੀਤਾ। ਮੈਂ ਕਹਿੰਦਾ ਸ਼ਤਾਬਦੀ ਤਾਂ ਮਨਾਇਆ ਜੇ ਸੱਚੀ ਮੁੱਚੀ ਤੁਹਾਡੇ ਗੁਰਦੁਆਰਿਆਂ ਦਾ ਸੁਧਾਰ ਹੋ ਗਿਆ, ਨਹੀਂ ਤੇ ਗੁਰਦੁਆਰਿਆਂ ਦੇ ਵਿੱਚ ਖਲੋ ਕੇ ਗੁਰੂ ਦੀ ਹਜ਼ੂਰੀ ਵਿੱਚ ਪ੍ਰਣ ਕਰਿਆ ਜੇ ਵੀ ਲਕਸ਼ਮਣ ਸਿੰਘ ਧਾਰੋਵਾਲ, ਜਿਹੜੀ ਗੁਰਦੁਆਰਾ ਸੁਧਾਰ ਲਹਿਰ ਤੁਸੀਂ ਆਰੰਭ ਕੀਤੀ ਸੀ ਨਾ, ਅੱਜ 100 ਸਾਲਾਂ ਬਾਅਦ ਉਹ ਅਸੀਂ ਮਹਿਸੂਸ ਕਰਦੇ ਹਾਂ ਵੀ ਸਾਡੇ ਗੁਰਦੁਆਰਿਆਂ ਦੇ ਵਿੱਚ ਸੁਧਾਰ ਨਹੀਂ ਹੋਇਆ। ਉਹ ਸਾਰੇ ਕੁਕਰਮ ਹੁੰਦੇ ਪਏ ਨੇ ਜਿਹੜੇ ਨਰੈਣੂ ਮਹੰਤ ਵੇਲੇ ਹੁੰਦੇ ਸੀ, ਤੇ ਅਸੀਂ ਵੀ ਆਪਣੇ ਗੁਰਦੁਆਰਿਆਂ ਵਿੱਚੋਂ ਸੁਧਾਰ ਦੀ ਲਹਿਰ ਛੇੜਨੀ ਚਾਹੁੰਦੇ ਹਾਂ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਈ ਮਾਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ ਰਾਤਰੀ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰਮੁਖ ਪਿਆਰੇ ਸਤਸੰਗੀ ਜਨੋ ਵਡਭਾਗੀ ਹੋ, ਮੇਰੇ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਮੇਰੇ ਤੋਂ ਪਹਿਲਾਂ ਰੱਬੀ ਬਾਣੀ ਦੇ ਕੀਰਤਨ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਪਟਿਆਲੇ ਵਾਲਿਆਂ ਦੀ ਰਸਨਾ ਤੋਂ ਸਰਬੱਤ ਸੰਗਤ ਨੇ ਸ਼ਰਵਣ ਕੀਤੇ ਨੇ। ਆਓ ਕੁਝ ਸਮਾਂ, ਕੁਝ ਘੜੀਆਂ ਗੁਰਮਤ ਵਿਚਾਰਧਾਰਾ ਦੇ ਨਾਲ ਜੁੜੀਏ। ਜੁੜਨ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ, ਸੰਗਤ ਦੇ ਅੰਦਰ ਪੂਰੀ ਇਕਾਗਰਤਾ ਦੀ ਦਾਤ ਪ੍ਰਦਾਨ ਕਰੋ, ਖਾਸ ਕਰਕੇ ਮੇਰੇ ਮੀਡੀਆ ਵਾਲੇ ਭਰਾ। ਮੈਂ ਖਾਸ ਕਰਕੇ ਸਪੈਸ਼ਲ ਤੌਰ ਤੇ ਬੇਨਤੀ ਆਪਣੇ ਮੀਡੀਆ ਵਾਲੇ ਭਰਾਵਾਂ ਨੂੰ ਕਰ ਰਿਹਾ ਵਾਂ ਵੀ ਕਿਰਪਾ ਕਰਕੇ ਇਕਾਗਰਤਾ ਦੀ ਦਾਤ, ਤੁਹਾਡੀ ਗੱਲਾਂ ਦੀ ਆਵਾਜ਼ ਨਾ ਆਵੇ ਤੇ ਸਾਰੀ ਸੰਗਤ ਇਕਾਗਰਤਾ ਦੀ ਦਾਤ ਬਖਸ਼ੋ, ਤੇ ਬਾਹਰੋਂ ਵੀ ਆਵਾਜ਼ ਥੋੜੀ ਜਿਹੀ ਘਟੇ ਤਾਂ ਕਿ ਆਪਾਂ ਇੱਕ ਮਾਹੌਲ ਦੇ ਵਿੱਚ ਸਮਾਂ ਲਾ ਸਕੀਏ। ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ, ਜਿੰਨੇ ਵੀ ਬੈਠੇ ਨੇ ਕਿਸੇ ਪੋਲੀਟੀਕਲ ਬੰਦੇ ਦੇ ਨਾਲ ਆਏ ਨੇ, ਸਤਿਕਾਰਯੋਗ ਹੈ, ਸਾਰੇ ਇਲਾਕੇ ਦੇ ਕੰਮ ਕਰਾਉਣੇ ਹੁੰਦੇ ਨੇ, ਪਰ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਹੈ। ਇਸ ਕਰਕੇ ਸਾਨੂੰ ਉਸ ਚੀਜ਼ ਦਾ ਮੇਨ ਖਿਆਲ ਤੇ ਧਿਆਨ ਰੱਖਣਾ ਪੈਣਾ। ਆਓ ਕੋਈ ਵੀ ਰਸਨਾਬੰਦੀ ਨਾ ਰਵੇ, ਸਾਰੀ ਸੰਗਤ ਇੱਕ ਮਨ ਇੱਕ ਚਿੱਤ ਹੋ ਕੇ ਕਰੋ ਫਤਿਹ ਦੀ ਸਾਂਝ, ਔਰ ਗਰਜਵੀ ਆਵਾਜ਼ ਦੇ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਰੱਬੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ, ਬੜਾ ਇਕਾਗਰਤਾ ਦਿਆ ਜੇ, ਔਰ ਹੁਣ ਤੁਸੀਂ ਕਥਾ ਵਿਚਾਰਾਂ ਦੀ ਸਾਂਝ ਦੇ ਲਈ ਜੁੜੇ ਹੋ।
ਇੱਕ ਬੇਨਤੀ ਆਰੰਭਤਾ ਦੇ ਵਿੱਚ ਕਰਦੇ ਹਾਂ। ਪਾਵਨ ਬਚਨ ਤੁਸੀਂ ਬੜੀ ਬੜੀ ਪੜਿਆ, ਸੱਚ ਸੁਣਾਏ ਸੀ, ਸੱਚ ਕੀ ਨਹੀਂ? ਇੰਨੀ ਆਵਾਜ਼ ਨਹੀਂ ਮੈਨੂੰ ਚਾਹੀਦੀ, ਮੈਨੂੰ ਆਵਾਜ਼ ਬੜੀ ਗਰਜਵੀਂ ਚਾਹੀਦੀ ਹੈ। ਬੋਲੋ, ਸੱਚ ਸੁਣਾਏ ਸੀ, ਸੱਚ ਕੀ ਬੇਲਾ? ਗੁਰਬਾਣੀ ਦਾ ਪਾਵਨ ਬਚਨ ਹੈ, ਮੈਂ ਆਪਣੇ ਕੋਲੋਂ ਤਾਂ ਨਹੀਂ ਕਹਿ ਰਿਹਾ। ਤੇ ਇਸ ਪਾਵਨ ਬਚਨ ਵਿੱਚ ਮੇਰੇ ਪਾਤਸ਼ਾਹ ਜੀ ਕਹਿੰਦੇ, ਵੇਲੇ ਦਾ ਸੱਚ ਸੁਣਾਓ, ਕਵੇਲੇ ਦੇ ਵੈਣ ਨਾ ਪਾਓ। ਵੀ ਵੇਲੇ ਦਾ ਜਿਹੜਾ ਸੱਚ ਹੈ ਨਾ, ਉਹ ਸੁਣਾਓ, ਪੇਸ਼ ਕਰੋ। ਤੇ ਅੱਜ ਦਾ ਵੇਲੇ ਦਾ ਸੱਚ ਕੀ ਹੈ, ਹੁਣ ਬਰੀਕੀ ਦੇ ਵਿੱਚ ਲਿਆ ਜੇ। ਹੁਣ ਜੇ ਤੇ ਤੁਸੀਂ ਕਹੋ ਵੀ ਸਾਖੀਆਂ ਦੇ ਰੂਪ ਦੇ ਵਿੱਚ ਸਾਕਾ ਨਨਕਾਣਾ ਸੁਣਾ, ਤੇ ਦੇਖੋ ਬਈ ਮੈਂ ਤੇ ਸੁਣਾ ਕੇ ਚਲਾ ਜਾਊਂਗਾ। ਪਰ ਜੇ ਦੱਸੋ ਤੇ ਪੁੱਛੋਗੇ ਵੀ ਸਾਕਾ ਨਨਕਾਣਾ ਵਰਤਿਆ ਕਿਉਂ, ਸਾਨੂੰ ਗੁਰਦੁਆਰਾ ਸੁਧਾਰ ਦੀ ਲੋੜ ਕਿਉਂ ਪੈ ਗਈ? 99 ਸਾਲ ਹੋ ਗਏ ਕਿ ਤੁਹਾਡੇ ਗੁਰਦੁਆਰਿਆਂ ਵਿੱਚੋਂ ਨਰੈਣੂ ਮਹੰਤ ਨਿਕਲ ਗਿਆ। ਬੋਲੋ ਵੀ ਸਿੱਖੋ, ਹੁਣ ਗੱਲ ਤੇ ਆ ਹੈ। ਜਾਂ ਤੇ ਤੁਸੀਂ ਇੱਕ ਕੰਮ ਕਰੋਗੇ ਵੀ ਅੱਜ ਤੋਂ ਬਾਅਦ ਇੱਕ ਪੱਕਾ ਮਤਾ ਪਾ ਦਿਓਗੇ ਵੀ ਅਸੀਂ ਨਹੀਂ ਇਹ ਕਥਾਵਾਚਕ ਸੱਦਣਾ। ਕਿਉਂ? ਕਿਉਂਕਿ ਸੱਚ ਬੋਲਦਾ ਤੇ ਮੈਨੂੰ ਕੋਈ ਦਿੱਕਤ ਨਹੀਂ ਆਉਣੀ। ਮੈਂ ਕਹਾਂਗਾ ਚਲੋ ਮਨਾ, ਸੱਚ ਦਾ ਹੋਕਾ ਦਿੱਤਾ ਸੀ, ਕਥਾ ਬੰਦ ਕਰਵਾ ਦਿੱਤੀ, ਹੋਰ ਕੋਈ ਦੋਸ਼ ਤੇ ਨਹੀਂ ਨਾ ਲੱਗਾ, ਮੈਨੂੰ ਖੁਸ਼ੀ ਹੋਵੇਗੀ, ਮੈਨੂੰ ਪ੍ਰਸੰਨਤਾ ਹੋਵੇਗੀ। ਮੈਂ ਕਹਿੰਦਾ ਵੀ 99 ਈਅਰ, ਆਪਾਂ 99 ਸਾਲ ਹੋ ਗਏ। 1921 ਦੇ ਵਿੱਚ ਸਾਕਾ ਵਾਪਰਿਆ, 2020 ਆ ਗਿਆ, ਕਿੰਨਾ ਗਿਆ? ਤੇ ਅਗਲਾ ਸਾਲ ਆਪਾਂ ਕੀ ਕਰਨਾ? ਆਪਾਂ ਇਹਨਾਂ ਸ਼ਹੀਦਾਂ ਦੀ ਮਨਾਉਣੀ ਹੈ ਸ਼ਤਾਬਦੀ। ਮੈਂ ਕਹਿੰਦਾ ਸ਼ਤਾਬਦੀ ਤਾਂ ਮਨਾਇਆ ਜੇ ਸੱਚੀ ਮੁੱਚੀ ਤੁਹਾਡੇ ਗੁਰਦੁਆਰਿਆਂ ਦਾ ਸੁਧਾਰ ਹੋ ਗਿਆ, ਨਹੀਂ ਤੇ ਗੁਰਦੁਆਰਿਆਂ ਦੇ ਵਿੱਚ ਖਲੋ ਕੇ ਗੁਰੂ ਦੀ ਹਜ਼ੂਰੀ ਵਿੱਚ ਪ੍ਰਣ ਕਰਿਆ ਜੇ ਵੀ ਲਕਸ਼ਮਣ ਸਿੰਘ ਧਾਰੋਵਾਲ, ਜਿਹੜੀ ਗੁਰਦੁਆਰਾ ਸੁਧਾਰ ਲਹਿਰ ਤੁਸੀਂ ਆਰੰਭ ਕੀਤੀ ਸੀ ਨਾ, ਅੱਜ 100 ਸਾਲਾਂ ਬਾਅਦ ਉਹ ਅਸੀਂ ਮਹਿਸੂਸ ਕਰਦੇ ਹਾਂ ਵੀ ਸਾਡੇ ਗੁਰਦੁਆਰਿਆਂ ਦੇ ਵਿੱਚ ਸੁਧਾਰ ਨਹੀਂ ਹੋਇਆ। ਉਹ ਸਾਰੇ ਕੁਕਰਮ ਹੁੰਦੇ ਪਏ ਨੇ ਜਿਹੜੇ ਨਰੈਣੂ ਮਹੰਤ ਵੇਲੇ ਹੁੰਦੇ ਸੀ, ਤੇ ਅਸੀਂ ਵੀ ਆਪਣੇ ਗੁਰਦੁਆਰਿਆਂ ਵਿੱਚੋਂ ਸੁਧਾਰ ਦੀ ਲਹਿਰ ਛੇੜਨੀ ਚਾਹੁੰਦੇ ਹਾਂ। ਬੋਲੋ ਵੀ ਸਿੱਖੋ, ਸੱਚ ਤੇ ਹੁਣ ਇਹ ਹੈ ਨਾ, ਹੁਣ ਜੇ ਤੇ ਸੁਣਨਾ ਕੌੜਾ ਸੱਚ ਤੇ ਇਹ ਹੈ। ਮੈਂ ਕਹਿੰਦਾ ਵੀ ਇੱਕ ਛੋਟੀ ਜਿਹੀ ਤੁਹਾਡੇ ਨਾਲ ਇੱਕ ਬੇਨਤੀ ਲੱਗਾ ਕਰਨ, ਭੈਣੋ ਬੜੀ ਇਕਾਗਰਤਾ ਦੇ ਅੱਜ ਮੇਰੀਆਂ ਭੈਣਾਂ, ਪੂਰੀ ਇਕਾਗਰਤਾ। ਅੱਜ ਤੋਂ 2 ਸਾਲ ਪਹਿਲਾਂ ਧਾਰੋਵਾਲੀ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੈ ਜਾਂਦਾ ਹੈ, ਤੇ ਜਦੋਂ ਬਟਾਲੇ ਤੋਂ ਡੇਰਾ ਬਾਬਾ ਨਾਨਕ ਰੋਡ ਤੇ ਜਾਂਦੇ ਹੋ ਨਾ, ਤੇ ਰਸਤੇ ਦੇ ਅੰਦਰ ਇਹ ਨਗਰ ਪੈਂਦਾ ਧਾਰੋਵਾਲੀ। ਫਿਰ ਇੱਕ ਵਾਰੀ ਸੁਣ ਦਿਓ, ਕਿਹੜਾ ਨਗਰ ਜੀ? ਧਾਰੋਵਾਲੀ। ਇੱਕ ਵਾਰੀ ਫਿਰ ਗੱਜ ਕੇ ਬੋਲ ਦਿਓ, ਕਿਹੜਾ ਨਗਰ ਜੀ? ਧਾਰੋਵਾਲੀ। ਤੇ ਧਾਰੋਵਾਲੀ ਪਿੰਡ ਦਾ ਰਹਿਣ ਵਾਲਾ ਸੀ ਸਰਦਾਰ ਲਕਸ਼ਮਣ ਸਿੰਘ, ਜਿਹਨਾਂ ਨੂੰ ਜੰਡ ਦੇ ਨਾਲ ਬੰਨ ਕੇ ਤੇ ਜਿਉਂਦਾ ਸਾੜਿਆ ਗਿਆ ਸੀ। ਤੇ ਉਸ ਪਿੰਡ ਦੇ ਵਿੱਚੋਂ ਮੈਨੂੰ ਸੱਦਾ ਆਇਆ, ਕਹਿੰਦੇ ਭਾਈ ਸਾਹਿਬ, ਉਸ ਪਿੰਡ ਦੇ ਵਿੱਚ ਮੇਰੀ ਭੂਆ ਵਿਆਹੀ ਹੈ ਤੇ ਮੈਂ ਉਸ ਪਿੰਡ ਦੇ ਵਿੱਚ ਅਕਸਰ ਜਾਂਦਾ ਵਾਂ। ਉਸ ਪਿੰਡ ਦੇ ਵਿੱਚ ਗੁਰੂ ਕੇ ਕੀਰਤਨੀਆਂ ਨੇ, ਜਿਵੇਂ ਇੱਥੇ ਗੁਰੂ ਕੇ ਕੀਰਤਨੀਆਂ ਬੜਾ ਪਿਆਰ ਕਰਦੇ ਨੇ, ਬਾਹਰ ਲੈਣ ਦੇ ਲਈ ਖਲੋਤੇ ਸਨ ਕਿ ਉਹ ਬੜੇ ਪਿਆਰ ਕਰਦੇ ਨੇ। ਉਸ ਪਿੰਡ ਦੇ ਵਿੱਚੋਂ ਭੈਣੋ ਮੈਨੂੰ ਸੁਣਿਆ ਆ ਗਿਆ, ਮੈਨੂੰ ਕਹਿੰਦੇ ਭਾਈ ਸਾਹਿਬ, ਸਾਡੇ ਪਿੰਡ ਦੇ ਵਿੱਚ 21 ਫਰਵਰੀ ਦਾ ਸਮਾਗਮ ਰੱਖਿਆ ਤੇ ਤੁਸੀਂ ਕਥਾ ਕਰਨੀ ਹੈ। ਹੁਣ ਧਿਆਨ ਦੇ ਕੇ ਸੁਣਿਆ ਜੇ, 21 ਫਰਵਰੀ ਦਾ, ਆਵਾਜ਼ ਕੱਢੋ ਨਾ, 21 ਫਰਵਰੀ ਦਾ ਸਮਾਗਮ ਹੈ ਤੇ ਤੁਸੀਂ ਕਥਾ ਕਰਨੀ ਹੈ। ਮੈਂ ਕਿਹਾ ਜੀ ਸਮਾਂ ਕਿੰਨਾ? ਕਹਿੰਦੇ ਕਰੀਬ 1.5 ਘੰਟਾ। ਮੈਂ ਕਿਹਾ ਜੀ ਮੈਂ ਹਾਜ਼ਰ ਹੋ ਜਾਵਾਂਗਾ, ਹੁਣ ਮੈਂ ਸ਼ਹੀਦਾਂ ਦੀ ਥਾਂ ਤੇ ਜਾਣਾ। ਦੇਖੋ ਭਾਈ ਲਕਸ਼ਮਣ ਸਿੰਘ ਧਾਰੋਵਾਲੀ ਕੌਮ ਦਾ ਮਹਾਨ ਸ਼ਹੀਦ ਹੈ, ਉਹਨਾਂ ਦੇ ਨਗਰ ਦੇ ਵਿੱਚ ਜਾਣਾ। ਮੈਂ ਤੁਹਾਨੂੰ ਪੁੱਛਦਾ, ਮੈਂ ਜਿੰਨੇ ਤੁਸੀਂ ਬੈਠੇ ਹੋ, ਮੈਨੂੰ ਗੁਰੂ ਦੀ ਗੋਦੀ ਵਿੱਚ ਸੱਚ ਬੋਲਣਾ ਚਾਹੀਦਾ ਕਿ ਝੂਠ ਬੋਲਣਾ ਚਾਹੀਦਾ? ਜਵਾਬ ਦਿਓ। ਸੱਚ ਬੋਲਣਾ ਚਾਹੀਦਾ ਨਾ। ਮੈਂ ਮੰਨਦਾ ਮੈਂ ਸੱਚ ਬੋਲ ਕੇ ਮੈਂ ਬੜੇ ਖਮਿਆਜ਼ੇ ਭੁਗਤੇ ਜੇ। 2 ਸਾਲ ਪਹਿਲਾਂ ਮੇਰੇ ਤੇ 7 ਗੋਲੀਆਂ ਚੱਲੀਆਂ, ਇਰਾਦਾ ਕਤਲ ਮੇਰੇ ਵੱਲੋਂ ਲੱਗੀ ਹੋਈ ਜੇ, ਅਜੇ ਤੱਕ ਕੋਈ ਵੀ ਮੈਨੂੰ ਨਿਆਂ ਨਹੀਂ ਮਿਲਿਆ, ਇਨਕੁਆਇਰੀ ਮੇਰੀ ਪੈਂਦੀ ਜੀ। ਇਹ ਮੈਂ ਬੇਨਤੀ ਕਰਦੇ ਹਾਂ, ਜੇ ਸੱਚ ਦਾ ਹੋਕਾ ਦੇਣਾ ਨਾ, ਤੇ ਥੋੜੀ ਜਿਹੀ ਮੈਂਟਲੀ ਪ੍ਰਪੇਅਰ ਹੋ ਕੇ ਚੱਲੋ ਵੀ ਤੁਸੀਂ ਕੰਫਰਟ ਜ਼ੋਨ ਦੇ ਵਿੱਚ ਨਹੀਂ ਰਹਿ ਸਕਦੇ, ਇਹ ਹਕੀਕਤ ਹੈ। ਜੇ ਸੱਚ ਦਾ ਹੋਕਾ ਦੇਣਾ ਤੇ ਜੇ ਮਿਲਵਰਤਨ ਜਿਹਾ ਕਰਕੇ ਚੱਲਣਾ, ਫਿਰ ਤੁਸੀਂ ਕੰਫਰਟ ਜ਼ੋਨ ਵਿੱਚ ਰਹਿ ਸਕਦੇ ਹੋ, ਫਿਰ ਤੁਹਾਡੇ ਤੇ ਗੋਲੀਆਂ ਨਹੀਂ ਚੱਲਦੀਆਂ, ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ, ਫਿਰ ਤੁਹਾਡੇ ਲੀਗਲ ਕੰਮ ਤੇ ਹੁੰਦੇ ਨੇ, ਤੁਹਾਡੇ ਇਲੀਗਲ ਕੰਮ ਵੀ ਹੋਈ ਜਾਂਦੇ ਨੇ। ਤੇ ਜੇ ਸੱਚ ਦਾ ਹੋਕਾ ਦੇਣਾ ਨਾ, ਤੇ ਤੁਹਾਡੀ ਇੱਕ ਇੱਕ ਬਰੀਕੀ ਨੋਟ ਹੁੰਦੀ। ਬੋਲੋ ਵੀ ਸੱਚ ਹੈ ਕਿ ਝੂਠ ਹੈ? ਬੋਲੋ ਭੈਣੋ, ਸੱਚ ਹੈ ਨਾ? ਇੱਕ ਇੱਕ ਬਰੀਕੀ ਨੋਟ ਹੁੰਦੀ ਹੈ। ਤੇ ਜਦੋਂ ਪਿੰਡ ਦੇ ਵਿੱਚ ਗਿਆ, ਮੈਂ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਇਆ, ਮੇਰੇ ਅੰਦਰੋਂ ਇੱਕ ਆਵਾਜ਼ ਆਈ, ਸੂਖਸ਼ਮ ਆਵਾਜ਼, ਤੁਹਾਡੇ ਅੰਦਰੋਂ ਵੀ ਆਉਂਦੀ ਹੈ ਤੇ ਮੇਰੇ ਅੰਦਰੋਂ ਵੀ ਆਉਂਦੀ ਹੈ। ਬੋਲੋ, ਤੁਹਾਡੇ ਅੰਦਰੋਂ? ਭੈਣੋ ਇੱਕ ਗੱਲ ਕਹਾਂ, ਜਦੋਂ ਆਪਾਂ ਗਲਤ ਕੰਮ ਕਰਦੇ ਹਾਂ ਨਾ, ਕੋਈ ਵੀ ਮੰਨ ਲਓ ਕਿਸੇ ਨੇ ਸਾਨੂੰ ਨਹੀਂ ਵੇਖਿਆ, ਹੋ ਸਕਦਾ ਮੈਂ ਗਲਤ ਕੰਮ ਕਰਾਂ ਤੇ ਮੈਂ ਕਹਾਂ ਮੈਨੂੰ ਕਿਹੜਾ ਕਿਸੇ ਨੇ ਵੇਖਿਆ, ਤੇ ਜਿੱਥੇ ਮੈਂ ਗਲਤ ਕੰਮ ਕੀਤਾ ਉੱਥੇ ਤੇ ਸੀਸੀਟੀਵੀ ਕੈਮਰਾ ਵੀ ਨਹੀਂ ਸੀ ਲੱਗਾ ਹੋਇਆ। ਬੋਲੋ ਬਈ, ਉਹ ਤੇ ਸੀਸੀਟੀਵੀ ਕੈਮਰਾ ਨਹੀਂ ਸੀ ਲੱਗਾ ਹੋਇਆ। ਪਰ ਜਦੋਂ ਮੈਂ ਸੌਣ ਲੱਗਾਂਗਾ ਨਾ, ਇੱਕ ਚੀਜ਼ ਚੇਤੇ ਰੱਖਿਆ, ਜੇ ਮੰਨਿਆ ਕਿਸੇ ਨੂੰ ਨਹੀਂ ਪਤਾ ਲੱਗਾ,
ਪਰ ਜਦੋਂ ਸੌਣ ਲੱਗਾਂਗਾ ਅੱਜ ਨੀਂਦ ਕੱਲ ਵਾਲੀ ਨਹੀਂ ਆ ਰਹੀ। ਬੋਲੋ ਅੱਜ ਨੀਂਦ ਕੱਲ ਵਾਲੀ ਨਹੀਂ ਆ ਰਹੀ। ਅੱਜ ਬੇਚੈਨੀ ਹੈ, ਅੱਜ ਮੈਂ ਪਾਸੇ ਮਾਰਦਾ ਪਿਆ ਵਾਂ, ਅੱਜ ਮੈਂ ਆਪਣੇ ਆਪ ਤੇ ਬੋਝ ਮਹਿਸੂਸ ਕਰਦਾ ਵਾਂ ਤੇ ਮੇਰੀ ਆਤਮਾ ਮੈਨੂੰ ਲਾਹਨਤਾਂ ਪਾ ਰਹੀ ਹੈ ਵੀ ਆਹ ਗਲਤ ਕੰਮ ਤੂੰ ਕਰਕੇ ਆਇਆ, ਤੈਨੂੰ ਕਿਸੇ ਨੇ ਨਹੀਂ ਵੇਖਿਆ ਪਰ ਤੇਰੇ ਅੰਤਰ ਆਤਮੇ ਨੇ ਤੈਨੂੰ ਜ਼ਰੂਰ ਤੱਕਿਆ। ਆਖੋ ਸਤਨਾਮ ਸ੍ਰੀ। ਤੇ ਭੈਣੋ ਜਿੱਦਣ ਮੈਂ ਕੋਈ ਚੰਗਾ ਕੰਮ ਕਰਾਂਗਾ, ਮੰਨਿਆ ਮੈਨੂੰ ਕਿਸੇ ਚੰਗੇ ਕੰਮ ਤੇ ਕਿਸੇ ਨੇ ਸ਼ਾਬਾਸ਼ ਨਹੀਂ ਦਿੱਤੀ, ਮੰਨ ਲਓ ਮੈਨੂੰ ਕਿਸੇ ਨੇ ਸ਼ਾਬਾਸ਼ ਨਹੀਂ ਦਿੱਤੀ, ਮੈਨੂੰ ਕਿਸੇ ਨੇ ਚੰਗਾ ਨਹੀਂ ਕਿਹਾ, ਪਰ ਜਦੋਂ ਅੱਜ ਮੈਂ ਸੌਣ ਲੱਗਾਂਗਾ ਨਾ ਤੇ ਮੈਂ ਹਲਕਾ ਹਲਕਾ ਜਿਹਾ ਮਹਿਸੂਸ ਕਰਾਂਗਾ। ਬੋਲੋ ਬਾਈ, ਬੋਲੋ ਸੱਚ ਹੈ ਕਿ ਨਹੀਂ? ਹਲਕਾ ਜਿਹਾ ਮਹਿਸੂਸ ਕਰਾਂਗਾ ਜਦੋਂ ਸੌਣ ਲੱਗਾਂਗਾ ਨਾ, ਮੈਨੂੰ ਕਿਸੇ ਨੇ ਸ਼ਾਬਾਸ਼ ਨਹੀਂ ਦਿੱਤੀ ਪਰ ਮੇਰਾ ਅੰਤਰ ਆਤਮਾ ਮੈਨੂੰ ਸ਼ਾਬਾਸ਼ ਦੇਵੇਗਾ ਕਿ ਬਹੁਤ ਵਧੀਆ ਕੰਮ ਕਰਕੇ ਆਇਆ। ਬੋਲੋ ਸਿੱਖੋ, ਸੱਚ ਹੈ ਕਿ ਝੂਠ ਹੈ? ਸੱਚ ਹੈ ਨਾ? ਇਸ ਕਰਕੇ ਦੇਖੋ, ਮੇਰਾ ਕੋਈ ਮਿੱਤਰ ਹੋਵੇਗਾ ਉਹਨੂੰ ਪੁੱਛੋਗੇ ਮਖੂ ਕਿਵੇਂ, ਉਹ ਕਹਿੰਦਾ ਬੰਦਾ ਬਹੁਤ ਵਧੀਆ। ਤੇ ਮੇਰਾ ਕੋਈ ਵਿਰੋਧੀ ਹੋਵੇਗਾ ਉਹਨੂੰ ਪੁੱਛੋਗੇ ਮਖੂ ਕਿਵੇਂ, ਉਹਨੇ ਕਹਿਣਾ ਇਹਦੇ ਵਰਗਾ ਮਾੜਾ ਬੰਦਾ ਹੀ ਕੋਈ ਨਹੀਂ। ਹੁਣ ਜਿਹੜਾ ਮੇਰੇ ਗੁਣਾਂ ਤੋਂ ਜਾਣੂ ਹੈ ਉਹ ਮੇਰੇ ਗੁਣ ਬਿਆਨ ਦੇਗਾ, ਜਿਹੜਾ ਮੇਰੇ ਔਗਣਾਂ ਤੋਂ ਜਾਣੂ ਹੈ ਉਹ ਮੇਰੇ ਔਗਣ ਬਿਆਨ ਦੇਵੇਗਾ, ਪਰ ਮੇਰਾ ਅੰਤਰ ਆਤਮਾ ਤੇ ਮੇਰੇ ਗੁਣਾਂ ਔਗਣਾਂ ਦੋਵਾਂ ਤੋਂ ਜਾਣੂ ਹੈ ਨਾ। ਅਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਤਾਂ ਬੇਨਤੀ ਕਰਦਾ ਵੀ ਮੈਂ ਆਪਣੇ ਅੰਤਰ ਆਤਮੇ ਨੂੰ ਪੁੱਛਿਆ, ਜਿਹੜੀ ਸੂਖਸ਼ਮ ਆਵਾਜ਼ ਸਾਡੇ ਅੰਦਰ ਚੱਲਦੀ ਹੈ ਨਾ, ਸੁਣਨੀ ਚਾਹੀਦੀ ਹੈ। ਬੋਲੋ ਬਈ, ਸੁਣਨੀ। ਕਦੀ ਵੀ ਤੁਸੀਂ ਇੱਕ ਚੀਜ਼ ਨੋਟ ਕਰਿਆ, ਜਿਹੜਾ ਕਿਸੇ ਦਾ ਮਰਡਰ ਕਰਦਾ ਹੈ, ਬੋਲੋ, ਜਿਹੜਾ ਕਿਸੇ ਦਾ ਮਰਡਰ ਕਰਦਾ ਹੈ ਜਾਂ ਕਿਸੇ ਨਾਲ ਰੇਪ ਕਰਦਾ ਹੈ, ਮੈਂ ਦੋਵੇਂ ਬੇਨਤੀਆਂ ਲੱਗਾ ਮੈਂ ਕਰਨ, ਬੜੀ ਗੌਰ ਦੇ ਵਿੱਚ ਰਿਹਾ ਜੇ, ਕੋਈ ਵੀ ਆਦਮੀ ਨਸ਼ਾ ਕੀਤੇ ਬਿਨਾਂ ਇਹ ਕੰਮ ਨਹੀਂ ਕਰ ਸਕਦਾ। ਪਤਾ ਕਿਉਂ? ਜਦੋਂ ਮੈਂ ਕਿਸੇ ਦਾ ਮਰਡਰ ਕਰਨ ਲੱਗਾਂਗਾ ਨਾ ਤੇ ਮੇਰੇ ਅੰਦਰੋਂ ਇੱਕ ਆਵਾਜ਼ ਆਏਗੀ, ਨਾ ਤੈਨੂੰ ਕਿਸਨੇ ਹੱਕ ਦਿੱਤਾ ਉਹਦੀ ਜ਼ਿੰਦਗੀ ਨੂੰ ਖਤਮ ਕਰਨ ਦਾ। ਮੇਰੇ ਅੰਦਰੋਂ ਸੂਖਸ਼ਮ ਆਵਾਜ਼ ਆਵੇਗੀ, ਫਿਰ ਮੈਂ ਨਸ਼ਾ ਕਰਕੇ ਉਸ ਆਵਾਜ਼ ਨੂੰ ਦਬਾਵਾਂਗਾ, ਉਸ ਆਵਾਜ਼ ਨੂੰ ਮਾਰਾਂਗਾ ਤੇ ਫਿਰ ਕਿਸੇ ਦਾ ਮਰਡਰ ਕਰਾਂਗਾ। ਆਖੋ ਸਤਨਾਮ ਸ੍ਰੀ। ਇਹ ਸੂਖਸ਼ਮ ਆਵਾਜ਼ ਤੁਹਾਡੇ ਅੰਦਰੋਂ ਵੀ ਆਉਂਦੀ ਹੈ। ਬੋਲੋ ਬਈ, ਆਉਂਦੀ ਹੈ? ਬੋਲੋ ਨਾ ਹੁਣ ਭੈਣੋ, ਆਉਂਦੀ ਹੈ ਨਾ? ਇਹ ਮੇਰੇ ਅੰਦਰੋਂ ਵੀ ਆਉਂਦੀ ਹੈ ਤੇ ਮੈਂ ਉਸ ਆਵਾਜ਼ ਨੂੰ ਮਰਨ ਨਹੀਂ ਦੇਣਾ ਚਾਹੁੰਦਾ, ਮੈਂ ਉਸ ਆਵਾਜ਼ ਨੂੰ ਸੁਣਿਆ ਤੇ ਮੇਰੇ ਅੰਦਰੋਂ ਆਵਾਜ਼ ਆਈ, ਮਨਾ ਜੇ ਲਛਮਣ ਸਿੰਘ ਧਾਰੋ ਵਾਲੀ ਦੇ ਪਿੰਡ ਦੇ ਵਿੱਚ ਆਇਆ ਤੇ ਸੱਚ ਦਾ ਹੋਕਾ ਦੇ ਕੇ ਜਾਈ, ਮੈਂ ਉਸ ਜਗ੍ਹਾ ਦੇ ਉੱਪਰ ਜਾ ਕੇ ਜੋ ਤੁਹਾਡੇ ਨਾਲ ਲੱਗਾ ਮੈਂ ਸੁਣਾਉਣ ਤੇ ਮੈਂ ਬਿਆਨ ਦਿੱਤਾ। ਮੈਂ ਕਿਹਾ ਜੀ, ਜਿਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜੇ ਆ, ਪਹਿਲਾਂ ਵੇਖੋ ਵੀ ਉਹਨਾਂ ਨੂੰ ਸ਼ਹਾਦਤਾਂ ਦੇਣ ਦੀ ਲੋੜ ਕਿਉਂ ਪਈ? ਬੋਲੋ, ਮੁੱਦਾ ਤੇ ਆਇਆ ਨਾ ਜੀ, ਮੁੱਦਾ ਤੇ ਆਇਆ, ਸ਼ਹਾਦਤਾਂ ਦੇਣ ਦੀ ਲੋੜ ਕਿਉਂ ਪਈ? ਕਿਉਂਕਿ ਸਾਡੇ ਗੁਰਧਾਮਾਂ ਤੇ ਮਹੰਤਾਂ ਦਾ ਕਬਜ਼ਾ ਹੋ ਗਿਆ, ਗੁਰੂ ਕੀ ਗੋਲਕ ਦੀ ਦੁਰਵਰਤੋਂ ਹੋਣ ਲੱਗੀ। ਬੋਲੋ, ਗੁਰੂ ਕੀ ਗੋਲਕ ਦੀ। ਇੱਕ ਕੌੜੀ ਜੀ ਗੱਲ ਕਹਿ ਦਿਆਂ, ਮੈਨੂੰ ਨੀ ਪਤਾ ਚੰਗੀ ਲੱਗਣੀ ਕਿ ਨਹੀਂ ਲੱਗਣੀ, ਜਿੰਨਾ ਵੈਸੇ ਤੁਹਾਡੇ ਦਿੱਲੀ ਦਾ ਮਸਲਾ ਦੁਨੀਆਂ ਦੇ ਵਿੱਚ ਜਾਂਦਾ, ਜਿੰਨਾ ਗੁੱਸਾ ਨਾ ਮੇਰੀ ਗੱਲ ਦਾ ਕਰਿਆ ਜੇ, ਇੰਨਾ ਸ਼ਾਇਦ ਹੀ ਹੋਰ ਕਿਸੇ ਬੋਰਡ ਦਾ ਮਾਮਲਾ ਅਖਬਾਰਾਂ ਦੀ ਸੁਰਖੀ ਬਣਦਾ ਹੋਵੇ। ਬੋਲੋ ਬਈ, ਗੱਲਾਂ ਕੌੜੀਆਂ ਨੇ? ਮੈਂ ਤੇ ਅੱਜ ਇੰਟਰਵਿਊ ਵੀ ਕਰਕੇ ਆਇਆ ਵਾਂ, ਅੱਜ ਇੰਟਰਵਿਊ ਕੀਤੀ ਹੈ, ਪਰ ਮੈਨੂੰ ਕੋਈ ਖਤਰਾ ਥੋੜਾ? ਮੈਂ ਤੇ ਕਹਿੰਦਾ ਮੇਰੀ ਅਰੈਸਟ ਪਵਾਵੇ ਕੋਈ, ਮੈਂ ਰਾਤ ਨੂੰ ਜਾਣਾ, ਮੇਰੀ ਅਰੈਸਟ ਪਵਾਵੇ ਕਿਤੋਂ ਵੀ ਪਵਾਵੇ, ਮੈਨੂੰ ਕੋਈ ਚਿੰਤਾ ਨਹੀਂ ਹੈ, ਕਿਉਂਕਿ ਮੈਂ ਜੇ ਸੱਚ ਦੀ ਗੱਲ ਕੀਤੀ ਹੈ ਤੇ ਕੀਤੀ ਹੈ। ਮੈਂ ਮੌਜੂਦਾ ਪ੍ਰਧਾਨ ਤੇ ਵੀ ਸਵਾਲ ਖੜੇ ਕੀਤੇ ਨੇ, ਮੈਂ ਸਾਬਕਾ ਪ੍ਰਧਾਨ ਤੇ ਵੀ ਸਵਾਲ ਖੜੇ ਕੀਤੇ ਨੇ, ਔਰ ਇਹਦੇ ਵੀ ਤੁਹਾਡੇ ਕੋਲ ਕੀਤੇ ਨੇ, ਮੈਂ ਮੂੰਹ ਤੇ ਬਹਿ ਕੇ ਕੀਤੇ ਨੇ। ਅੱਜ ਮੈਂ ਸਵੇਰੇ ਇੱਥੇ ਕਰੀਬ 10 ਵਜੇ ਪਹੁੰਚ ਗਿਆ ਸੀ, ਔਰ ਮੈਨੂੰ ਦੁੱਖ ਲੱਗਦਾ ਜਦੋਂ ਅਖਬਾਰਾਂ ਦੀ ਸੁਰਖੀ ਸਾਡੇ ਗੁਰਦੁਆਰੇ ਬਣਦੇ ਨੇ। ਇੱਕ ਚੀਜ਼ ਚੇਤੇ ਰੱਖਿਆ ਜੀ, ਹਰਪ੍ਰੀਤ ਸਿੰਘ ਮਖੂ ਨੂੰ ਕਿੰਨੇ ਕੁ ਜਾਣਦੇ ਹੋਣਗੇ? ਬੋਲੋ, ਹਰਪ੍ਰੀਤ ਸਿੰਘ ਮਖੂ ਨੂੰ ਕਿੰਨੇ ਕੁ ਜਾਣਦੇ ਹੋਣਗੇ? 1000 ਬੰਦਾ, 2000 ਬੰਦਾ, 10000 ਬੰਦਾ ਜਾਣਦਾ ਹੋਵੇਗਾ। ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਾਂ ਗਿਆਨੀ ਜੀ ਨੂੰ ਕਿੰਨੇ ਜਾਣਦੇ ਹੋਣਗੇ? ਇਲਾਕੇ ਦੇ ਲੋਕ ਜਾਣਦੇ ਹੋਣਗੇ, ਪਰ ਜਦੋਂ ਗੁਰਦੁਆਰਾ ਤੇ ਸਿੱਖ ਦੀ ਗੱਲ ਆਉਂਦੀ ਹੈ ਇਹਨੂੰ ਪੂਰਾ ਵਰਲਡ ਜਾਣਦਾ। ਆਖੋ ਸਤਨਾਮ ਸ੍ਰੀ। ਤੇ ਜਦੋਂ ਕਿਸੇ ਗੁਰਦੁਆਰੇ ਦੀ ਖਬਰ ਲੱਗਦੀ ਹੈ ਨਾ, ਉਦੋਂ ਬਦਨਾਮੀ ਗੁਰਦੁਆਰੇ ਦੇ ਪ੍ਰਧਾਨ ਦੀ ਨਹੀਂ ਹੁੰਦੀ, ਸਾਡੀ ਸਿੱਖੀ ਦੇ ਉੱਤੇ ਉਂਗਲ ਉੱਠਦੀ। ਬੋਲੋ ਸਿੱਖੋ, ਸੱਚ ਹੈ ਕਿ ਝੂਠ? ਸੱਚ ਹੈ ਨਾ? ਦੁੱਖ ਲੱਗਦਾ, ਪਾਕਿਸਤਾਨ ਦੇ ਵਿੱਚ ਵੀ ਪ੍ਰਬੰਧਕ ਕਮੇਟੀ ਹੈ, ਉੱਥੇ ਕਦੀ ਏਡੇ ਵੱਡੇ ਵੱਡੇ ਘੁਟਾਲੇ ਵੀ ਸੁਣੇ? ਬੋਲੋ ਬਈ, ਹੁਣ ਜੇ ਕੋਈ ਕਮੇਟੀਆਂ ਦਾ ਚਿਮਚਾ ਹੋਇਆ ਤੇ ਕਥਾ ਤੋਂ ਬਾਅਦ ਖੁੱਲ੍ਹ ਕੇ ਵਿਚਾਰ ਕਰ ਲਿਆ ਜੇ, ਮੈਂ ਬਹਿਣ ਨੂੰ ਤਿਆਰ ਹਾਂ, ਮੈਂ ਰਾਤੀ ਆਪਣੇ ਘਰ ਹੀ ਜਾਣਾ। ਪਰ ਜੇ ਸੱਚ ਨਾਲ ਜੁੜਨਾ, ਸੱਚ ਦਾ ਹੋਕਾ ਸੁਣਨਾ, ਜੇ ਗੁਰੂ ਨੂੰ ਡੈਡੀਕੇਟ ਹੋ, ਗੁਰੂ ਨੂੰ ਸਮਰਪਿਤ ਹੋ, ਤੇ ਇਹਨਾਂ ਗੱਲਾਂ ਨੂੰ ਬੜੇ ਵੱਡੇ ਜਿਗਰੇ ਦੇ ਨਾਲ ਪ੍ਰਵਾਨ ਕਰ ਲਿਆ ਜੇ। ਆਖੋ ਸਤਨਾਮ ਸ੍ਰੀ। ਤੇ ਜੇ ਅੱਜ ਮੈਂ ਸੱਚ ਨਾਲ ਨਾ ਬੋਲਿਆ ਤੇ ਸ਼ਹੀਦਾਂ ਨਾਲ ਮਜ਼ਾਕ ਹੋ ਜਾਣਾ ਜੇ। ਬੋਲੋ ਬਈ, ਸ਼ਹੀਦਾਂ ਨਾਲ? ਤੇ ਮੈਨੂੰ ਨੀ ਲੱਗਦਾ ਵੀ ਤੁਹਾਡੇ ਵਿੱਚੋਂ ਕੋਈ ਵੀ ਸ਼ਹੀਦਾਂ ਦਾ ਮਜ਼ਾਕ ਉਡਾਵੇਗਾ। ਆਖੋ ਸਤਨਾਮ ਸ੍ਰੀ।
ਤੇ ਮੈਂ ਜਦੋਂ ਉੱਥੇ ਬੋਲਿਆ ਨਾ, ਮੈਂ ਕਿਹਾ ਪਹਿਲਾਂ ਇਹ ਵੇਖੋ ਵੀ ਲਕਸ਼ਮਣ ਸਿੰਘ ਧਾਰੋਵਾਲੀ ਨੂੰ ਸ਼ਹਾਦਤ ਦੇਣ ਦੀ ਲੋੜ ਕਿਉਂ ਪਈ? ਬੋਲੋ ਬਈ, ਸ਼ਹਾਦਤ ਦੇਣ ਦੀ, ਕਿਉਂਕਿ ਉਹਦੇ ਕੰਨਾਂ ਦੇ ਵਿੱਚ ਆਵਾਜ਼ਾਂ ਪੈਂਦੀਆਂ ਸੀ ਵੀ ਸਾਡੇ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਹੋ ਗਿਆ, ਇਹ ਗੁਰਦੁਆਰਿਆਂ ਦੇ ਵਿੱਚ ਉਹ ਕੰਮ ਕਰਦੇ ਨੇ ਜਿਨ੍ਹਾਂ ਤੋਂ ਗੁਰਬਾਣੀ ਨੇ ਸਾਨੂੰ ਵਰਜਿਆ। ਗੁਰਬਾਣੀ ਨੇ ਕੀ ਵਰਜਿਆ? ਗੁਰਬਾਣੀ ਨੇ ਸਾਨੂੰ ਨਸ਼ੇ ਤੋਂ ਵਰਜਿਆ। ਬੋਲੋ, ਗੁਰਬਾਣੀ ਨੇ ਸਾਨੂੰ, ਹਾਂ ਆਪਣੀ ਇਸਤਰੀ ਤੇ ਹੁੰਦਿਆਂ ਪਰ ਇਸਤਰੀ ਤੇ ਮਾੜੀ ਅੱਖ ਰੱਖਣਾ ਗੁਰਬਾਣੀ ਨੇ ਸਾਨੂੰ ਵਰਜਿਆ। ਹੁਣ ਕਈ ਮੈਨੂੰ ਪੁੱਛਦੇ ਨੇ, ਔਰ ਬਕਾਇਦਾ ਮੈਂ ਕਹਿੰਦਾ ਤੁਹਾਡਾ ਹੱਕ ਹੈ, ਗੁਰਬਾਣੀ ਚ ਕਿੱਥੇ ਲਿਖਿਆ? ਮੈਂ ਕਿਹਾ ਜੀ ਕਿੰਨੇ ਪ੍ਰਮਾਣ ਸੁਣਾਵਾਂ, ਇਹ ਤੁਸੀਂ ਦੱਸੋ ਵੀ ਪ੍ਰਮਾਣ ਕਿੰਨੇ ਸੁਣਾਵਾਂ? ਕਹਿੰਦੇ ਕੋ ਦੋ ਚਾਰ ਸੁਣਾ ਦੇ। ਮੈਂ ਕਿਹਾ ਸੁਣਾ ਦਿੰਦੇ, ਔਰ ਤੁਸੀਂ ਵੀ ਸੁਣ ਲਓ। ਗੁਰਬਾਣੀ ਵਿੱਚ ਲਿਖਿਆ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਿ ਨਿਕਟ ਵਸੈ ਨਰ ਹਰੀ। ਪਾਤਸ਼ਾਹ ਕਹਿੰਦੇ ਦੋ ਚੀਜ਼ਾਂ ਛੱਡ ਦੇ ਰੱਬ ਤੇ ਤੇਰੇ ਨੇੜੇ ਵੱਸਦਾ। ਪੁੱਛਿਆ ਜੀ ਕਿਹੜਾ? ਕਹਿੰਦੇ ਪਰ ਧਨ ਬਗਾਨੀ ਮਾਇਆ। ਬੋਲੋ, ਬਗਾਨੀ ਮਾਇਆ, ਜਿਹੜਾ ਸਾਰਾ ਦਿਨ ਵੇਖਦਾ ਰਹਿੰਦਾ ਵੀ ਉਹਦੇ ਕੋਲ ਇੰਨੀ ਮਾਇਆ ਹੈ, ਉਹਦੇ ਕੋਲ ਇੰਨਾ ਰੁਪਈਆ ਹੈ। ਬੋਲੋ ਬਈ, ਟੱਕਦਾ ਨਾ? ਪਾਤਸ਼ਾਹ ਕਹਿੰਦੇ ਛੱਡ ਦੇ ਨਾ, ਰੁੱਖੀ ਸੁੱਕੀ ਖਾਏ ਕਹਿ ਠੰਡਾ ਪਾਣੀ। ਹਾਂ, ਜਿਹੜੀ ਤੇਰੇ ਦਸਾਂ ਨੌਹਾਂ ਦੀ ਕਿਰਤ ਦੀ ਰੁੱਖੀ ਸੁੱਕੀ ਹੈ ਨਾ, ਉਹਦੇ ਨਾਲ ਆਨੰਦ ਮਾਣਿਆ ਕਰ, ਧਿਆਨ ਦਿਆ ਜੇ। ਹੁਣ ਗੁਰਮਤ ਨੇ ਸਾਨੂੰ ਪੈਗਾਮ ਕਿਹੜਾ ਦਿੱਤਾ? ਬੋਲੋ ਬਈ, ਤੇ ਗੁਰਬਾਣੀ ਦੇ ਵਿੱਚ ਬਿਲਕੁਲ ਬਕਾਇਦਾ ਲਿਖਤ ਦੇ ਅੰਦਰ ਦਰਜ ਹੈ ਪਰ ਧਨ। ਅਗਲਾ ਬਚਨ ਜੇ ਪਰ ਦਾਰਾ ਬਗਾਨੀ ਇਸਤਰੀ ਅਕੋ ਸਤਨਾਮ ਸ੍ਰੀ, ਬਗਾਨੀ ਮਾਇਆ ਤੇ ਬਗਾਨੀ ਇਸਤਰੀ, ਪਰ ਧਨ ਪਰ ਦਾਰਾ ਪਰ ਹਰੀ ਤਿਆਗ ਦੇ ਤਾਂ ਕਿ ਨਿਕਟ ਵਸੈ ਨਰ ਹਰੀ। ਗੁਰਬਾਣੀ ਦੀ ਪਾਵਨ ਤੁਕ ਹੈ, ਘਰ ਕੀ ਨਾਰ ਤਿਆਗੈ ਅੰਧਾ। ਬੋਲੋ, ਘਰ ਕੀ ਨਾਰ, ਇੱਕ ਵਾਰੀ ਫਿਰ ਪੜ ਦਿਓ, ਘਰ ਕੀ ਨਾਰ। ਘਰ ਕੀ ਨਾਰ ਦੇ ਅਰਥ ਨੇ ਆਪਣੀ ਪਤਨੀ, ਆਪਣੀ ਪਤਨੀ ਨੂੰ ਇੱਕ ਪਾਸੇ ਕਰ ਦਿੰਦਾ। ਪਰ ਨਾਰੀ ਸਿਉ ਘਾਲੈ ਧੰਦਾ, ਘਰ ਕੀ ਨਾਰ ਤਿਆਗੈ ਅੰਧਾ ਪਰ ਨਾਰੀ ਸਿਉ ਘਾਲੈ ਧੰਦਾ ਜੈਸੇ ਸਿੰਬਲ ਦੇਖ ਸੂਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ। ਪਾਤਸ਼ਾਹ ਕਹਿੰਦੇ ਤੇਰੇ ਹਾਲਾਤ ਨਾ ਉਸ ਤੋਤੇ ਵਰਗੇ ਹੋ ਜਾਣੇ ਨੇ ਜਿਹੜਾ ਸਿੰਬਲ ਦਾ ਖੂਬਸੂਰਤ ਫਲ ਵੇਖ ਕੇ ਨਾ ਕਹਿੰਦਾ ਵੀ ਜਿਹੜਾ ਵੇਖਣ ਨੂੰ ਇੰਨਾ ਸੋਹਣਾ ਫਲ ਹੈ ਖਾਣ ਦੇ ਵਿੱਚ ਕਿੰਨਾ ਸਵਾਦ ਆਵੇਗਾ, ਤੇ ਜਿਹੜਾ ਸਿੰਬਲ ਦਾ ਫਲ ਹੁੰਦਾ ਜੇ ਉਹ ਹੁੰਦਾ ਥੋੜਾ ਸਖਤ, ਤੇ ਤੋਤੇ ਦੀ ਚੁੰਝ ਹੁੰਦੀ ਟੇਢੀ, ਜਦੋਂ ਇਹ ਆਪਣੀ ਚੁੰਝ ਵਿੱਚ ਫਸਾਉਂਦਾ ਤੇ ਉਹ ਬਕਬਕਾ ਹੁੰਦਾ। ਸਿੰਬਲ ਦਾ ਫਲ ਜਿਹੜਾ ਨਾ ਬਕਬਕਾ ਹੁੰਦਾ, ਤੇ ਇਹਨੂੰ ਬਕਬਕਾ ਜਾਂ ਸਵਾਦ ਆਉਂਦਾ ਕਹਿੰਦਾ ਚੁੰਝ ਕੱਢੋ, ਪਰ ਚੁੰਝ ਹੁੰਦੀ ਹੈ ਟੇਢੀ ਤੇ ਫਲ ਹੁੰਦਾ ਸਖਤ, ਉਹ ਜਾਂਦੀ ਹੈ ਵਿੱਚ ਫਸ ਤੇ ਤੜਫ ਤੜਫ ਕੇ ਮਰ ਜਾਂਦਾ ਹੈ। ਪਾਤਸ਼ਾਹ ਕਹਿੰਦੇ ਹਾਲਾਤ ਤੇਰੇ ਵੀ ਐਸੇ ਹੀ ਹੈ ਅਕੋ ਸਤਨਾਮ ਸ੍ਰੀ। ਘਰ ਕੀ ਨਾਰ ਤਿਆਗੈ ਅੰਧਾ ਪਰ ਨਾਰੀ ਸਿਉ ਘਾਲੈ ਧੰਦਾ ਜੈਸੇ ਸਿੰਬਲ ਦੇਖ ਸੂਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ। ਹੁਣ ਅੱਗੇ ਸੁਣਿਆ ਜੇ, ਗੁਰਬਾਣੀ ਨੇ ਸਾਨੂੰ ਵਰਜਿਆ, ਸਾਰੇ ਕੰਮ ਗੁਰਦੁਆਰਿਆਂ ਵਿੱਚ ਹੋਣ ਲੱਗ ਪਏ ਕਿਉਂਕਿ ਮਹੰਤਾਂ ਦੀ ਪਿੱਠ ਥਪਥ ਪਾਉਂਦਾ ਸੀ ਉਸ ਸਮੇਂ ਦਾ ਅੰਗਰੇਜ਼। ਤੇ ਚੇਤੇ ਰੱਖਿਆ ਜੇ ਅੰਗਰੇਜ਼ ਪਿੱਠ ਥਪਥ ਪਾਉਂਦੇ ਸੀ ਗੁਰਦੁਆਰਿਆਂ ਦੀਆਂ ਜਾਇਦਾਦਾਂ ਤੋਂ, ਇਹ ਲੋਕ ਆਪਣੀ ਐਸ਼ ਕਰਦੇ ਸਨ ਅਕੋ ਸਤਨਾਮ ਸ੍ਰੀ। ਤੇ ਜਿਹੜੇ ਗੁਰੂ ਨਾਲ ਜੁੜੇ ਸੀ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ। ਬੋਲੋ, ਔਰ ਇਸ ਤਰ੍ਹਾਂ ਅੱਜ ਵੀ ਹੋ ਰਿਹਾ ਜਦੋਂ ਗੁਰਦੁਆਰਿਆਂ ਦੀ ਗੋਲਕ ਦੀ ਦੁਰਵਰਤੋਂ ਹੁੰਦੀ। ਬੋਲੋ ਬਈ, ਬੋਲੋ, ਜਦੋਂ ਗੁਰਦੁਆਰਿਆਂ ਦੀ ਗੋਲਕ ਦੀ ਦੁਰਵਰਤੋਂ ਹੁੰਦੀ ਹੈ ਜਾਂ ਗੁਰਦੁਆਰਿਆਂ ਦੀਆਂ ਕਰਮਚਾਰੀਆਂ ਦੀਆਂ ਨਿਯੁਕਤੀਆਂ ਦੇ ਵਿੱਚ ਬੰਦੇ ਦੀ ਕਾਬਲੀਅਤ ਨੂੰ ਇੱਕ ਪਾਸੇ ਰੱਖ ਕੇ ਤੇ ਆਪਣੀ ਨੇੜਤਾ ਵਾਲਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਬੋਲੋ, ਵੇਖੋ ਬਈ, ਹੁਣ ਥੋੜਾ ਜਿਹਾ ਤੇ ਸਾਥ ਦਿਓ ਨਾ, ਮੈਂ ਤੇ ਇਕੱਲਾ ਹੋਕਾ ਦੇਣਾ ਵਾ, ਤੁਸੀਂ ਸੇਰੀ ਲਾ ਦਿਆ ਕਰੋ, ਇਹਨਾਂ ਕੰਮ ਕਰ ਦਿਓ, ਬਾਕੀ ਮੈਂ ਆਪੇ ਖਿੱਚੀ ਜਾਵਾਂਗਾ। ਮਹਿਸੂਸ ਤੇ ਕਰੋ ਨਾ ਕਿ ਨਹੀਂ ਹੋ ਰਿਹਾ, ਸਾਰਾ ਕੁਝ ਹੋ ਰਿਹਾ। ਤੇ ਜੇ ਅੰਕੜੇ ਲੈਣੇ ਹੋਣ ਤੇ ਮੇਰੀ ਗੱਡੀ ਦੇ ਵਿੱਚ ਐਡੀ ਥੱਬਾ ਫਾਈਲ ਜੇ, ਮੈਂ ਬੇਨਤੀ ਫਿਰ ਕਰਦਿਆਂ ਪ੍ਰਧਾਨ ਜੀ ਹਰਾਂ ਨੂੰ ਕਰਦਿਆਂ, ਤੁਹਾਨੂੰ ਬੇਨਤੀ ਕਰਦਿਆਂ, ਮੇਰੇ ਕੋਲ ਫਾਈਲ ਲੈ ਲਿਆ ਜੇ, ਗੱਡੀ ਦੇ ਵਿੱਚ ਰੱਖ ਕੇ ਤੁਰਦਾ ਖੁੰਨਾ ਮੈਂ। ਔਰ ਲਓ ਔਰ ਚੰਗੀ ਤਰ੍ਹਾਂ ਪੜ੍ਹੋ ਵੀ ਕਿਹੜੇ ਕਿਹੜੇ ਘੁਟਾਲੇ ਕਿੱਥੇ ਕਿੱਥੇ ਹੋ ਗਏ। 5 ਕਰੋੜ ਦੀਆਂ ਸਬਜ਼ੀਆਂ 5 ਮਹੀਨੇ ਦੇ ਅੰਦਰ। ਬੋਲੋ ਬਈ, ਇਹ ਲੁਧਿਆਣੇ ਦੀ ਘਟਨਾ ਨਹੀਂ ਸੁਣਾ ਰਿਹਾ ਤੁਹਾਨੂੰ, ਤੁਹਾਡੇ ਦਿੱਲੀ ਦੀ ਸੁਣਾ ਰਿਹਾ ਮੈਂ। ਹੈ, ਬੋਲੋ ਨਾ, ਨਹੀਂ ਹੋ ਰਿਹਾ? ਉਦੋਂ ਵੀ ਤੇ ਜੇ ਦੇਖਿਆ ਜਾਵੇ ਥੋੜਾ ਹੋਰ ਤਰੀਕੇ ਨਾਲ ਹੋ ਰਿਹਾ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਸੁਣਿਆ ਜੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਗੁਰਦੁਆਰਿਆਂ ਦੇ ਨਾਮ ਤੇ ਜ਼ਮੀਨਾਂ ਪਤਾ ਕਿਉਂ ਲਾਈਆਂ ਗਈਆਂ ਸੀ? ਉਹ ਇਸ ਕਰਕੇ ਲਾਈਆਂ ਗਈਆਂ ਸੀ ਵੀ ਗੁਰਦੁਆਰਿਆਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚੱਲਦਾ ਰਹੇ, ਵੀ ਗੁਰਦੁਆਰਿਆਂ ਦੇ ਵਿੱਚ ਲੋਹ ਲੰਗਰ ਤਪਦੇ ਰਹਿਣ,
ਜਿਹੜੇ ਇੱਥੇ ਕਰਮਚਾਰੀ ਸੇਵਾ ਕਰਦੇ ਨੇ ਉਹਨਾਂ ਦਾ ਰੁਜ਼ਗਾਰ ਚੱਲਦਾ ਰਵੇ। ਇਸ ਕਰਕੇ ਜ਼ਮੀਨਾਂ ਨੌਂ ਲਵਾਈਆਂ ਸਨ ਤੇ ਰਿਜ਼ਲਟ ਕੀ ਨਿਕਲਿਆ? ਜਦੋਂ ਮਹੰਤ ਹੋ ਗਏ ਕਾਬਜ਼, ਬੋਲੋ, ਜਦੋਂ ਮਹੰਤ ਹੋ ਗਏ ਕਾਬਜ਼ ਤੇ ਇਹਨਾਂ ਨੇ ਉਹ ਜਿਹੜੀਆਂ ਜਾਇਦਾਦਾਂ ਸੀ ਉਹਨਾਂ ਨੂੰ ਆਪਣੀ ਐਸ਼ ਪ੍ਰਸਤੀ ਦਾ ਸਾਧਨ ਬਣਾ ਲਿਆ। ਜਿਹੜੀ ਗੁਰੂ ਕੀ ਗੋਲਕ ਸੀ ਉਹਨੂੰ ਆਪਣੀ ਐਸ਼ ਪ੍ਰਸਤੀ ਦਾ ਸਾਧਨ ਬਣਾ ਲਿਆ। ਤੇ ਫਿਰ ਜਦੋਂ ਪੂਜਾ ਦਾ ਧਾਨ ਖਾਵਾਂਗੇ ਚੰਗੇ ਵਿਚਾਰ ਆਉਣਗੇ, ਬੋਲੋ ਬਈ, ਬੋਲੋ, ਨਹੀਂ ਆਵਾਜ਼ ਤੁਸੀਂ ਕੱਢ ਦੇ। ਹਾਂ ਚਲੋ, ਸ਼ੁਕਰ ਹੈ ਭੈਣੋ ਸਾਥ ਦਿੱਤਾ ਜੀ। ਇਹ ਬੇਨਤੀ ਹੈ ਮੇਰੀ, ਹਕੀਕਤ ਹੈ। ਅੱਜ ਮੇਰੇ ਨਾਲ ਗੁਰਪ੍ਰੀਤ ਸਿੰਘ ਭੂਈ ਸੀ, ਜਿਹਨੂੰ ਕਾਲ ਕਰਦੇ ਸੀ, ਕਹਿੰਦੇ ਇੰਟਰਵਿਊ ਕਰਨੀ, ਕਹਿੰਦੇ ਆਜੋ, ਕਹਿੰਦੇ ਹਰਪ੍ਰੀਤ ਸਿੰਘ ਮਖੂ ਨੇ ਕਰਨੀ ਹੈ, ਕਹਿੰਦੇ ਸੋਚ ਕੇ ਦੱਸਾਂਗੇ। ਹਕੀਕਤ ਅੱਜ ਮੇਰੇ ਨਾਲ ਵਾਪਰੀ ਹੈ ਜੀ। 6 ਇੰਟਰਵਿਊ ਕਰਨੀਆਂ ਸੀ, ਪੁੱਛੋ, ਮੈਂ ਤਾਂ ਲਾਈਵ ਦੇ ਵਿੱਚ ਬੇਨਤੀਆਂ ਕਰਦਾ, ਬਾਪੂ ਦੀ ਗੋਦੀ ਵਿੱਚ ਕਰਦਾ। 6 ਇੰਟਰਵਿਊ ਕਰਨੀਆਂ ਸੀ, ਇੱਕ ਬੰਦੇ ਨੇ ਇੰਟਰਵਿਊ ਦਿੱਤੀ, 5 ਬੰਦਿਆਂ ਨੇ ਇੰਟਰਵਿਊ ਨਹੀਂ ਮੇਰੇ ਨਾਲ ਕੀਤੀ। ਕਿਉਂ? ਕਿਉਂਕਿ ਸਾਨੂੰ ਗੁਲਾਮ ਪੱਤਰਕਾਰ ਚਾਹੀਦੇ ਨੇ। ਕਿਹੜੇ ਚਾਹੀਦੇ ਨੇ? ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਮੀਡੀਆ ਨੂੰ, ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ। ਪਰ ਲੋਕਤੰਤਰ ਦਾ ਚੌਥਾ ਥੰਮ ਪਤਾ ਕਦੋਂ ਕਿਹਾ ਜਾਂਦਾ ਹੈ? ਜਦੋਂ ਮੀਡੀਆ ਪਬਲਿਕ ਦੀ ਆਵਾਜ਼ ਲੈ ਕੇ ਚੱਲਦਾ, ਉਦੋਂ ਲੋਕਤੰਤਰ ਦਾ ਚੌਥਾ ਥੰਮ ਹੈ। ਪਰ ਜਦੋਂ ਕੁਝ ਕੁਕਰਾਨੀਆਂ ਦੀ ਤੇ ਰਾਜਨੀਤਿਕਾਂ ਦੀ ਆਵਾਜ਼ ਬਣ ਜਾਂਦਾ ਹੈ, ਚੇਤੇ ਰੱਖਿਆ ਜੇ ਇਹ ਅਮੀਰਾਂ ਦੀ ਰਖੈਲ ਬਣ ਜਾਇਆ ਕਰਦਾ। ਅੱਗੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮੈਨੂੰ ਇੰਝ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਅੰਦਰ ਜਿੰਨਾ ਗੰਦਾ ਰੋਲ ਮੀਡੀਆ ਅਦਾ ਕਰਦਾ ਪਿਆ ਨਾ, ਮੈਨੂੰ ਖਿਮਾ ਕਰਦੇ ਆ, ਸੁਣੋ ਬਈ ਇੱਕ ਵਾਰੀ, ਇੰਨਾ ਗੰਦਾ ਰੋਲ ਹੋਰ ਕੋਈ ਅਦਾ ਨਹੀਂ ਕਰਦਾ ਹੋਣਾ। ਅੱਗੋ ਸਤਨਾਮ ਸ੍ਰੀ, ਸਾਡੇ ਕੋਲ ਫਰਜ਼ ਬਣਦੇ ਨੇ। ਔਰ ਮੈਂ ਚਾਹੁੰਦਾ ਵਾਂ ਪੱਤਰਕਾਰੀ ਸੱਚੀ ਤੇ ਸੁੱਚੀ ਹੋਵੇ। ਜੋ ਸਵਾਲ ਪਬਲਿਕ ਦੇ ਨੇ ਉਹ ਸਵਾਲ ਪੋਲੀਟੀਕਲ ਬੰਦਿਆਂ ਨੂੰ ਪੁੱਛੇ ਜਾਣ, ਤੇ ਫਿਰ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਫਿਰ ਪਤਾ ਕੀ ਕਹਿੰਦੇ ਨੇ, ਇੰਟਰਵਿਊ ਕਰੋ ਜੀ, ਹਰਪ੍ਰੀਤ ਸਿੰਘ ਮੱਖੂ ਇੰਟਰਵਿਊ ਕਰੇਗਾ, ਫਿਰ ਕਿਸੇ ਦਿਨ ਆ ਜਾ ਜੇ ਅੱਜ ਬੜੇ ਬਿਜ਼ੀ ਆ, ਅੱਜ ਮੈਨੂੰ ਕੋਈ ਮਿਲਣ ਆਇਆ। ਉਹ ਮਿਲਣ ਆਇਆ ਤੇਰੇ ਮੋਢਿਆਂ ਤੇ ਚੜ੍ਹ ਕੇ ਥੋੜਾ ਬੈਠਾ ਵੀ ਅੱਧਾ ਘੰਟਾ ਕਿਸੇ ਦੇ ਅੱਗੇ ਬੋਲੀ ਵੀ ਨਾ, ਬੋਲੋ ਨਾ ਬਈ। ਤੇ ਮੈਂ ਅੱਜ ਖਿੱਚ ਕੇ ਪਤਾ ਕੀ ਕਿਹਾ, ਮੈਂ ਵੀਰ ਨੂੰ ਕਿਹਾ, ਮੈਂ ਕਿਹਾ ਬਈ ਮੈਂ 2 ਵਜੇ ਉੱਠਦਾ, ਜਿੱਦੇ ਦਿੱਲੀ ਆਉਣਾ ਹੁੰਦਾ 2 ਵਜੇ ਭੈਣ ਉੱਠਦਾ ਵਾਂ, 3 ਵਜੇ ਤੱਕ ਰੈਡੀ ਹੁੰਦਾ ਵਾਂ, ਤੇ ਰਾਈਟ 3 ਵਜੇ ਮੈਂ ਗੱਡੀ ਦੇ ਵਿੱਚ ਬੈਠ ਜਾਂਦਾ ਵਾਂ ਵੀ ਦਿੱਲੀ ਦੀ ਧਰਤੀ ਨੂੰ ਚਾਲੇ ਪਾਉਣੇ, ਨਿਤਨੇਮ ਰਾਹ ਦੇ ਵਿੱਚ ਲਾ ਲਈਦਾ ਵੀ ਮੈਂ ਦਿੱਲੀ ਦੀ ਧਰਤੀ ਤੇ ਰਸ਼ ਤੋਂ ਪਹਿਲਾਂ ਪਹਿਲਾਂ ਅੱਪੜ ਜਾਵਾਂ। ਔਰ ਜਿਹੜੇ ਮੇਰੇ ਮਨ ਦੇ ਵਿੱਚ ਸਵਾਲ ਨੇ ਅਖਬਾਰਾਂ ਦੀਆਂ ਸੁਰਖੀਆਂ ਨੇ, ਇਹਨਾਂ ਲੋਕਾਂ ਨੂੰ ਪੁੱਛਾਂ। ਪਰ ਜਦੋਂ ਇਹ ਲੋਕ ਨਹੀਂ ਜਵਾਬ ਦਿੰਦੇ, ਕਿਤੇ ਨਾ ਕਿਤੇ ਤਕਲੀਫ ਮੈਨੂੰ ਵੀ ਹੁੰਦੀ ਹੈ। ਅੱਗੋ ਸਤਨਾਮ ਸ੍ਰੀ। ਤੇ ਫਿਰ ਤੁਸੀਂ ਮੈਨੂੰ ਦੱਸੋ, ਅੱਜ ਮੈਂ ਤੁਹਾਨੂੰ ਪੁੱਛਦਾ ਵਾਂ, ਨਰੈਣੂ ਮਹੰਤ ਕਰਦਾ ਸੀ ਮਨ ਮਰਜ਼ੀਆਂ, ਕੀ ਕਰਦਾ ਸੀ? ਹਾਂ, ਤੇ ਜੇ ਅੱਜ ਵੀ ਸਾਰਿਆਂ ਦੀ ਗੱਲ ਨਹੀਂ ਕਰਦਾ, ਕਈ ਪ੍ਰਬੰਧਕ ਬੜੇ ਚੰਗੇ ਜੇ, ਇਹ ਨਾਲ ਹੀ ਮੈਂ ਬੇਨਤੀ ਕਰਦੇ ਹਾਂ। ਹੁਣ ਮੈਂ ਇਹ ਥੋੜਾ ਵੀ ਸਾਰਿਆਂ ਨੂੰ ਮਾੜੇ ਕਹਿ ਦਿਆਂ, ਕਿਵੇਂ ਕਹਿ ਦਿਆਂ ਜੀ, ਸਾਰਿਆਂ ਨੂੰ ਕਿਵੇਂ ਮਾੜੇ ਕਿਹਾ ਜਾ ਸਕਦਾ? ਤੇ ਧਿਆਨ ਦੇ ਆਜੇ, ਜੇ ਕੋਈ ਇਸੇ ਤਰੀਕੇ ਨਾਲ ਗੁਰੂ ਕੀ ਗੋਲਕ ਦੇ ਵਿੱਚੋਂ ਆਪਣੀ ਐਸ਼ ਪ੍ਰਸਤੀ ਤੇ ਮਨ ਮਰਜ਼ੀਆਂ ਕਰੇ, ਤੁਸੀਂ ਦੱਸੋ ਵੀ ਉਸ ਪ੍ਰਬੰਧਕ ਨੂੰ ਨਰੈਣੂ ਮਹੰਤ ਕਹਿਣਾ ਜਾਇਜ਼ ਹੈ ਕਿ ਨਜਾਇਜ਼ ਹੈ? ਵਾਹ ਬਈ ਵਾਹ, ਤੁਸੀਂ ਆਵਾਜ਼ ਕੱਢੀਏ, ਇਹ ਬੜੀ ਜ਼ਰੂਰਤ ਵਾਲੀ ਗੱਲ ਹੈ। ਨਹੀਂ ਤੇ ਲੋਕੀ ਕਹਿੰਦੇ ਲੈ ਪ੍ਰਚਾਰਕ ਆਪੇ ਭੁਗਤੇ, ਅਸੀਂ ਕਾਹਨੂੰ ਭੈੜੇ ਬਣਨਾ? ਹਾਂ, ਇਹਨੇ ਤੇ ਇੱਕ ਦਿਨ ਬੋਲ ਕੇ ਚਲੇ ਜਾਣਾ, ਅਸੀਂ ਬਈ ਰੋਜ਼ ਮੂੰਹ ਮੱਥੇ ਲੱਗਣਾ ਹੁੰਦਾ, ਹੈ ਇੰਜ ਕਰਦੇ ਆ ਲੋਕ? ਨਹੀਂ, ਮੈਂ ਕਹਿੰਦਾ ਚੰਗੇ ਨੂੰ ਚੰਗਾ ਕਹੋ, ਮਾੜੇ ਨੂੰ, ਜਾਂ ਤੇ ਮੈਂ ਕਹਾਂ ਚੰਗੇ ਨੂੰ ਮਾੜਾ ਕਹੋ, ਫਿਰ ਤੇ ਮੈਂ ਗਲਤ ਹਾਂ। ਮੈਂ ਤੇ ਬੇਨਤੀ ਕਰਦਾ, ਸਾਰੇ ਪੱਤਰਕਾਰ ਚੰਗੇ ਨਹੀਂ, ਸਾਰੇ ਪ੍ਰਚਾਰਕ ਵੀ ਚੰਗੇ ਨਹੀਂ। ਜੇ ਸੱਚੀ ਮੁੱਚੀ ਅੱਜ ਗੁਰਦੁਆਰਿਆਂ ਵਿੱਚ ਸੁਧਾਰ ਕਰਨਾ ਹੈ ਤੇ ਸਾਨੂੰ ਲਛਮਣ ਸਿੰਘ ਧਾਰੋ ਵਾਲੀ ਬਣਨਾ ਪੈਣਾ ਹੈ। ਹੋਇਆ ਕਿਆ? ਕੰਨਾਂ ਦੇ ਵਿੱਚ ਖਬਰ ਲੱਗੀ ਵੀ ਇੱਕ ਸਿੰਧੀ ਪਰਿਵਾਰ ਨਨਕਾਣਾ ਸਾਹਿਬ ਦੀ ਧਰਤੀ ਤੇ ਆਇਆ, ਅੱਧੀ ਰਾਤ ਦਾ ਵਕਤ ਹੋਇਆ, ਤੇ ਉਹਦੀ ਛੋਟੀ ਉਮਰ ਦੀ ਬੱਚੀ ਨਾਲ ਮਹੰਤ ਦੇ ਗੁੰਡਿਆਂ ਨੇ ਰੇਪ ਕਰ ਦਿੱਤਾ। ਜਦੋਂ ਸਿੱਖਾਂ ਨੂੰ ਪਤਾ ਲੱਗਾ, ਬੜਾ ਗੁੱਸਾ ਆਇਆ। ਫਿਰ ਮਹੰਤ ਨੇ ਆਪਣਾ ਇੱਕ ਰਸਾਲਾ ਕਾਇਮ ਕੀਤਾ, ਉਸ ਰਸਾਲੇ ਵਿੱਚ ਆਪਣੇ ਬੰਦਿਆਂ ਨੂੰ ਚੰਗੇ ਤੇ ਅਕਾਲੀਆਂ ਨੂੰ, ਮੈਂ ਬੇਨਤੀ ਕਰਦੀ ਹਾਂ, ਅਕਾਲੀ ਵੇ ਉਹਨਾਂ ਨੂੰ ਨਹੀਂ ਕਹਿੰਦਾ ਜਿਹੜੇ ਕਿਸੇ ਧੜੇ ਨਾਲ ਜੁੜੇ ਹੋਏ ਨੇ, ਇੱਕ ਖਿਮਾ ਕਰਦੇ ਅੱਜ ਮੈਨੂੰ, ਅਕਾਲੀ ਉਹ ਹੁੰਦਾ ਜਿਹੜਾ ਅਕਾਲ ਦਾ ਪੁਜਾਰੀ ਹੈ। ਬੋਲੋ ਕਿਹੜਾ? ਹੁਣ ਨੀਲੀਆਂ ਪੱਗਾਂ ਵਾਲਿਆਂ ਨੂੰ ਨਹੀਂ ਨਾ ਮੈਂ ਅਕਾਲੀ ਕਹਿ ਸਕਦਾ, ਬੋਲੋ ਭਾਈ। ਹਾਂ, ਗੱਲ ਨੀਲੀ ਤੇ ਕਾਲੀ ਪੱਗ ਦੀ ਨਹੀਂ ਹੈ, ਗੱਲ ਇਹ ਹੈ ਵੀ ਅੰਦਰੋਂ ਅਕਾਲ ਨੂੰ ਪ੍ਰਣਾਇਆ ਗਿਆ ਉਹ ਹੁੰਦਾ ਹੈ ਅਕਾਲੀ। ਤੇ ਉਹਨਾਂ ਨੇ ਉਸ ਸਮੇਂ ਦੇ ਜਥੇਦਾਰਾਂ ਦੇ ਖਿਲਾਫ ਬੜਾ ਕੁਝ ਰਸਾਲੇ ਦੇ ਵਿੱਚ ਲਿਖਣਾ, ਬੜਾ ਕਈ ਵਾਰੀ ਗੁੱਸਾ ਲੱਗਣਾ ਇਹਨਾਂ ਨੂੰ ਵੀ ਮਨ ਮਰਜ਼ੀਆਂ ਇਹ ਕਰਦਾ ਤੇ ਵਿਰੋਧਤਾ ਹੋ ਰਹੀ ਹੈ ਸਾਡੀ। ਸਮਾਂ ਪਾ ਕੇ ਕਹਿੰਦੇ ਵੀ ਸਾਨੂੰ ਨਾ ਇੱਕ ਸੁਧਾਰ ਲਹਿਰ ਚਲਾਉਣੀ ਚਾਹੀਦੀ ਹੈ। ਬੋਲੋ ਵੀ ਕੀ ਕਰਨਾ ਚਾਹੀਦਾ?
आवाज नहीं आई, सुधार लहर चलानी चाहिए। ते अपने गुरुद्वारियां दा प्रबंध सच्चे सुचे बंदियां नू देना चाहिए। बोलो केड़ा? हाँ, ते सच्चे सुचे बंदियां दी चोन किवें होनी है? बोलो बई, वोटां पा के? हाँ, ये गल वैसे समझ आ जे। मैनू सिख हिस्टरी दे अंदर एक भी एग्जाम्पल दे दियो जिथे गुरुद्वारियां दे प्रबंधकां दी चोन वोटां पा के हुई होवे सिख हिस्टरी दे अंदर। हाँ, उस तो बाद सिख हिस्टरी तो बाद आउंदा बाबा बंदा सिंह बहादुर का समा, क्योंकि 1708 दे विच गुरु गोबिंद सिंह पातशाह महाराज ज्योति जोत समाए ने, ते 1716 तक कमांड रही है बाबा बंदा सिंह बहादुर दे कोल। 1716 दे अंदर दिल्ली की धरती ते बाबा बंदा सिंह बहादुर शहीदी पाउंदे ने, ते उस तो बाद मिसलां दा वक्त आ जांदा है, ते मिसलां दे वक्त तो बाद 1780 दे विच शेरे पंजाब जम के, 1799 दे अंदर बड़ा ध्यान दे जी अपने आप नूं महाराजा घोषित करदा लाहौर जित के, 1849 दे अंदर जदों लाहौर दरबार दे विचों साडी राजधानी लाहौर जदों एक दिन साडा निशान उतारिया जांदा है ते ब्रिटिश झंडा झुलाया जांदा है उसी सिख राज दा पतन। बोलो बई अको सतनाम श्री। मैनू इथों तक एक भी ऐसी एग्जाम्पल नहीं मिलती जिदे विच गुरुद्वारियां दे प्रबंधक दी चोण इलैक्शन दे नाल हुंदी होवे। बोलो जी, गुरु नानक दे घर दे विच की हुंदा सी? सिलेक्शन। बोलो की? वाह बई वाह, हुण बड़ी मिठी आवाज कढ़ी, एक बारी फिर बोलो। गुरु नानक दे घर दे विच इलैक्शन नहीं सी, गुरु नानक दे घर दे विच वाह बई वाह। सारा ही तुहानूं पता है, मैं तुसीं मैनूं लुधियाणे सद्दिया, पता सारा फर्क इन्ना कु है, पता सारा है, पर बुरे मैनूं कल्ले बनना पैंदा है। सच है जी, हकीकत है। चंडीगढ़ के कई गुरुद्वारियां ने ना वर्बली रिटन दे विच नहीं मता पाया होया भी आ कुछ प्रचारक आपां नहीं सदने, क्योंकि पैनो हकीकत यह माहौल ही ऐसा बन गया असी सददे उन्हां नूं आ जिहड़े साडे मुताबक चलदे ने। नहीं, बेनती मैं करा, साडी प्रॉब्लम यह है सानू मित्र भी किहड़े चंगे लगते ने जिहड़े सारा दिन सानू फूक छकाई जान तू बहुत अच्छा है तेरे काम बहुत अच्छे है। मित्र वह हुंदा है जिहड़ा तेरे मुंह ते तेरे औगुण बयान करे भी मित्रा आ औगुण सुधार ला। अज तेरा मित्र कह रहा है, कल नू तेरे विरोधियों ने गल चक ली फिर अपनियां जवाबदेहियां दिंदा फिरेगा। अको सतनाम श्री। हुण सुनिया जे छोटी जी बेनती, मित्र कौन है जिहड़ा मुंह ते साडे औगुण बयान करे? ते साडी ते आदत ही होर बन गई है, साडा हालात पता की बन गए। मैं कहना गुरु के कीर्तनिए बैठे ने, प्यार वाले ने, ग्रंथी सिंह बैठे ने, जो किसी घर दे विच आवाज ना किसी की आवे, जो किसी घर दे विच कीर्तन करना हुंदा है, बोलो की करना हुंदा है? ते असी ते शब्द भी सिफारशां ते पढ़ाउने आ जिहड़े सानू चंगे लगदे। बोलो की कहिंदियां बीबियां साडियां भैणां? बाबा जी दो ते जरूर पढ़िया जे, किहड़े किहड़े? एक ते पढ़ दिओ जो मंगिया ठाकुर अपने ते सोई सोई, ते दूजा लख वाह बई वाह। बोले ना, ये दो साडी मर्जी ते है, जे समा वध गया ते एक अपनी मर्जी दा पढ़ दिया जे, नहीं ते बाबा जी इन्ना ही काफी है। बोलो है ना, असी की पढ़ते हैं जो सानू चंगा लगता है? पर मैं तुहानू वो नहीं सुनाउणा जो तुहानू चंगा लगता है, मैं सिर्फ और सिर्फ वो सुनाउणा जिहड़ा मेरे बापू नू चंगा लगता है। वह भावें मेरे भी उल्ट चलता हो, मेरे बाप के उल्ट चलता हो, मैं नहीं बयान करांगा। अच सानू वो सोच लेके चलना पैना है जिन्हां दी असी गल करते हैं उन्हां वर्गे बनना पैना है। लक्ष्मण सिंह धारोवाली नूं इस गल का बड़ा महसूस होया, कहिंदे भी साडे गुरुद्वारे जिथों धीआं भैणां दी इज्जत बचाई जाणी सी उत्थे इज्जत दे लुटेरे बह गए। कसूर गुरुद्वारे दा नहीं, कसूर गुरुद्वारा कमेटी दा। बोलो बई, एक वाजा है हारमोनियम, की है? आवाज नहीं आई तुहाडी? हारमोनियम। हुण हारमोनियम दे उपर किसी ने गुरबाणी का शब्द गाता ते किसी ने उस तो बाद बहुत ही गंदा गाना गाता, कसूर हारमोनियम का नहीं है। तो कसूर हारमोनियम का नहीं है, कसूर गाउण वाले का है भी तू गंदा गाना गाया। अको सतनाम श्री। जे गुरुद्वारे विच कोई घटना वापरी है ते कसूर गुरुद्वारे का नहीं है, कसूर साडा प्रबंधक कमेटी का गिणिया जाएगा।
ਉਹ ਕਹਿੰਦੇ ਵੀ ਹੱਦ ਹੋ ਗਈ, ਜਿੱਥੋਂ ਇੱਜ਼ਤਾਂ ਬਚਾਉਣੀਆਂ ਸਨ ਉੱਥੇ ਇੱਜ਼ਤਾਂ ਲੁੱਟੀਆਂ ਜਾਣ ਲੱਗੀਆਂ। ਜਿਹੜੇ ਨਸ਼ੇ ਗੁਰਦੁਆਰਿਆਂ ਦੇ ਵਿੱਚੋਂ ਅਸੀਂ ਹੋਕਾ ਦੇਣਾ ਸੀ ਰੋਕਣ ਦਾ, ਉਹ ਨਸ਼ੇ ਗੁਰਦੁਆਰਿਆਂ ਵਿੱਚ ਵੜ ਗਏ। ਗੁਰੂ ਦੀ ਮੱਤ ਅਸੀਂ ਦੁਨੀਆਂ ਵਿੱਚ ਲਾਗੂ ਕਰਨੀ ਸੀ, ਇਹਨਾਂ ਨੇ ਗੁਰੂ ਨਾਨਕ ਦੇ ਘਰ ਦੇ ਅੰਦਰ ਮਨਮਤ ਫੈਲਾ ਕੇ ਤੇ ਗੁਰੂ ਨਾਨਕ ਦੇ ਘਰ ਦੀ ਪਵਿੱਤਰਤਾ ਨੂੰ ਭੰਗ ਕੀਤਾ। ਇਹ ਪਵਿੱਤਰਤਾ ਪਾਣੀ ਦੇ ਨਾਲ ਨਹੀਂ ਧੁੱਪਣੀ, ਸਾਬਣ ਦੇ ਨਾਲ ਨਹੀਂ ਧੁੱਪਣੀ, ਇਹ ਪਵਿੱਤਰਤਾ ਸਾਨੂੰ ਆਪਣੇ ਖੂਨ ਦੇ ਕੇ ਇੱਕ ਵਾਰੀ ਧੋਣੀ ਪੈਣੀ ਹੈ। ਅੱਗੋ ਸਤਨਾਮ ਸ੍ਰੀ ਸ਼ੁਰੂਆਤ ਕਰੀਏ। ਜਦੋਂ ਤਰਨ ਤਾਰਨ ਸਾਹਿਬ ਦੀ ਧਰਤੀ ਦਾ ਪ੍ਰਬੰਧ ਲੈਣਾ ਸੀ ਨਾ ਕਿੱਥੋਂ ਦਾ ਜੀ, ਤੇ ਜਿਹੜਾ ਉੱਥੋਂ ਦਾ ਮਹੰਤ ਸੀ ਪਤਾ ਕੀ ਕਹਿੰਦਾ ਹੁੰਦਾ ਸੀ, ਇੰਜ ਕਰਕੇ ਹੱਥ ਫੇਰ ਕੇ ਮੁੱਛਾਂ ਤੇ, ਪਤਾ ਕੀ ਕਹਿੰਦਾ ਹੁੰਦਾ ਸੀ, ਕਹਿੰਦਾ ਤਿਆਰੀਆਂ ਪੂਰੀਆਂ ਨੇ, ਜਿਵੇਂ ਕੋਈ ਚੜ ਕੇ ਆਵੇਗਾ ਉਹੋ ਜਿਹਾ ਸਵਾਗਤ ਕਰਾਂਗੇ। ਤੇ ਜਦੋਂ ਸਿੰਘ ਪ੍ਰਬੰਧ ਲੈਣ ਗਏ ਸੀ ਨਾ, ਸੱਚੀ ਮੁੱਚੀ ਉਹਨੇ ਉਹੀ ਕੰਮ ਕੀਤਾ ਜੋ ਜਵਾਨ ਆਪਣੀ ਤੋਂ ਕਹਿੰਦਾ ਹੁੰਦਾ ਸੀ। ਉਹਨੇ ਉੱਥੇ ਵੀ ਮਿੱਟੀ ਦੇ ਤੇਲ ਪਾਏ, ਉੱਥੇ ਵੀ ਗੋਲੀਆਂ ਚੱਲੀਆਂ, ਸਾਡੇ ਦੋ ਸਿੰਘਾਂ ਦੀ ਸ਼ਹਾਦਤ ਹੋ ਗਈ। ਜਦੋਂ ਦੋ ਸਿੰਘਾਂ ਦੀ ਸ਼ਹਾਦਤ ਹੋਈ, ਮਹੰਤ ਡਰਦਾ ਮਾਰਾ ਪ੍ਰਬੰਧ ਛੱਡ ਗਿਆ ਤੇ ਅਸੀਂ ਗੁਰਦੁਆਰੇ ਦਾ ਪ੍ਰਬੰਧ ਸਾਂਭ ਲਿਆ। ਹੁਣ ਉਸ ਤੋਂ ਅੱਗੇ ਚੱਲਣਾ ਸੀ। ਜਦੋਂ ਪਹਿਲਾ ਕਦਮ ਸਾਡਾ ਸਕਸੈਸ ਹੋ ਜਾਵੇ ਤੇ ਦੂਜਾ ਆਪਣੇ ਆਪ ਹੀ ਪੁੱਟਿਆ ਜਾਂਦਾ, ਤੇ ਜੇ ਪਹਿਲਾ ਤਿਲਕ ਜਾਵੇ ਫਿਰ ਦੂਜਾ ਪੁੱਟਿਆ ਨਹੀਂ ਜਾਂਦਾ। ਅਸੀਂ ਸਫਲ ਹੋ ਗਏ, ਦੋ ਸਿੰਘਾਂ ਦੀ ਸ਼ਹਾਦਤ ਹੀ ਹੋ ਗਈ, ਪਰ ਪ੍ਰਬੰਧ ਆ ਗਿਆ ਸਾਡੇ ਕੋਲ। ਇਸ ਤੋਂ ਬਾਅਦ ਜਦੋਂ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਨੂੰ ਆਪਣਾ ਰੁਖ ਕੀਤਾ ਤੇ ਉੱਥੋਂ ਦਾ ਜਿਹੜਾ ਸ਼੍ਰੇਣੀ ਸੀ ਉਹ ਡਰਦੀ ਮਾਰੀ ਭੱਜ ਗਈ, ਸਾਡੇ ਕੋਲ ਉੱਥੋਂ ਦਾ ਵੀ ਪ੍ਰਬੰਧ ਆ ਗਿਆ। ਹੁਣ ਇਸ ਸਮਾਜ ਦਾ ਜਿਹੜਾ ਮੁਖੀ ਸੀ ਨਾ ਉਹ ਬਣਿਆ ਸੀ ਮਹੰਤ ਨਾਰਾਇਣ ਦਾਸ, ਜਿਹਨੂੰ ਅਸੀਂ ਇਸ ਤਰੀਕੇ ਨਾਲ ਬਿਆਨ ਕਰਦੇ ਹਾਂ ਮਹੰਤ ਨਰੈਣੂ। ਬੋਲੋ ਮਹੰਤ, ਇੱਕ ਗੱਲ ਕਹਾਂ, ਇੱਕ ਨਾਮ ਰੱਖਦੀ ਜੇ ਮਾਂ, ਬੋਲੋ ਇੱਕ ਨਾਂ ਰੱਖਦੀ ਹੈ ਮਾਂ, ਤੇ ਇੱਕ ਨਾਮ ਰੱਖ ਦਿੰਦਾ ਜੇ ਸਾਡਾ ਜਮਾਨਾ। ਮਾਂ ਨਾਂ ਰੱਖਦੀ ਹੈ ਪੁੱਤ ਨੂੰ ਵੇਖ ਕੇ, ਤੇ ਜਮਾਨਾ ਨਾਂ ਰੱਖਦਾ ਜੇ ਸਾਡੀਆਂ ਕਰਤੂਤਾਂ ਨੂੰ ਵੇਖ ਕੇ। ਬੋਲੋ ਬਈ, ਮੈਂ ਨੀ ਕਹਿੰਦਾ, ਗੁਰਬਾਣੀ ਵਿੱਚ ਲਿਖਿਆ ਜੇ ਵੇਹ ਕਰਮ ਕਮਾਈਐ ਤੇ ਵੇਹੋ ਨਾਉ ਪਚਾਰੀਐ, ਜੇਹੋ ਜੇ ਕੰਮ ਕਰੇਗਾ ਲੋਕਾਂ ਨੇ ਉਹੋ ਜਿਹਾ ਤੇਰਾ ਨਾਂ ਧਰ ਦੇਣਾ। ਤੇ ਹੋਇਆ ਕਿਆ, ਕਰਤੂਤਾਂ ਕਰਕੇ ਨਾਰਾਇਣ ਦਾਸ ਨੂੰ ਲੋਕੀ ਆਖਣ ਲੱਗ ਪਏ ਨਰੈਣੂ। ਕਹਿੰਦੇ ਬੰਦਾ ਬਹੁਤ ਜ਼ਿਆਦਾ ਮਾੜਾ ਹੈ। ਬੜੀ ਬੜੀ ਗੱਲਾਂ ਚੱਲੀਆਂ ਪ੍ਰਬੰਧ ਕਰੀਏ, ਕਿਸੇ ਨੇ ਕਿਹਾ ਵੀ ਇਹਨੇ ਗੁੰਡੇ ਰੱਖੇ ਨੇ, ਕਿਸੇ ਨੇ ਕਿਹਾ ਬਦਮਾਸ਼ ਰੱਖੇ ਨੇ, ਧਿਆਨ ਦਿਆ ਜੇ, ਕਿਸੇ ਨੇ ਕਿਹਾ ਅੰਦਰ ਅਸਲਾ ਬੜਾ ਰੱਖਿਆ, ਕਿਸੇ ਨੇ ਕਿਹਾ ਵੀ ਅੰਗਰੇਜ਼ ਇਹਦੀ ਪਿੱਠ ਦੇ ਉੱਪਰ ਨੇ, ਕਿਸੇ ਨੇ ਕਿਹਾ ਤਾਂ ਮਿੱਟੀ ਦਾ ਤੇਲ ਵੀ ਅੰਦਰ ਜੋੜਿਆ। ਕਈ ਵਾਰੀ ਗੱਲਾਂ ਚੱਲਦੀਆਂ ਪਰ ਮਾਮਲਾ ਠੱਪ ਹੋ ਜਾਣਾ। ਲਛਮਣ ਸਿੰਘ ਧਾਰੋਵਾਲੀ ਨੇ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ, ਭੈਣੋ ਬੜੇ ਪਿਆਰ ਨਾਲ ਸੁਣਿਆ ਜੇ, ਤੇ ਮੈਨੂੰ ਮਾੜਾ ਜਿਹਾ ਸਮਾਂ ਦੱਸ ਦਿਓ ਜੀ ਕਿੰਨੇ ਵਜੇ ਤੱਕ ਦਾ। ਬੜਾ ਤੁਹਾਡਾ ਧੰਨਵਾਦ, ਤੁਸੀਂ ਕਿਹਾ ਵੀ ਸਮਾਂ ਲਓ। ਭੈਣੋ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਅੰਦਰ, ਦੇਖੋ ਮੈਂ ਫਿਰ ਬੇਨਤੀ ਕਰਦੇ ਹਾਂ, ਕਹਿੰਦੇ ਉਸ ਸਮੇਂ ਏਡਾ ਵੱਡਾ ਸਿਸਟਮ ਆ ਸਾਊਂਡ ਵਾਲਾ ਨਹੀਂ ਸੀ ਹੁੰਦਾ, ਆਵਾਜ਼ ਨਾ, ਬੜੀ ਇਕਾਗਰਤਾ। ਸਾਹਮਣੇ ਬੈਠੇ ਵੀਰਾਂ ਨੂੰ, ਦੋਨੋਂ ਬੇਨਤੀ ਨਾ ਕਰੋ ਵੀਰ ਜੀ, ਇਕਾਗਰਤਾ ਪੂਰੀ। ਪਿੰਡ ਆਪਣੇ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਛੋਟੇ ਜਿਹੇ ਸਮਾਗਮ ਤੇ ਗਏ, ਤੇ ਜਾ ਕੇ ਜਦੋਂ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਨਾ ਭੈਣੋ, ਇੱਕ ਛੋਟਾ ਜਿਹਾ ਬੱਚਾ, ਤੇ ਉਹਨੇ ਰੱਬੀ ਬਾਣੀ ਦਾ ਕੀਰਤਨ ਕੀਤਾ। ਬੜੇ ਪਿਆਰ ਨਾਲ ਸੁਣਿਆ ਜੇ ਗੱਲ, ਮੈਨੂੰ ਇਹ ਘਟਨਾ ਜਿਹੜੀ ਹੈ ਨਾ ਮੇਰੇ ਅੰਦਰੋਂ ਕਈ ਵਾਰੀ ਰੁੱਗ ਭਰ ਕੇ ਬਾਹਰ ਕੱਢ ਦਿੰਦੀ ਹੈ। ਕਹਿੰਦੇ ਕਿ ਛੋਟੇ ਜਿਹੇ ਬੱਚੇ ਨੇ ਰੱਬੀ ਬਾਣੀ ਦਾ ਕੀਰਤਨ ਕੀਤਾ, ਤੇ ਜਦੋਂ ਸਾਡੇ ਵਿੱਚ ਵੀ ਕੋਈ ਕਵਿਤਾ ਪੜ੍ਹੇ ਤੇ ਆਪਾਂ ਕੀ ਕਹਿੰਦੇ, ਆਪਾਂ ਕਹਿੰਦੇ ਹਾਂ ਕਿਹਦਾ ਬੱਚਾ ਹੈ ਬਈ, ਬੋਲੋ ਕਰਦੇ ਹਾਂ ਨਾ, ਇਹ ਬੱਚਾ ਕਿਹਦਾ, ਧੰਨ ਹੈ ਵੀ ਇਹਦੀ ਮਾਂ, ਧੰਨ ਹੈ ਇਹਦਾ ਪਿਓ। ਕਿੰਨੀ ਸੋਹਣੀ ਮਿੱਠੀ ਆਵਾਜ਼ ਵਿੱਚ ਕਵਿਤਾ ਪੜ੍ਹੀ ਆਪਾਂ ਕਹਿੰਦੇ ਹਾਂ ਨਾ। ਕਹਿੰਦੇ ਜਦੋਂ ਬੱਚੇ ਨੇ ਗੁਰਬਾਣੀ ਦਾ ਸ਼ਬਦ ਗਾਇਆ ਤੇ ਲਛਮਣ ਸਿੰਘ ਧਾਰੋਵਾਲੀ ਕਹਿੰਦੇ ਧਾਨੇ ਦੀ ਮਾਂ ਤੇ ਧਾਨੇ ਦਾ ਪਿਓ, ਤੇ ਬੱਚਾ ਰੋ ਪਿਆ। ਕਹਿੰਦੇ ਪੁੱਤ ਮੈਂ ਤੇ ਕਿਹਾ ਤੇਰੀ ਮਾਂ ਵੀ ਧੰਨ ਹੈ, ਤੇਰਾ ਪਿਓ ਵੀ ਧੰਨ ਹੈ, ਤੂੰ ਰੋਇਆ ਕਿਉਂ? ਕਹਿੰਦਾ ਜੀ ਜਿਨ੍ਹਾਂ ਨੂੰ ਤੁਸੀਂ ਧੰਨ ਧੰਨ ਕਹਿੰਦੇ ਹੋ, ਨਾ ਤੇ ਮੇਰੀ ਮਾਂ ਹੈ ਤੇ ਨਾ ਕੋਈ ਮੇਰਾ ਪਿਓ ਹੈ। ਕਹਿੰਦਾ ਮੇਰੇ ਮਾਪੇ ਹੈ ਨਹੀਂ। ਲਛਮਣ ਸਿੰਘ ਧਾਰੋਵਾਲੀ ਨੇ ਉਸ ਬੱਚੇ ਨੂੰ ਕੁੱਟ ਕੇ ਗਲਬੱਕੜੀ ਪਾਈ, ਜੱਫੀ ਵਿੱਚ ਲੈ ਕੇ ਕਹਿੰਦੇ ਪੁੱਤਰਾ ਮੈਨੂੰ ਰੱਬ ਨੇ ਔਲਾਦ ਨਹੀਂ ਦਿੱਤੀ। ਦੇਖੋ ਬਈ, ਮੈਨੂੰ ਰੱਬ ਨੇ ਔਲਾਦ ਨਹੀਂ ਦਿੱਤੀ, ਮੈਨੂੰ ਲੱਗਦਾ ਵੀ ਅੱਜ ਗੁਰੂ ਘਰ ਦੇ ਵਿੱਚੋਂ ਮੈਨੂੰ ਪੁੱਤ ਮਿਲ ਗਿਆ ਤੇ ਤੈਨੂੰ ਤੇਰਾ ਪਿਓ ਮਿਲ ਗਿਆ, ਆ ਤੂੰ ਮੇਰਾ ਪੁੱਤ ਬਣ ਤੇ ਆਪਾਂ ਜ਼ਿੰਦਗੀ ਦੀ ਜੰਗ ਲੜਦੇ ਹਾਂ। ਉਹ ਬੱਚੇ ਨੇ ਕੁੱਟ ਕੇ ਗਲਬੱਕੜੀ ਪਾਈ, ਕਹਿੰਦਾ ਗੁਰੂ ਨਾਨਕ ਦੇ ਘਰ ਦੇ ਵਿੱਚ ਅੱਜ ਮੈਨੂੰ ਮਾਪੇ ਮਿਲ ਗਏ ਤੇ ਤੁਹਾਨੂੰ ਤੁਹਾਡਾ ਪੁੱਤ ਮਿਲ ਗਿਆ, ਆਪਾਂ ਪਿਓ ਪੁੱਤ ਬਣ ਕੇ ਚੱਲਾਂਗੇ।
ਤੇ ਜਦੋਂ ਲਛਮਣ ਸਿੰਘ ਧਾਰੋਵਾਲੀ ਆਪਣੇ ਪਿੰਡ ਦੇ ਵਿੱਚੋਂ ਅਰਦਾਸ ਕਰਕੇ ਤੁਰਨ ਲੱਗੇ ਨਾ ਤੇ ਅਰਦਾਸ ਪਤਾ ਕੀ ਕੀਤੀ ਸੁਣਿਆ ਜੇ ਅੱਜ ਮੈਂ ਤੁਹਾਨੂੰ ਤਾਂ ਬੇਨਤੀਆਂ ਕਰਦਾ ਹੁੰਦਾ ਮੈਂ ਉਹ ਲਛਮਣ ਸਿੰਘ ਧਾਰੋਵਾਲੀ ਵਾਲਾ ਥੋੜਾ ਬਹੁਤਾ ਜਜ਼ਬਾ ਤੇ ਰੱਖੋ ਬਈ ਬੇਨਤੀ ਜੇ ਮੇਰੀ ਮੈਂ ਨਹੀਂ ਕਹਿੰਦਾ ਵੀ ਸਵੇਰੇ ਜਾ ਕੇ ਲੜਨ ਲੱਗ ਪਿਆ ਜੇ ਪਰ ਜੇ ਸੰਗਤ ਅਵੇਅਰ ਹੋਵੇ ਨਾ ਸੰਗਤ ਸੁਚੇਤ ਹੋਵੇ ਤੇ ਕੋਈ ਵੀ ਗੁਰਦੁਆਰੇ ਦਾ ਪ੍ਰਬੰਧਕ ਗਲਤੀ ਕਰਨ ਵਾਰੀ ਲੱਖ ਵਾਰੀ ਸੋਚੇਗਾ ਬੋਲੋ ਬਈ ਬੋਲੋ ਜੇ ਸੰਗਤ ਸੁਚੇਤ ਹੋਵੇ ਤੇ ਪ੍ਰਚਾਰਕ ਯਬਲੀਆਂ ਜੀਆਂ ਮਾਰ ਕੇ ਨਹੀਂ ਜਾਵੇਗਾ ਉਹਨੂੰ ਪਤਾ ਹੋਵੇਗਾ ਮੈਂ ਟੂ ਦੀ ਪੁਆਇੰਟ ਗੱਲ ਕਰਨੀ ਹੈ ਕੈਮਰਾ ਮੇਰੇ ਅੱਗੇ ਲੱਗਾ ਪ੍ਰੋਗਰਾਮ ਲਾਈਵ ਚੱਲਦਾ ਪਿਆ ਹੋ ਸਕਦਾ ਇਸ ਪ੍ਰੋਗਰਾਮ ਨੂੰ 10 ਵਾਰੀ ਵੀ ਵੇਖਿਆ ਜਾਵੇ ਬੋਲੋ ਬਈ ਸੁਚੇਤ ਹੋ ਕੇ ਬੋਲੇਗਾ ਨਾ ਹੁਣ ਸੰਗਤ ਸੁਚੇਤ ਹੈ ਤੁਸੀਂ ਅੱਖਾਂ ਵਿੱਚ ਅੱਖ ਪਾ ਕੇ ਵਿਚਾਰ ਸੁਣਦੇ ਪਏ ਹੋ ਇੱਕ ਇੱਕ ਚੀਜ਼ ਨੂੰ ਤੁਸੀਂ ਸੰਭਾਲਦੇ ਪਏ ਹੋ ਤੇ ਮੈਂ ਤੁਹਾਨੂੰ ਮੂਰਖ ਕਿਵੇਂ ਬਣਾ ਦਾਂਗਾ ਅਕੋ ਸਤਨਾਮ ਸ੍ਰੀ ਲਛਮਣ ਸਿੰਘ ਧਾਰੋਵਾਲ ਕਹਿੰਦੇ ਬੜਾ ਸੁਣਿਆ ਵੀ ਮਹੰਤ ਦਾ ਪ੍ਰਬੰਧ ਬੜਾ ਹੈ ਕਿਉਂਕਿ ਮਹੰਤ ਦਾ ਪ੍ਰਬੰਧ ਤੇ ਆਪੇ ਹੋਣਾ ਸੀ 18,000 ਏਕੜ ਕਿੰਨੀ ਜੀ ਨਹੀਂ ਅਜੇ ਫਿਰ ਇੱਕ ਵਾਰੀ ਦੁਬਾਰਾ ਬੋਲੀਏ 18,000 ਏਕੜ ਭੈਣੋ ਕਿਸੇ ਬੰਦੇ ਕੋਲ 5 ਏਕੜ ਜ਼ਮੀਨ ਹੋਵੇ ਨਾ ਉਹ ਕਹਿੰਦਾ ਬੜਾ ਵਧੀਆ ਘਰ ਚੱਲਦਾ ਹੈ ਹਨਾ 18,000 ਏਕੜ ਨਨਕਾਣਾ ਸਾਹਿਬ ਗੁਰਦੁਆਰੇ ਦੀ ਜ਼ਮੀਨ ਸੀ ਜੇ ਕਿਸੇ ਨੇ ਵੇਖਣੀ ਹੋਵੇ ਤੇ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਵਿੱਚ ਰਿਟਨ ਦੇ ਵਿੱਚ ਦਰਜ ਜੇ ਰਿਟਨ ਦੇ ਅੰਦਰ ਦਰਜ ਹੈ 18,000 ਏਕੜ ਦਾ ਵੇਰਵਾ 18,000 ਏਕੜ ਜ਼ਮੀਨ ਤੇ ਮਾਲਕ ਕੌਣ ਹੈ ਨਰੈਣ ਦਾਸ ਮਾਲਕ ਹੈ ਪ੍ਰਵਾਹ ਨਹੀਂ ਕਰਦਾ ਪ੍ਰਵਾਹ ਪਿੰਡਾਂ ਦੇ ਲੋਕ ਇਹਦਾ ਪਾਣੀ ਭਰਦੇ ਨੇ ਹਾਂ ਪਿੰਡਾਂ ਦੇ ਲੋਕ ਇਹਦਾ ਪਾਣੀ ਭਰਦੇ ਨੇ ਬਦਮਾਸ਼ੀ ਪੂਰੀ ਚੱਲਦੀ ਹੈ ਸਰਕਾਰੀ ਦਰਬਾਰੇ ਇਹਦਾ ਨਾਂ ਹੈ ਜੇ ਕੋਈ ਤੁਰਨ ਲੱਗਦਾ ਸੀ ਫਿਰ ਸੋਚਦੇ ਸੀ ਛੱਡ ਮਨਾ ਫਿਰ ਕਿਤੇ ਕਰਾਂਗੇ ਤੇ ਮੇਰਾ ਮਨ ਪਤਾ ਕੀ ਕਹਿੰਦਾ ਮੇਰਾ ਮਨ ਕਹਿੰਦਾ ਵੀ ਜੇ ਕੌਮ ਦੀ ਡੁੱਬਦੀ ਬੇੜੀ ਬੰਨੇ ਲਾਉਣੀ ਹੈ ਨਾ ਤੇ ਸਾਨੂੰ ਇਕੱਠ ਨਹੀਂ ਚਾਹੀਦਾ ਸਾਨੂੰ 4-5 ਹੀ ਬੜੇ ਅੱਕੋ ਸਤਨਾਮ ਸ੍ਰੀ ਬੋਲੋ ਬਈ ਹਨਾ ਲਛਮਣ ਸਿੰਘ ਧਾਰੋਵਾਲ ਨੇ ਪਿੰਡ ਦੇ ਗੁਰਦੁਆਰੇ ਵਿੱਚ ਕੀਤੀ ਅਰਦਾਸ ਕਹਿੰਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਿਆ ਜੇ ਮੇਰੇ ਤੇ ਮੈਂ ਆਪਣੇ ਜਥੇ ਦੇ ਨਾਲ ਚਾਲੇ ਲੱਗਾ ਮੈਂ ਪਾਉਣ ਤੇ ਸੱਚੀ ਮੁੱਚੀ ਮੈਂ ਅੱਜ ਬਾਬਾ ਦੀਪ ਸਿੰਘ ਦੇ ਨਕਸ਼ੇ ਕਦਮ ਤੇ ਚੱਲਾਂਗਾ ਕਿਉਂਕਿ ਜਦੋਂ ਬਾਬਾ ਦੀਪ ਸਿੰਘ ਵੀ ਤਲਵੰਡੀ ਸਾਬੋ ਦੀ ਧਰਤੀ ਤੋਂ ਚੱਲੇ ਸੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਦੇ ਲਈ ਤੇ ਗਿਣਤੀ ਤੇ ਬਹੁਤੀ ਨਹੀਂ ਸੀ ਬੋਲੋ ਬਈ ਗਿਣਤੀ ਤੇ ਜਜ਼ਬਾ ਸੀ ਨਾ ਅੰਦਰ ਤੇ ਗਿਣਤੀ ਆਪਣੇ ਆਪ ਹੌਲੀ ਹੌਲੀ ਵੱਧਦੀ ਗਈ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਸਿਰ ਤੇ ਹੱਥ ਰੱਖਿਆ ਜੇ ਮੈਂ ਤੁਹਾਡੇ ਘਰ ਦੀ ਅਪਵਿੱਤਰਤਾ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਇੱਥੋਂ ਦਾ ਪ੍ਰਬੰਧ ਸੁਚੱਜੇ ਸਿੱਖਾਂ ਦੇ ਹੱਥਾਂ ਵਿੱਚ ਦੇਣਾ ਚਾਹੁੰਦਾ ਵਾਂ ਤੇ ਮੇਰੇ ਸਿਰ ਤੇ ਹੱਥ ਰੱਖਿਆ ਜੇ ਇਹ ਸਿਮਾਵਾਂ ਤੁਸੀਂ ਆਪ ਹੀ ਮੇਰੇ ਕੋਲੋਂ ਲੈ ਲਿਆ ਜੇ ਅਰਦਾਸ ਕੀਤੀ ਅਰਦਾਸ ਕਰਕੇ ਨਾਲਦਿਆਂ ਨੂੰ ਕਹਿੰਦੇ ਚੰਗਾ ਭਾਈ ਜਿਨ੍ਹਾਂ ਵੀਰਾਂ ਨੇ ਜਿਨ੍ਹਾਂ ਭੈਣਾਂ ਨੇ ਨਾਲ ਚੱਲਣਾ ਉਹ ਤੇ ਚੱਲ ਸਕਦੇ ਨੇ ਤੇ ਜਿਨ੍ਹਾਂ ਦੇ ਮਨ ਦੇ ਅੰਦਰ ਮਹੰਤ ਦਾ ਕੋਈ ਮਾੜਾ ਮੋਟਾ ਵੀ ਖੌਫ ਹੈ ਉਹ ਕਿਰਪਾ ਕਰਕੇ ਇੱਥੇ ਹੀ ਰਹਿ ਜਾਓ ਜਥੇ ਦੀ ਗਿਣਤੀ ਵਾਹਵਾ ਹੋ ਗਈ ਕਿਉਂਕਿ ਤੁਸੀਂ ਅੰਦਾਜ਼ਾ ਲਾਓ ਵੀ 150 ਸਿੰਘ ਤੇ ਸ਼ਹੀਦ ਹੋਇਆ ਬੋਲੋ ਕਿੰਨਾ 150 ਸਿੰਘ ਤੇ ਸ਼ਹੀਦ ਹੋਇਆ ਤੇ ਮੈਂ ਇੱਕ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪ੍ਰੋਫੈਸਰ ਸਾਹਿਬ ਸਿੰਘ ਦਾ ਨਾਮ ਸੁਣਿਆ ਬੋਲੋ ਪ੍ਰੋਫੈਸਰ ਨੱਥੂ ਰਾਮ ਤੋਂ ਪ੍ਰੋਫੈਸਰ ਸਾਹਿਬ ਸਿੰਘ ਬਣੇ ਸਨ ਜਿਨ੍ਹਾਂ ਨੇ ਗੁਰਬਾਣੀ ਗ੍ਰਾਮਰ ਦੀ ਖੋਜ ਕੀਤੀ ਸੀ ਵੈਸੇ ਇਹਨਾਂ ਤੋਂ ਪਹਿਲਾਂ ਵੀ ਕੰਮ ਹੋਇਆ ਸੀ ਬਟ ਇਹਨਾਂ ਨੇ ਕੰਮ ਨੂੰ ਬਹੁਤ ਉੱਚੇ ਪੱਧਰ ਤੇ ਲੈ ਕੇ ਗਏ ਤੇ ਮੈਂ ਪ੍ਰੋਫੈਸਰ ਸਾਹਿਬ ਸਿੰਘ ਨੂੰ ਇਸ ਕਰਕੇ ਪਹਿਲ ਦਿੰਦਾ ਵਾਂ ਕਿਉਂਕਿ ਦਰਬਾਰ ਸਾਹਿਬ ਜਿਹੜਾ ਹੁਕਮਨਾਮਾ ਆਉਂਦਾ ਨਾ ਤੇ ਉਹਦੇ ਜਿਹੜੇ ਅਰਥ ਨੇ ਉਹ ਪ੍ਰੋਫੈਸਰ ਸਾਹਿਬ ਸਿੰਘ ਵਾਲੇ ਉੱਥੇ ਲਿਖੇ ਜਾਂਦੇ ਆ ਅਕੋ ਸਤਨਾਮ ਸ੍ਰੀ ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਆਦਿ ਬੀੜ ਬਾਰੇ ਇੱਕ ਕਿਤਾਬ ਲਿਖੀ ਹੈ ਸਾਡੀ ਕੌਮ ਨੂੰ ਪੜ੍ਹਨ ਦੀ ਆਦਤ ਨਹੀਂ ਨਾ ਜੀ ਬੋਲੋ ਪੜ੍ਹਨ ਦੀ ਬੋਲੋ ਭੈਣੋ ਪੜ੍ਹਨ ਦੀ ਆਦਤ ਹੈ ਨਹੀਂ ਹਕੀਕਤ ਹੈ ਜੀ ਇਹ ਮੈਂ ਤੇ ਅੱਜ ਵੀ ਭਾਈ ਸਾਡੀ ਗੱਡੀ ਦੇ ਵਿੱਚ ਵੇਖਿਆ ਜੇ ਮੈਂ ਇੱਥੋਂ ਕਰੀਬ ਮੇਰੇ ਖਿਆਲ ਦੇ ਵਿੱਚ ਜੇ ਮੈਨੂੰ ਭੁਲੇਖਾ ਨਾ ਹੋਵੇ 100 ਕਿਤਾਬ ਤੇ ਹੋਵੇਗੀ 100-150 ਕਿਤਾਬ ਅਸੀਂ ਲੈ ਕੇ ਜਾ ਰਹੇ ਹਾਂ ਸਾਨੂੰ ਪੜ੍ਹਨ ਦਾ ਸ਼ੌਂਕ ਹੈ ਮੇਰੇ ਨਾਲ ਵੀਰ ਜਸਵਿੰਦਰ ਸਿੰਘ ਰਾਜਪੁਰਾ ਨੂੰ ਪੜ੍ਹਨ ਦਾ ਸ਼ੌਂਕ ਹੈ ਆਦਿ ਬੀੜ ਬਾਰੇ ਕਿਤਾਬ ਕਿਹੜੀ ਆਦਿ
ਬੀੜ ਬਾਰੇ ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਬੜੀਆਂ ਬੀੜਾਂ ਦੀ ਖੋਜ ਕੀਤੀ। ਜਦੋਂ ਗਏ ਸੀ ਨਾ ਇੱਥੇ ਸਾਕਾ ਨਨਕਾਣਾ ਵਾਪਰਨ ਤੋਂ ਬਾਅਦ, ਘਟਨਾ ਮੈਂ ਤੁਹਾਨੂੰ ਸੁਣਾਉਣਾ ਪਰ ਇੱਕ ਥੋੜਾ ਜਿਹਾ ਪੁਆਇੰਟ ਦੇ ਦਿਆਂ, ਤੇ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਅੰਦਰ ਵੜੇ ਤੇ ਸਿੰਘਾਂ ਦਾ ਜਿਹੜਾ ਖੂਨ ਹੈ ਉਹ ਅੰਦਰੋਂ ਇੰਨਾ ਕੁ ਨਿਕਲਿਆ ਸੀ, ਬਾਹਰਲੀ ਚਰਨ ਕੁੰਡ ਵਿੱਚ ਪਾਣੀ ਨਹੀਂ, ਬਾਹਰਲੀ ਚਰਨ ਕੁੰਡ ਜਿਹੜੀ ਖੂਨ ਨਾਲ ਭਰੀ ਪਈ ਸੀ। ਅੰਦਾਜ਼ਾ ਲਾਇਆ ਜੀ ਕਿੰਨਾ ਖੂਨ ਵਗਿਆ ਹੋਵੇਗਾ। ਕੱਲੇ ਸਾੜੇ ਨਹੀਂ ਸੀ, ਗੋਲੀਆਂ ਚਲਾਈਆਂ, ਗੰਡਾਸੀਆਂ ਚਲਾਈਆਂ, ਇਹਨਾਂ ਦਾ ਜਿਹੜਾ ਖੂਨ ਸੀ ਉਹ ਸੰਗਮਰਮਰ ਦੇ ਉੱਤੋਂ ਦੀ ਤਿਲਕ ਕੇ ਸਾਰਾ ਗੁਰਦੁਆਰਾ ਭਰ ਕੇ ਤੇ ਚਰਨ ਕੁੰਡ ਭਰੀ ਪਈ ਸੀ। ਜਦੋਂ ਪ੍ਰੋਫੈਸਰ ਸਾਹਿਬ ਸਿੰਘ ਕਦਮ ਲੱਗੇ ਪਾਉਣ, ਪੈਰ ਰੁਕ ਗਏ, ਅੰਦਰ ਗਏ, ਇੱਕ ਸਿੰਘ ਨੇ ਪਤਾ ਕਿਹੜੀ ਗੱਲ ਕਹਿਤੀ, ਕਹਿੰਦਾ ਪ੍ਰੋਫੈਸਰ ਸਾਹਿਬ ਤੁਸੀਂ ਹੁਣ ਤੱਕ ਬੜੀਆਂ ਪੀੜਾਂ ਦੇ ਦਰਸ਼ਨ ਕੀਤੇ ਨੇ, ਆਓ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਉਹ ਪੀੜ ਵਿਖਾਵਾਂ ਜਿਸ ਬੀੜ ਦੇ ਵਿੱਚੋਂ ਦੀ ਗੋਲੀਆਂ ਲੱਗੀਆਂ ਨੇ। ਜਦੋਂ ਪ੍ਰੋਫੈਸਰ ਸਾਹਿਬ ਸਿੰਘ ਅੰਦਰ ਗਏ, ਅੰਦਰ ਤੋਂ ਬਾਅਦ ਅਜੇ ਬੜੇ ਮਤੇ ਪਾਸ ਹੋਣੇ ਸੀ, ਮਤੇ ਪਾਸ ਹੋਣੇ ਸੀ ਨਾ, ਵੈਸੇ ਮਤਾ ਤੇ ਇਹ ਵੀ ਪਾਸ ਹੋਇਆ ਸੀ ਵੀ ਸਾਕਾ ਨਨਕਾਣਾ ਅਸੀਂ ਸਿਰਾਂ ਤੇ ਕਾਲੀਆਂ ਚੁੰਨੀਆਂ ਤੇ ਕਾਲੀਆਂ ਦਸਤਾਰਾਂ ਦੇ ਨਾਲ ਬਣਾਇਆ ਕਰਾਂਗੇ, ਮਤਾ ਤੇ ਇਹ ਵੀ ਪਾਸ ਹੋਇਆ ਸੀ। ਹੁਣ ਸੁਣਦੇ ਜਾਏ ਜੇ ਧਿਆਨ ਨਾਲ, ਸੰਸਕਾਰ ਵੀ ਅਜੇ ਸਿੰਘਾਂ ਦੇ ਹੋਣੇ ਸਨ, ਸੰਸਕਾਰ ਨਹੀਂ ਸੀ ਹੋਏ, ਕਿਉਂਕਿ 20 ਤਰੀਕ ਨੂੰ, ਇੱਕ ਵਾਰੀ ਫਿਰ ਨੋਟ ਕਰ ਲਓ, 20 ਤਰੀਕ ਨੂੰ 20 ਫਰਵਰੀ ਨੂੰ ਤੜਕੇ 6 ਵਜੇ ਜੱਥਾ ਉੱਥੇ ਪਹੁੰਚਿਆ ਸੀ। ਕਈਆਂ ਨੇ 4 ਵਜੇ ਦਾ ਜ਼ਿਕਰ ਕੀਤਾ, ਕਈਆਂ ਨੇ 5 ਵਜੇ ਦਾ ਕੀਤਾ, ਬਹੁਤਿਆਂ ਨੇ 6 ਵਜੇ ਦਾ ਜ਼ਿਕਰ ਕੀਤਾ ਤੇ ਦਵਾ ਦਵ ਲਕਸ਼ਮਣ ਸਿੰਘ ਧਾਰੋਵਾਲੀ ਤਾਬਿਆਂ ਵਿੱਚ ਬਹਿ ਗਏ ਸੀ ਤੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਹੋਇਆ ਸੀ, ਆਪਾਂ ਸਾਰਿਆਂ ਨੂੰ ਪਤਾ ਇਸ ਗੱਲ ਦਾ। ਤੇ ਸੰਸਕਾਰ ਹੋਏ ਨੇ 23 ਨੂੰ ਜਾ ਕੇ, ਮਤੇ ਪੜੇ ਗਏ ਨੇ 23 ਨੂੰ ਜਾ ਕੇ। ਜਿੱਦਣ ਪ੍ਰੋਫੈਸਰ ਸਾਹਿਬ ਸਿੰਘ ਗਏ ਨਾ ਭੈਣੋ, ਉਸ ਦਿਨ ਸ਼ਹੀਦਾਂ ਦਾ ਸੰਸਕਾਰ ਨਹੀਂ ਸੀ ਹੋਇਆ। ਅੰਦਰ ਜਾ ਕੇ ਜਦੋਂ ਸਭ ਕੁਝ ਵੇਖਿਆ ਨਾ, ਇੰਨਾ ਕੁ ਮਨ ਹੌਲਾ ਪੈ ਗਿਆ। ਨਾਲ ਦੇ ਸਾਥੀ ਨੂੰ ਕਹਿੰਦੇ, ਹੁਣ ਜਿਹੜੀ ਵੀ ਗੱਡੀ ਅੰਮ੍ਰਿਤਸਰ ਨੂੰ ਜਾਂਦੀ ਹੈ ਨਾ, ਮੈਨੂੰ ਉਸ ਗੱਡੀ ਤੇ ਚਾੜ ਦਿਓ, ਨਹੀਂ ਤੇ ਇਹਨਾਂ ਲਾਸ਼ਾਂ ਦੇ ਅੰਦਰ ਮੈਂ ਵੀ ਡਿੱਗ ਪਵਾਂਗਾ। ਹਾਲਾਤ ਕੈਸੇ ਸਨ ਮਹਿਸੂਸ ਕਰੋ ਕਦੋਂ। ਹੁਣ ਸਵਾਲ ਇੱਥੇ ਜਗ੍ਹਾ ਤੇ ਫਿਰ ਲੈ ਕੇ ਆਓ ਵੀ ਇਹਨਾਂ ਨੇ ਸ਼ਹਾਦਤਾਂ ਦਿੱਤੀਆਂ ਕਿਉਂ? ਗੁਰਦੁਆਰਿਆਂ ਦੇ ਸੁਧਾਰ ਵਾਸਤੇ ਬੋਲੋ ਬਈ। ਤੇ ਅੱਜ ਮਹਿਸੂਸ ਕਰੋ ਕਿ ਤੁਹਾਡੇ ਗੁਰਦੁਆਰਿਆਂ ਦਾ ਸੁਧਾਰ ਹੋ ਗਿਆ। ਮੈਨੂੰ ਮਾਫ਼ ਕਰ ਦਿਆ ਜੀ, ਇਹ ਗੱਲਾਂ ਬੜੀਆਂ ਕੌੜੀਆਂ ਨੇ, ਭੈਣੋ ਬੋਲੋ ਕਿ ਗੁਰਦੁਆਰਿਆਂ ਦਾ ਸੁਧਾਰ ਹੋ ਗਿਆ ਨਹੀਂ ਹੋਇਆ? ਕਿ ਤੁਹਾਨੂੰ ਅੱਜ ਗੁਰਦੁਆਰਾ ਸੁਧਾਰ ਲਹਿਰ ਦੀ ਲੋੜ ਨਹੀਂ? ਡੈਮੋਕ੍ਰੇਸੀ ਤਰੀਕੇ ਦੇ ਨਾਲ ਬੋਲੋ, ਲੋਕਤੰਤਰਕ ਤਰੀਕੇ ਦੇ ਨਾਲ ਬੋਲੋ। ਮੈਂ ਤੁਹਾਨੂੰ ਪੁੱਛਦਾ ਵਾਂ, ਬੜੇ ਮੇਰੇ ਸਿਆਣੇ ਬਜ਼ੁਰਗ ਬੈਠੇ ਨੇ, ਮੇਰੇ ਪਿੱਛੇ ਬੈਠੇ ਨੇ, ਸਾਹਮਣੇ ਇੱਧਰ ਬੈਠੇ ਨੇ, ਕਿ ਲੋਕਤੰਤਰਕ ਤਰੀਕੇ ਦੇ ਨਾਲ ਅੱਜ ਗੁਰਦੁਆਰਾ ਸੁਧਾਰ ਲਹਿਰ ਦੀ ਲੋੜ ਹੈ ਕਿ ਨਹੀਂ ਹੈ? ਬੋਲੋ ਬਈ, ਹੈਗੀ ਹੈ ਨਾ? ਇੱਥੇ ਸਾਰਿਆਂ ਨੇ ਸਿਰ ਮਾਰ ਦੇਣਾ, ਪਰ ਜਦੋਂ ਸਿਸਟਮ ਦੇ ਵਿਰੁੱਧ ਬੋਲਣ ਦੀ ਗੱਲ ਆਉਂਦੀ ਹੈ ਨਾ, ਫਿਰ ਸਾਰੇ ਸ਼ਾਂਤ ਹੋ ਜਾਂਦੇ। ਅੱਗੋ ਸਤਨਾਮ ਸ੍ਰੀ ਸਾਡੇ ਨਾਲ ਵਾਪਰੀ ਹੈ ਜੀ। ਤੁਸੀਂ ਇੱਕ ਸਨੌਰ ਕਾਂਡ ਦਾ ਨਾਮ ਸੁਣਿਆ ਹੋਵੇਗਾ, ਨਹੀਂ ਤੇ ਯੂਟਿਊਬ ਤੇ ਸਰਚ ਕਰਿਆ ਜੇ ਸਨੌਰ ਕਾਂਡ ਪਟਿਆਲਾ, ਤੇ ਤੁਹਾਨੂੰ ਉਹ ਚੀਜ਼ ਲੱਭੇਗੀ। ਬੱਚੇ ਗੁਰਸਿੱਖ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਮੱਥਾ ਟੇਕਣ ਜਾ ਰਹੇ ਸੀ, ਪੈਟਰੋਲ ਪੰਪ ਤੇ ਕਿਸੇ ਗੱਲ ਤੋਂ ਕਹਾ ਸੁਣੀ ਹੋ ਗਈ, ਹਾਂ ਸਿਰ ਖਿਲਿਆ ਦਾ ਮਤਲਬ ਪਤਾ ਤੁਹਾਨੂੰ, ਤੇ ਉਹਨਾਂ ਬੱਚਿਆਂ ਨੂੰ ਪੁਲਿਸ ਨੇ ਅਣਮਨੁੱਖੀ ਤਸ਼ੱਦਦ ਕੀਤਾ, ਕੁੱਟਿਆ। ਜਦੋਂ ਖਬਰ ਸਾਡੇ ਤੱਕ ਆਈ, ਅਸੀਂ ਮਾਮਲੇ ਵਿੱਚ ਸਟੈਂਡ ਲੈ ਗਏ, ਤੇ ਭੈਣੋ ਪਹਿਲੇ ਦਿਨ ਜਿਹੜੇ ਸਾਡੇ ਨਾਲ ਸੀ ਨਾ, ਜਦੋਂ ਉਹਨਾਂ ਨੇ ਵੇਖਿਆ ਵੀ ਮਾਮਲਾ ਲੜਾਈ ਤੇ ਪ੍ਰਸ਼ਾਸਨ ਦੇ ਨਾਲ ਹੈ, ਸਿੱਧੀ ਪ੍ਰਸ਼ਾਸਨ ਦੇ ਨਾਲ ਇਹਨਾਂ ਦੀ ਲੜਾਈ ਹੈ ਸਿੱਧੀ ਨਾ, ਕੱਲ ਨੂੰ ਆਪਾਂ ਪ੍ਰਸ਼ਾਸਨ ਨਾਲ ਪੰਗਾ ਲੈਣਾ। ਹਕੀਕਤ ਇਹ ਹੈ, ਬਾਪੂ ਦੀ ਗੋਦ ਵਿੱਚ ਕਹਿ ਰਿਹਾ ਵਾਂ, ਔਰ ਸਨੌਰ ਕਾਂਡ ਯੂਟਿਊਬ ਤੇ ਪਿਆ ਹੋਇਆ, ਮੈਂ ਤੇ ਮੇਰਾ ਵੀਰ ਸਾਹਮਣੇ ਜਸਵਿੰਦਰ ਸਿੰਘ ਰਾਜਪੁਰਾ, ਇਹ ਮੇਰੇ ਨਾਲ ਹੁੰਦਾ, ਦੁੱਖ ਸੁੱਖ ਦੇ ਵਿੱਚ ਬੜਾ ਖਲੁੰਦਾ ਜੀ, ਅਸੀਂ ਦੋ ਇੱਕ ਪਾਸੇ, ਸਾਡਾ ਅਕਾਲ ਚੈਨਲ ਸਾਡੇ ਨਾਲ ਤੇ ਸਾਰਾ ਪ੍ਰਸ਼ਾਸਨ ਇੱਕ ਪਾਸੇ। ਹਕੀਕਤ ਹੈ, ਮੈਂ ਮਹਿਸੂਸ ਕਰਦਾ ਵਾਂ, ਅਸੀਂ ਗੱਲਾਂ ਬੜੀਆਂ ਕਰਦੇ ਹਾਂ ਪਰ ਜਦੋਂ ਸਿਸਟਮ ਦੇ ਵਿਰੁੱਧ ਖਲੋਣ ਦੀ ਗੱਲ ਆਉਂਦੀ ਹੈ ਨਾ ਬਜ਼ੁਰਗੋ, ਸੱਚ ਹੈ ਨਾ ਜੀ, ਉਦੋਂ ਫਿਰ ਸਾਰੇ ਪਤਾ ਕੀ ਨਿੱਜੀ ਗਰਜਾਂ ਮਾਰ ਜਾਂਦੀਆਂ ਨੇ। ਬੋਲੋ ਕੀ? ਨਿੱਜੀ ਗਰਜਾਂ, ਜੋ ਨਹੀਂ ਸੀ ਚਾਹੀਦੀਆਂ। ਮੈਂ ਕਹਿੰਦਾ ਜੇ ਪ੍ਰਚਾਰਕ ਗਲਤ ਹੈ ਉਹਨੂੰ ਸਾਫ਼ ਕਹੋ ਵੀ ਭਾਈ ਜੀ ਇੱਥੇ ਤੁਸੀਂ ਗਲਤ, ਪ੍ਰਬੰਧਕ ਗਲਤ ਹੈ ਤੇ ਉਹਨੂੰ ਕਹੋ, ਜੇ ਵੱਡੀਆਂ ਕਮੇਟੀਆਂ ਗਲਤ ਨੇ ਤੇ ਕਿਰਪਾ ਕਰਕੇ ਥੋੜਾ ਬਹੁਤ ਕਹਿਣ ਦੀ ਜ਼ਰੂਰਤ ਤੇ ਰੱਖੋ ਬਈ। ਬੋਲੋ ਅੱਖੋ ਸਤਨਾਮ ਸ੍ਰੀ, ਤੁਹਾਡੇ ਆਖਣ ਦੇ ਨਾਲ ਹੀ ਸੁਧਾਰ ਹੋਣਾ ਨਾ। ਹੁਣ ਜੇ ਸਿੱਖ ਸੰਗਤ ਦਿੱਲੀ ਦੀ ਸੌਂ ਜਾਵੇਗੀ,
ਅਸੀਂ ਨਹੀਂ ਪੁੱਛਣਾ, ਫਿਰ ਅਸੀਂ ਪਤਾ ਕੀ ਕਹਿੰਦੇ ਹਾਂ, ਅਸੀਂ ਵੋਟਾਂ ਵੀ ਨਹੀਂ ਪਾਉਣੀਆਂ। ਤੇ ਇਹ ਕਿਹੜਾ ਲੋਕਤੰਤਰ ਹੈ ਵੀ ਜੇ 75% ਤੁਸੀਂ ਵੋਟ ਨਹੀਂ ਪਾਓਗੇ ਤੇ 25% ਜਿਹੜੇ ਸਿੱਖ ਨੇ ਕੀ ਬਾਕੀ ਦੇ ਦਿੱਲੀ ਦੇ ਲੋਕਾਂ ਦਾ ਭਵਿੱਖ ਤੈਅ ਕਰਨਗੇ? ਬੋਲੋ ਨਾ, ਮੈਂ ਤੁਹਾਨੂੰ ਪੁੱਛਦਾ ਵਾਂ ਇੱਕ ਚੀਜ਼, ਮੈਨੂੰ ਦੱਸੋ, ਤੁਹਾਨੂੰ ਵੀ ਪਤਾ ਹੈ ਵੀ ਪਿਛਲੇ ਇਲੈਕਸ਼ਨ ਦੇ ਵਿੱਚ ਦਿੱਲੀ ਦੀ ਸੰਗਤ ਨੇ ਵੋਟਿੰਗ ਬਹੁਤ ਘੱਟ ਕੀਤੀ, ਪਤਾ ਹੈ ਨਾ, ਮੰਨ ਕੇ ਚੱਲੋ ਵੀ 25-30% ਵੋਟ ਪਈ, ਪਤਾ ਤੁਹਾਨੂੰ ਸਾਰਾ ਪਤਾ, 70% ਨੇ ਵੋਟ ਨਹੀਂ ਪਾਈ ਕਿਉਂਕਿ ਅੰਦਰੋਂ ਦੁਖੀ ਸਨ। ਹੁਣ ਮੰਨ ਲਓ 25% ਲੋਕ ਬਾਕੀ ਦੇ 75% ਦੇ ਮੁਕੱਦਰ ਦਾ ਫੈਸਲਾ ਕਰਨਗੇ, ਫਿਰ ਆਹੀ ਅਰਥ ਆ ਗਿਆ? ਬੋਲੋ ਬਈ, ਬੇਨਤੀ ਜੇ ਮੇਰੀ, ਥੋੜਾ ਸੁਚੇਤ ਹੋਈਏ। ਹੁਣ ਕਈਆਂ ਨੇ ਪੁੱਛਣਾ ਫਿਰ ਕਿੱਧਰ ਜਾਈਏ, ਸਵਾਲ ਆਵੇਗਾ ਨਾ ਬਜ਼ੁਰਗੋ, ਸਵਾਲ ਆਵੇਗਾ ਨਾ ਕਿੱਧਰ ਜਾਈਏ, ਤੂੰ ਦੱਸ। ਨਹੀਂ, ਮੈਂ ਕਿਸੇ ਪਾਰਟੀ ਕਿਸੇ ਧੜੇ ਦਾ ਨਹੀਂ, ਪਰ ਇੰਟਰਵਿਊ ਕਰਨ ਲਈ ਮੈਂ ਸਾਰਿਆਂ ਕੋਲ ਜਾਂਦਾ ਵਾਂ। ਜੇ ਮੈਨੂੰ ਕੋਈ ਕਹਿ ਦਿੰਦਾ ਵੀ ਪ੍ਰਸ਼ਾਦਾ ਛਕ ਲਓ, ਮੈਂ ਛਕ ਲੈਂਦਾ ਵਾਂ, ਨਹੀਂ ਤੇ ਮੈਂ ਬੇਕਾ ਦਾ ਕਹਿ ਰਿਹਾ ਵਾਂ, ਜਿੱਥੇ ਸਾਨੂੰ ਭੁੱਖ ਲੱਗਦੀ ਹੈ ਅਸੀਂ ਸੜਕ ਤੇ ਖਲੋ ਕੇ ਵੀ ਖਾ ਲੈਂਦੇ ਹਾਂ, ਪਰ ਮਨ 'ਚ ਇੱਕ ਚੀਜ਼ ਲੈ ਕੇ ਚੱਲਦਾ, ਮਨਾ ਵਕਾਊ ਹੋ ਕੇ ਨਹੀਂ ਚੱਲਦਾ। ਅੱਗੋ ਸਤਨਾਮ ਸ੍ਰੀ। ਸੋ ਤਾਂ ਬੇਨਤੀ ਕਰਦਾ ਵੀ ਸਾਨੂੰ ਅੱਜ ਵੀ ਸੁਧਾਰ ਲਹਿਰ ਦੀ ਲੋੜ ਹੈ, ਲੋਕਤੰਤਰਕ ਤਰੀਕੇ ਦੇ ਨਾਲ। ਬੋਲੋ ਕਿਹੜਾ? ਸੰਵਿਧਾਨਕ ਤਰੀਕਾ ਹੋਵੇ ਸਾਡਾ, ਹੈ ਨਾ। ਮੈਂ ਨਹੀਂ ਕਹਿੰਦਾ ਸਵੇਰੇ ਡਾਂਗਾ ਚੁੱਕ ਲਓ, ਸੋਟੇ ਚੁੱਕ ਲਓ, ਕਿਉਂ ਆਖਾਂ ਬਈ, ਮੈਂ ਤਾਂ ਕਹਾਂਗਾ ਲੋਕਤੰਤਰਕ ਤਰੀਕੇ ਦੇ ਨਾਲ ਗੁਰਦੁਆਰਿਆਂ ਦਾ ਪ੍ਰਬੰਧ, ਜੇ ਕੋਈ ਚੰਗਾ ਚਲਾ ਰਿਹਾ ਉਹਦਾ ਸਾਥ ਦਿਓ, ਉਹਦੀਆਂ ਲੱਤਾਂ ਨਾ ਖਿੱਚੋ, ਹੈ ਨਾ, ਤੇ ਜੇ ਕੋਈ ਗਲਤ ਚਲਾ ਰਿਹਾ ਤੇ ਬਈ ਵਿਰੋਧ ਕਰੋ। ਅੱਗੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਪਿਆਰ ਦੇ ਨਾਲ ਅਗਲੀ ਗੱਲ ਸੁਣਿਆ ਜੀ। ਜਦੋਂ ਭੈਣੋ ਲਛਮਣ ਸਿੰਘ ਧਾਰੂਵਾਲੀ ਪਿੰਡ ਦੇ ਵਿੱਚੋਂ ਲੱਗੇ ਤੁਰਨ, ਭੈਣਾਂ ਕਹਿੰਦੀਆਂ ਅਸੀਂ ਵੀ ਨਾਲ ਜਾਣਾ, ਤੇ ਵੀਰ ਕਹਿੰਦੇ ਅਸੀਂ ਵੀ ਨਾਲ ਜਾਣਾ। 10-15 ਮਿੰਟਾਂ ਦੀ ਸਮਾਪਤੀ ਹੈ, ਸੁਣ ਕੇ ਜਾਏ। ਵੈਸੇ ਜਾਣ ਵਾਲੇ ਤੇ ਤੁਸੀਂ ਹੈ ਨੀ, ਭਾਵੇਂ ਅੱਧੀ ਰਾਤ ਤੱਕ ਲੱਗਾ ਰਹਾਂ, ਪਰ ਫਿਰ ਵੀ ਮੈਂ ਕਿਹਾ ਹੌਸਲਾ ਜਿਹਾ ਦੇ ਹੀ ਦਿਆਂ। ਇਹ ਨਾ ਸੋਚਦੇ ਹੁਣ ਵੀ ਹੁਣ ਸਮਾਪਤੀ ਕਦੋਂ ਹੋਣੀ, ਮੈਂ ਤਾਂ ਥੋੜਾ ਹਿੰਟ ਜਿਹਾ ਦੇ ਦਿੱਤਾ। ਲਛਮਣ ਸਿੰਘ ਧਾਰੋਵਾਲੀ ਨੇ ਜਦੋਂ ਇੰਨੀ ਗੱਲ ਕਹੀ, ਮੈਂ ਚੱਲਿਆ ਵਾਂ, ਇੱਕ ਆਵਾਜ਼ ਹੀ ਕਾਹਦੇ ਲਈ, ਕਹਿੰਦੇ ਗੁਰੂ ਨਾਨਕ ਦਾ ਘਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਬੋਲੋ, ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਕਹਿੰਦਾ ਉਸ ਧਰਤੀ ਦੇ ਉੱਪਰ ਗਲਤ ਬੰਦੇ ਆ ਕੇ ਉੱਥੋਂ ਦੀ ਪਵਿੱਤਰਤਾ ਨੂੰ ਭੰਗ ਕਰਦੇ ਨੇ, ਮੈਂ ਆਪਣੇ ਖੂਨ ਦੇ ਨਾਲ ਉਹਨਾਂ ਦਾਗਾਂ ਨੂੰ ਧੋਣਾ ਚਾਹੁੰਦਾ ਵਾਂ। ਨਾਲ ਦੇ ਕਹਿੰਦੇ ਅਸੀਂ ਵੀ ਚੱਲਾਂਗੇ, ਭੈਣਾਂ ਕਹਿੰਦੀ ਅਸੀਂ ਵੀ ਚੱਲਾਂਗੇ, ਤੇ ਜਿਹੜਾ ਗੋਦ ਲਿਆ ਪੁੱਤਰ ਸੀ ਨਾ, ਉਹ ਕਹਿੰਦਾ ਬਾਪੂ ਮੈਂ ਨਾਲ ਚੱਲਾਂ। ਕਹਿੰਦੇ ਪੁੱਤਰ ਆਪਣਾ ਮਨ ਵੇਖ। ਕਹਿੰਦਾ ਬਾਪੂ ਜਿੱਦਣ ਗੁਰਦੁਆਰੇ ਆਪਾਂ ਇਕੱਠੇ ਹੋਏ ਸਾਂ ਨਾ, ਤੇ ਮੈਂ ਤੁਹਾਨੂੰ ਮਿਲਿਆ ਸਾਂ, ਉਦਣ ਕਿਹਾ ਨਹੀਂ ਸੀ ਵੀ ਵਿਛੋੜਾ ਪਏਗਾ, ਜੇ ਹੁਣ ਤੁਸੀਂ ਚੱਲੇ ਹੋ ਸ਼ਹੀਦੀ ਦੇਣ ਦੇ ਲਈ, ਤੇ ਇਸ ਪੁੱਤ ਦੀ ਸ਼ਹਾਦਤ ਵੀ ਪਵਾ ਦਿਓ ਨਾ। ਅੱਗੋ ਸਤਨਾਮ ਸ੍ਰੀ। ਬਾਬਾ ਬੰਦਾ ਸਿੰਘ ਬਹਾਦਰ ਦਾ ਸਾਕਾ ਦੁਹਰਾ ਦਿਓ ਨਾ ਇੱਕ ਵਾਰੀ। ਕਹਿੰਦੇ ਚੱਲ ਬੇਟਾ ਤੂੰ ਵੀ ਚੱਲ। ਇਹਨਾਂ ਨੇ ਨਾ ਦੂਜੇ ਜਥੇ ਨੂੰ ਕਹਿ ਦਿੱਤਾ ਵੀ ਫਲਾਣੀ ਜਗ੍ਹਾ ਤੇ ਆਪਾਂ ਮੇਲ ਕਰਾਂਗੇ। ਕੁਦਰਤੀ ਤੌਰ ਤੇ ਸਮੇਂ ਦਾ ਥੋੜਾ ਹੇਰ ਫੇਰ ਬਣਿਆ ਤੇ ਉੱਥੇ ਮੇਲਾ ਨਾ ਹੋਇਆ। ਇਹ ਖਬਰ ਲੱਗੀ ਪਤਾ ਉਸ ਤੋਂ ਬਾਅਦ ਉਹ ਸਮੇਂ ਦੇ ਆਗੂਆਂ ਨੂੰ, ਉਹਨਾਂ ਨੇ ਵੀ ਕਹਿ ਦਿੱਤਾ, ਕਹਿੰਦੇ ਦਬਾ ਦਬ ਲਛਮਣ ਸਿੰਘ ਧਾਰੋਵਾਲੀ ਨੂੰ ਰੋਕ ਦਿਓ, ਉਹਨੂੰ ਕਹੋ ਕਿ ਜਿੰਨੀ ਦੇਰ ਤੱਕ ਆਪਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੈਠ ਕੇ ਗੁਰਮਤਾ ਨਹੀਂ ਕਰਦੇ, ਉਨੀ ਦੇਰ ਤੱਕ ਕੋਈ ਕਦਮ ਨਾ ਪੁੱਟੇ, ਕਿਉਂਕਿ ਮਹੰਤ ਦੀਆਂ ਤਿਆਰੀਆਂ ਬੜੀਆਂ ਗਜ਼ਬ ਦੀਆਂ ਨੇ। ਇਹ ਸੁਨੇਹਾ ਵੀ ਇਹਨਾਂ ਤੱਕ ਨਹੀਂ ਅਪੜਿਆ, ਕਿਉਂਕਿ ਜਿਹੜਾ ਸਿੰਘ ਸੁਨੇਹਾ ਲੈ ਕੇ ਜਿੱਥੇ ਅਪੜਿਆ ਉੱਥੋਂ ਇਹ ਜਥਾ ਪਹਿਲਾਂ ਜਾ ਚੁੱਕਾ ਸੀ। ਇੱਕ ਛੋਟੀ ਜਿਹੀ ਹੋਰ ਬੇਨਤੀ ਕਰਦੇ ਹਾਂ। ਜਿਹੜਾ ਕਿਹਾ ਜਾਂਦਾ ਨਾ ਨਨਕਾਣਾ ਸਾਹਿਬ ਦੇ ਲਾਗੇ ਭੱਠੇ ਦੇ ਕੋਲ ਮਿਲਾਪ ਹੋਏ, ਉਹਨੇ ਜਾਣਕਾਰੀਆਂ ਦਿੱਤੀਆਂ, ਉਹ ਵੀ ਖੇਮ ਸਿੰਘ ਬੇਦੀ ਦਾ ਰਿਸ਼ਤੇਦਾਰ ਸੀ। ਮੈਨੂੰ ਖਿਮਾ ਕਰਦੇ ਤੇ ਹੁਣ ਗੱਲਾਂ ਕੌੜੀਆਂ ਲੱਗਣਗੀਆਂ, ਪਰ ਦੱਸਣਾ ਤੁਹਾਡਾ ਫਰਜ਼ ਬਣਦਾ ਮੇਰਾ। ਉਹਨੇ ਵੀ ਦੱਸਿਆ ਵੀ ਤਿਆਰੀਆਂ ਬੜੀਆਂ ਗਜ਼ਬ ਦੀਆਂ ਨੇ। ਕਹਿੰਦੇ ਇੱਕ ਚੀਜ਼ ਤੈਨੂੰ ਦੱਸ ਦਈਏ, ਜੇ ਤਿਆਰੀਆਂ ਉਧਰ ਵੀ ਬੜੀਆਂ ਗਜ਼ਬ ਦੀਆਂ ਨੇ ਤੇ ਘੱਟ ਤਿਆਰੀਆਂ ਤੇ ਅਸੀਂ ਵੀ ਨਹੀਂ ਕਰਕੇ ਆਏ। ਤਿਆਰੀਆਂ ਇੱਧਰ ਵੀ ਬੜੀਆਂ ਨੇ, ਖੂਨ ਡੁੱਲੇਗਾ, ਸ਼ਹਾਦਤਾਂ ਹੋਣਗੀਆਂ, ਉਹਦੇ ਤੋਂ ਤੁਸੀਂ ਮੈਂਟਲੀ ਪ੍ਰਪੇਅਰ ਹੋ ਕੇ ਆਏ ਆ। ਨਾਲੇ ਗੁਰੂ ਨਾਨਕ ਦੇ ਘਰ ਦੀ ਫੀਸ ਕੀ ਹੈ ਪਤਾ ਜੇ? ਜਾਓ ਤਾਓ ਪ੍ਰੇਮ ਖੇਲਣ ਕਾ ਚਾਓ। ਬੋਲੋ, ਹਾਂ ਮੇਰੇ ਨਾਲ ਨਾਲ ਬੋਲੋ, ਅੱਗੇ ਨਾ ਬੋਲਿਆ ਜੇ, ਆਪਾਂ ਉਵੇਂ ਉਵੇਂ ਤੁਕਾਂ ਪੜਾਂਗੇ। ਬੋਲੋ, ਜਾਓ ਤਾਓ ਪ੍ਰੇਮ ਖੇਲਣ ਕਾ ਚਾਓ,
ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਹਾਂ ਮਰਨੇ ਤੇ ਕਿਆ ਡਰਪਣਾ ਕਾਹਦਾ ਡਰ ਹੈ ਮੌਤ ਦਾ ਹੁਣ ਇਹ ਵੀ ਤਿਆਰੀ ਦੇ ਵਿੱਚ ਨੇ ਅੱਗੇ ਵੀ ਤਿਆਰੀ ਦੇ ਵਿੱਚ ਹੈ ਤੜਕੇ ਕਹਿੰਦੇ ਵੱਡਾ ਕਿਵਾੜ ਕੀ ਕਹਿੰਦੇ ਆ ਜੀ ਵੱਡਾ ਕਿਵਾੜ ਹੁਣ ਭੈਣੋ ਕਈਆਂ ਨੂੰ ਕਿਵਾੜ ਦਾ ਨੀ ਪਤਾ ਹੁਣ ਦਰਵਾਜ਼ਾ ਕਹਿ ਦਿਆਂ ਮੈਂ ਤੁਹਾਨੂੰ ਸਮਝਾਉਣ ਦੇ ਲਈ ਦਰਸ਼ਨ ਦੀਜਾ ਖੋਲ ਹਾਂ ਗੁਰਬਾਣੀ ਚ ਪੜ੍ਹਦੇ ਹੋ ਨਾ ਸਾਰੇ ਤੁਸੀਂ ਕਿਵਾੜ ਸਵੇਰੇ ਸਵੇਰੇ ਜਦੋਂ ਦਰਬਾਰ ਸਾਹਿਬ ਵੈਸੇ ਉਹ ਮਾਹੌਲ ਬੜਾ ਗਜ਼ਬ ਦਾ ਹੁੰਦਾ ਜੇ ਮੈਂ ਕਈ ਵਾਰੀ ਕਈਆਂ ਨੂੰ ਕਹਿਣਾ ਹੁੰਦਾ ਵਾ ਜਦੋਂ ਦਿੱਲੀ ਦੀ ਸੰਗਤ ਦਰਬਾਰ ਸਾਹਿਬ ਜਾਂਦੀ ਹੈ ਕਿੱਥੇ ਆਵਾਜ਼ ਨੀ ਆਈ ਦਿੱਲੀ ਦੀ ਸੰਗਤ ਤੇ ਸਾਡਾ ਸਾਰਾ ਜ਼ੋਰ ਪਤਾ ਕਿਤੇ ਤੇ ਲੱਗਾ ਹੁੰਦਾ ਕਮਰਾ ਲੈਣ ਤੇ ਬੋਲੋ ਬਈ ਹਾਂ ਹੱਸਣਾ ਨੀ ਗੱਲ ਨੂੰ ਸੁਣਨਾ ਮਹਿਸੂਸ ਕਰਨਾ ਸਾਡਾ ਸਾਰਾ ਜ਼ੋਰ ਪਤਾ ਕਿਤੇ ਤੇ ਲੱਗਾ ਹੁੰਦਾ ਕਮਰਾ ਲੈਣ ਤੇ ਮੈਂ ਕਈ ਵਾਰੀ ਵੇਖਿਆ ਕਮਰਾ ਲੈ ਕੇ ਇੰਨਾ ਚਾਹ ਚੜ੍ਹਦਾ ਇੰਨਾ ਚਾਹ ਇਹਨਾਂ ਨੂੰ ਦਰਸ਼ਨਾਂ ਦਾ ਨੀ ਚੜ੍ਹਦਾ ਅੱਗੇ ਕਦੀ ਕਮਰੇ ਚ ਨਹੀਂ ਜੇ ਸੁੱਤੇ ਜੀ ਇੱਕ ਰਾਤ ਬਾਹਰ ਪੈਣਾ ਪੈਗਾ ਫਿਰ ਕਿੱਡੀ ਕਾਫਤ ਆ ਜਾਵੇਗੀ ਸੌ ਕੇ ਵੇਖੋ ਬਾਹਰ ਉਸ ਪ੍ਰਕਰਮਾ ਦੇ ਵਿੱਚ ਸੌ ਕੇ ਵੇਖੋ ਉਸ ਪ੍ਰਕਰਮਾ ਨੂੰ ਮਹਿਸੂਸ ਕਰੋ ਉਸ ਪ੍ਰਕਰਮਾ ਦੀ ਵਾਈਬ੍ਰੇਸ਼ਨ ਨੂੰ ਮਹਿਸੂਸ ਕਰੋ ਇੱਕ ਦਿਨ ਦੇ ਵਿੱਚ ਕਿੰਨੀਆਂ ਰੱਬ ਰੰਗੀਆਂ ਰੂਹਾਂ ਉਹਦੇ ਉੱਤੋਂ ਦੀ ਲੰਘੀਆਂ ਨੇ ਬੋਲੋ ਬੋਲੋ ਕਿੰਨੇ ਮਹਾਂਪੁਰਸ਼ ਲੰਘੇ ਨੇ ਕਿੰਨੇ ਜੀਵਨ ਵਾਲੇ ਲੰਘੇ ਨੇ ਕਿੰਨੇ ਕੁਰਬਾਨੀ ਵਾਲੇ ਲੰਘੇ ਨੇ ਕਿੰਨੇ ਗੁਰੂ ਨੂੰ ਸਮਰਪਿਤ ਤੇ ਡੈਡੀਕੇਟਡ ਲੰਘੇ ਨੇ ਅੱਜ ਉਸ ਪ੍ਰਕਰਮਾ ਦੇ ਵਿੱਚ ਮੈਂ ਪੈ ਰਿਹਾ ਵਾਂ ਜਿਹਦੇ ਤੇ ਪਤਾ ਨੀ ਕਿੰਨੇ ਕੁ ਸ਼ਹੀਦਾਂ ਦੇ ਸਿਰ ਨੇ ਉਹਦੀ ਵਾਈਬ੍ਰੇਸ਼ਨ ਨੂੰ ਮਹਿਸੂਸ ਕਰਿਆ ਜੇ ਤੁਹਾਡੀ ਬੈਟਰੀ ਚਾਰਜ ਹੋ ਜਾਏਗੀ ਹਾਂ ਪੱਕੀ ਗੱਲ ਹੈ ਮਹਿਸੂਸ ਕਰਿਆ ਜੇ ਕਦੇ ਸਾਡਾ ਸਾਰਾ ਜ਼ੋਰ ਕਮਰਿਆਂ ਤੇ ਲੱਗਾ ਹੁੰਦਾ ਅੱਗੋ ਸਤਨਾਮ ਸ੍ਰੀ ਤੇ ਜਿਹੜਾ ਤੜਕੇ ਦਾ ਦ੍ਰਿਸ਼ ਹੈ ਨਾ ਬੋਲੋ ਕਿਹੜਾ ਆਵਾਜ਼ ਨੀ ਆਈ ਕਿਹੜਾ ਹਾਂ ਦਿੱਲੀ ਵਾਲੇ ਆਵਾਜ਼ ਕੱਢਿਆ ਕਰੋ ਥੋੜੀਆਂ ਆਵਾਜ਼ਾਂ ਮੱਧਮ ਜੇ ਨਿਕਲਦੀਆਂ ਇੰਜ ਨੀ ਇਹ ਸਾਰਾ ਪ੍ਰੋਗਰਾਮ ਵੀਰ ਲਾਈਵ ਕਰਦੇ ਪਏ ਨੇ ਅਕਾਲ ਚੈਨਲ ਤੇ ਚੱਲਣਾ ਤੇ ਬਈ ਅਕਾਲ ਚੈਨਲ ਤੇ ਮਹੀਨੇ ਤੇ ਮੇਰੇ 30-35 ਸ਼ੋਅ ਚੱਲਦੇ ਨੇ ਤੇ ਸਾਡੇ ਅਕਾਲ ਚੈਨਲ ਨੇ ਕਹਿਣਾ ਵੀ ਅੱਜ ਮਖੂ ਦਾ ਗਲ ਬਹਿ ਗਿਆ ਆਖਣਗੇ ਨਾ ਵੀ ਅੱਜ ਆਵਾਜ਼ ਦੀ ਗੱਲ ਸ਼ਹੀਦਾਂ ਦੀ ਕਰਦਾ ਪਿਆ ਸੀ ਤੇ ਸੰਗਤ ਦਾ ਸਾਥ ਰਿਸਪੋਂਸ ਤੁਸੀਂ ਦੱਬ ਕੇ ਦਿਆ ਕਰੋ ਆਵਾਜ਼ ਕੱਢੋ ਹਾਂ ਹੁਣ ਧਿਆਨ ਦੇ ਕੇ ਸੁਣਿਆ ਜੇ ਮੈਂ ਫਿਰ ਉਸੇ ਪੁਆਇੰਟ ਤੇ ਲੈ ਕੇ ਆਵਾਂ ਤੜਕੇ ਦਾ ਮਾਹੌਲ ਦਰਬਾਰ ਸਾਹਿਬ ਕਦੀ ਤੱਕੋ ਜਦੋਂ ਨਗਾਰੇ ਧੌਂਸੇ ਰਣ ਸਿੰਘੇ ਵਾਹ ਬਈ ਵਾਹ ਇਹ ਬੜੀਆਂ ਕੁਦਰਤੀ ਜੀਆਂ ਬਾਜਾਂ ਸੀ ਅੱਜ ਤੇ ਵੈਸੇ ਨੇਚਰ ਸਾਊਂਡ ਦੇ ਨਾਲ ਇਲਾਜ ਹੋਣ ਲੱਗ ਪਏ ਜੇ ਹਾਂ ਮੈਂ ਫੋਰਨ ਦੇ ਵਿੱਚ ਜਾਣਾ ਵਾਂ ਵਿਦੇਸ਼ ਜਾਣਾ ਵਾਂ ਨੇਚਰ ਸਾਊਂਡ ਨਾਲ ਇਲਾਜ ਹੁੰਦੇ ਪਏ ਨੇ ਨੇਚਰ ਸਾਊਂਡ ਪ੍ਰਕਿਰਤਿਕ ਧੁਨੀਆਂ ਜਿਵੇਂ ਹਵਾ ਦੀ ਪਾਣੀ ਦੀਆਂ ਪੰਛੀਆਂ ਦੀਆਂ ਹਨਾ ਹਾਂ ਇਹਨਾਂ ਨਾਲ ਇਲਾਜ ਹੋਣ ਲੱਗ ਪਏ ਮੈਂ ਜਦੋਂ ਜਾ ਕੇ ਦੇਖਦਾ ਮੈਂ ਉਧਰ ਦੇ ਲੋਕ ਕੁਦਰਤ ਨਾਲ ਜੁੜ ਗਏ ਸਾਡੇ ਵਾਲੇ ਕੁਦਰਤ ਤੋਂ ਟੁੱਟ ਗਏ ਫਿਰ ਮੈਂ ਮਹਿਸੂਸ ਕਰਦਾ ਹੁੰਦਾ ਹੋਇਆ ਕੀ ਇਹਨਾਂ ਨੂੰ ਸੋ ਸਾਊਂਡ ਵਾਈਬ੍ਰੇਸ਼ਨ ਕੀ ਜੀ ਹਾਂ ਸਾਊਂਡ ਵਾਈਬ੍ਰੇਸ਼ਨ ਉਸ ਸਾਊਂਡ ਨੂੰ ਜਿਹੜਾ ਬੜਾ ਪ੍ਰਾਚੀਨ ਹੈ ਬੜਾ ਪੁਰਾਣਾ ਹੈ ਉਹਦੀ ਵਾਈਬ੍ਰੇਸ਼ਨ ਨੂੰ ਵੀ ਮਹਿਸੂਸ ਕਰੋ ਤੇ ਗੁਰੂ ਪਾਤਸ਼ਾਹ ਜੀ ਜਦੋਂ ਫਿਰ ਕਿਵਾੜ ਖੁੱਲਦਾ ਕੀ ਹੁੰਦਾ ਵਾਹ ਬਈ ਵਾਹ ਹਾਂ ਹੁਣ ਸਮਝ ਪਈ ਕਿਵਾੜ ਦੀ ਜਦੋਂ ਇਹ ਆਪਣੇ ਕਿਵਾੜ ਖੁੱਲਾ ਅੰਦਰ ਪ੍ਰਵੇਸ਼ ਕੀਤੇ ਇਹਨਾਂ ਨੇ ਕਿਸੇ ਨੂੰ ਮਾੜਾ ਨਹੀਂ ਕੀਤਾ ਐਕਸ਼ਨ ਕੋਈ ਨਹੀਂ ਸਿੱਧਾ ਜਾ ਕੇ ਭਾਈ ਲਕਸ਼ਮਣ ਸਿੰਘ ਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਬੈਠ ਕੇ ਜਿਵੇਂ ਗਿਆਨੀ ਜੀ ਬੈਠੇ ਨੇ ਹਾਂ ਬਾਕੀ ਜਿਹੜੀ ਸੰਗਤ ਨਾਲ ਆਈ ਹੈ ਉਹਨਾਂ ਨੇ ਰੱਬੀ ਬਾਣੀ ਦਾ ਕੀਰਤਨ ਆਰੰਭ ਕਰ ਦਿੱਤਾ ਤੇ ਬਾਕੀ ਤੁਹਾਡੇ ਵਾਂਗੂ ਜੁੜ ਕੇ ਬਹਿ ਗਏ ਬੜਾ ਸ਼ਾਰਟ ਜਿਹਾ ਸੁਣਾ ਰਿਹਾ ਮੈਂ ਕਿਉਂਕਿ ਮੈਨੂੰ 2-2.5 ਘੰਟੇ ਲੱਗਦੇ ਜੇ ਮੈਂ ਪੂਰਾ ਸੁਣਾਉਣ ਲੱਗ ਪਵਾਂ ਤੇ ਬੜਾ ਸ਼ਾਰਟ ਜਿਹਾ ਹੋਇਆ ਕਿਆ ਮਹੰਤ ਅੰਦਰੋਂ ਬਾਹਰ ਨਿਕਲਿਆ ਸੁਣਿਆ ਜੀ ਹੁਣ ਧਿਆਨ ਨਾਲ ਹੀ ਇਸ਼ਾਰਾ ਦਿੱਤਾ ਕਹਿੰਦਾ ਲੱਗਦਾ ਸਾਰੇ ਆ ਗਏ ਦਰਵਾਜ਼ਾ ਹੁਣ ਬੰਦ ਕਰ ਦਿਓ ਦਰਵਾਜ਼ੇ ਬੰਦ ਕਰ ਦਿਓ ਅੰਦਰ ਕੀ ਸੀ ਮਿੱਟੀ ਦਾ ਤੇਲ ਅੰਦਰ ਪੋਜੀਸ਼ਨ ਲਈ ਬੈਠੇ ਸਨ ਗੁੰਡੇ ਸੁਣਿਆ ਜੀ ਤਿਆਰੀ ਕਿੱਡੀ ਜ਼ਬਰਦਸਤ ਪੋਜੀਸ਼ਨ ਲਈ ਬੈਠੇ ਸਨ ਗੁੰਡੇ ਅਸਲਾ ਬਾਰੂਦ ਬੇਅੰਤ ਅੰਦਰ ਸੀ ਜੋੜੀ ਖੜਾ ਬਦਮਾਸ਼ੀ ਸੀ ਬਈ ਦੇਖੋ ਜਦੋਂ ਕਿਸੇ ਬਦਮਾਸ਼ ਨੂੰ ਸਿਰ ਤੇ ਵਾਹੋਗੇ ਬੋਲੋ ਜਦੋਂ ਕਿਸੇ ਹਾਂ ਇਹ ਤੇ ਫਿਰ ਰਿਜ਼ਲਟ ਮਿਲਣਗੇ ਨਾ ਤੁਹਾਨੂੰ ਅੱਗੇ ਤੇ ਜੇ ਕਿਸੇ ਚੰਗੇ ਨੂੰ ਬਿਠਾਓਗੇ ਬੋਲੋ
ਤੇ ਰਿਜ਼ਲਟ ਬੋਲੋ ਫਿਰ ਗੱਜ ਕੇ ਬੋਲੋ ਆਵਾਜ਼ ਕੱਢੋ ਰਿਜ਼ਲਟ ਚੰਗੇ ਮਿਲਣਗੇ। ਇਸ ਕਰਕੇ ਹੁਣ ਤੁਸੀਂ ਦੇਖੋ ਵੀ ਗੁਰਦੁਆਰਿਆਂ ਵਿੱਚ ਕੀ ਕਰਨਾ। ਨਾਲ ਦੀ ਨਾਲ ਹੀ ਇੱਕ ਘੋੜੇ ਤੇ ਚੜਿਆ ਸਿਰਫ ਲੋਕਾਂ ਨੂੰ ਇਸ਼ਾਰੇ ਦਿੰਦਾ ਸੀ, ਗੋਲੀਆਂ ਚੱਲਣ ਲੱਗ ਪਈਆਂ, ਧਿਆਨ ਦੇ ਕੇ ਸੁਣਿਆ ਜੀ, ਇੱਕ ਸੈਕਿੰਡ ਦੇ ਵਿੱਚ ਸਾਰਾ ਕੁਝ ਵਾਪਰਨ ਲੱਗ ਪਿਆ। ਗੋਲੀਆਂ ਇਕੱਲੇ ਸਰੀਰਾਂ ਨੂੰ ਨਹੀਂ ਲੱਗੀਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਵੀ ਲੱਗ ਗਈਆਂ। ਵੈਸੇ 84 ਵੇਲੇ ਵੀ ਨਾ ਦਰਬਾਰ ਸਾਹਿਬ ਪਾਵਨ ਸਵਰੂਪ ਨੂੰ ਗੋਲੀ ਲੱਗੀ ਸੀ, ਪਤਾ ਤੁਹਾਨੂੰ? ਹਾਂ ਪਤਾ ਹੋਵੇਗਾ। ਦੇਖੋ ਬਈ, ਮੈਂ ਇੱਕ ਬੇਨਤੀ ਕਰਾਂ, ਮੇਰਾ ਸਮਾਗਮ ਸੀ ਦੇਹਰਾਦੂਨ ਦਾ, ਕਿੱਥੋਂ ਦਾ ਥੋੜਾ ਜਿਹਾ ਇੱਕ ਪੁਆਇੰਟ ਦੇ ਦਿਆਂ ਮੈਂ, ਕਿੱਥੋਂ ਦਾ? ਤੇ ਗੱਡੀ ਚਲਾ ਰਹੇ ਸੀ ਗਿਆਨੀ ਬੂਟਾ ਸਿੰਘ ਤੇ ਮੈਂ ਬੈਠਾ ਸਾਂ ਨਾਲ, ਬਕਾਇਦਾ ਨਾਮ ਲੈ ਕੇ ਗੱਲ ਕਰਦਾ ਜੀ। ਗੱਡੀ ਚਲਾਇਆ ਸੀ, ਦੇਹਰਾਦੂਨ ਜਾ ਰਹੇ ਹਾਂ, ਗਿਆਨੀ ਬੂਟਾ ਸਿੰਘ ਗੱਡੀ ਚਲਾ ਰਹੇ, ਮੈਂ ਨਾਲ ਬੈਠਾ ਵਾਂ। ਅੱਗੇ ਲਿਖਿਆ ਸੀ ਚਕਰਾਤਾ, ਮੈਂ ਕਿਹਾ ਗੱਡੀ ਰੋਕੋ ਗੱਡੀ ਰੋਕੋ ਗੱਡੀ ਰੋਕੋ। ਕਹਿੰਦਾ ਮੁਖੋ ਜੀ ਕੀ ਹੋ ਗਿਆ? ਮੈਂ ਕਿਹਾ ਰੋਕੋ। ਉਹਨਾਂ ਨੇ ਗੱਡੀ ਰੋਕੀ, ਮੈਂ ਪੜ੍ਹਨ ਲੱਗ ਪਿਆ, ਕਹਿੰਦਾ ਕੀ ਪੜ੍ਹਦੇ ਹੋ? ਚਕਰਾਤਾ। ਮੈਂ ਕਿਹਾ ਇੱਥੋਂ ਦੀਆਂ ਪਹਾੜੀਆਂ ਦੇ ਵਿੱਚੋਂ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਟ੍ਰੇਨਿੰਗ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਇਆ ਸੀ। ਸਮਾਗਮ ਸੀ ਮੇਰਾ ਧੰਨਵਾਦ ਦਾ, ਆਵਾਜ਼ ਨਾ ਪੈਣੋ ਕਿਸੇ ਦੀ ਆਵੇ। ਅਸੀਂ ਰਾਂਚੀ ਏਅਰਪੋਰਟ ਤੋਂ ਚੜ੍ਹਨਾ ਸੀ, ਮੇਰੇ ਨਾਲ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮੁਖਤਿਆਰ ਸਿੰਘ ਜੀ ਸਨ, ਪੈਣੋ ਸੁਣਿਆ ਜੇ ਬੜੇ ਪਿਆਰ ਨਾਲ। ਅਸੀਂ ਰਾਤੀ ਸਮਾਗਮ ਕਰਕੇ ਤੁਰੇ ਹਾਂ, ਤੜਕੇ ਦੀ ਫਲਾਈਟ ਸੀ ਸਾਡੀ ਤੇ ਉਹ ਗੱਡੀ ਦਾ ਡਰਾਈਵਰ ਗੱਡੀ ਚਲਾ ਰਿਹਾ, ਮੈਂ ਵੀ ਆਰਾਮ ਦੇ ਵਿੱਚ ਹਾਂ, ਨਾਲ ਦੇ ਵੀ ਆਰਾਮ ਦੇ ਵਿੱਚ ਨੇ ਤੇ ਮੈਂ ਮਾੜਾ ਜਿਹਾ ਮੈਂ ਕਿਹਾ ਆਪਾਂ ਕਿੱਥੇ ਆ ਗਏ ਹਾਂ? ਡਰਾਈਵਰ ਦੇ ਮੂੰਹੋਂ ਨਿਕਲਿਆ, ਕਹਿੰਦਾ ਜੀ ਬਕਾਰੋ। ਮੈਂ ਕਿਹਾ ਗੱਡੀ ਰੋਕ ਗੱਡੀ ਰੋਕ। ਇੱਕਦਮ ਬਾਕੀ ਤਰਬਕ ਕੇ ਉੱਠੇ, ਮਖੂ ਜੀ ਠੀਕ ਹੋ? ਕੀ ਹੋਇਆ? ਉਲਟੀ ਆਈ ਹੈ? ਮੈਂ ਕਿਹਾ ਨਹੀਂ। ਵਾਸ਼ਰੂਮ ਜਾਣਾ? ਮੈਂ ਕਿਹਾ ਨਹੀਂ। ਘਬਰਾਏ ਜੇ ਕਿਉਂ? ਤਰਬਕੇ ਕਿਉਂ? ਮੈਂ ਕਿਹਾ ਬਕਾਰੋ ਦਾ ਨਾਂ ਸੁਣ ਕੇ ਕੀ ਹੋਇਆ? ਮੈਂ ਕਿਹਾ ਤੁਹਾਨੂੰ ਨੀ ਪਤਾ ਕੀ ਹੋਇਆ? 84 ਦੇ ਵਿੱਚ ਜਿੰਨੇ ਵੀ ਹਾਜ਼ਰੀ ਲਵਾ ਕੇ, ਬੜੀ ਵੱਡੀ ਇੰਡਸਟਰੀ ਹੈ ਨਾ ਉੱਥੇ, ਅੰਦਰ ਗਏ ਸਨ, ਉਹਨਾਂ ਵਿੱਚੋਂ ਇੱਕ ਵੀ ਬਾਹਰ ਨਹੀਂ ਸੀ। ਮੈਂ ਤਾਂ ਬੇਨਤੀਆਂ ਕਰਦਾ ਵੀ ਆਪਣੀ ਹਿਸਟਰੀ ਨੂੰ ਜਦੋਂ ਤੁਸੀਂ ਪੜ੍ਹੋਗੇ ਨਾ ਤੇ ਉਸ ਤੋਂ ਬਾਅਦ ਕਿਤੇ ਉਹਨਾਂ ਇਲਾਕਿਆਂ ਦੇ ਵਿੱਚੋਂ ਦੀ ਲੰਘੋਗੇ, ਮੇਰਾ ਮਨ ਕਹਿੰਦਾ ਤੁਹਾਡੀ ਆਤਮਾ ਰੋਵੇਗੀ। ਮੈਂ ਤੇ ਰੋਣਾ ਵਾਂ, ਮੈਂ ਤੇ ਆਪ ਕਹਿ ਰਿਹਾ ਹਾਂ, ਹਕੀਕਤ ਹੈ, ਮੇਰੇ ਨਾਲ ਵਾਪਰਦੀਆਂ। ਜੇ ਰਸਤੇ ਵਿੱਚ ਚਕਰਾਤਾ ਆ ਜਾਂਦਾ ਤੇ ਚਕਰਾਤਾ ਦੀਆਂ ਪਹਾੜੀਆਂ ਦੇ ਵਿੱਚੋਂ ਮੈਨੂੰ ਕੁਛ ਆਵਾਜ਼ਾਂ ਸੁਣੀਆਂ ਨੇ, ਜੇ ਬਕਾਰੋ ਆ ਜਾਂਦਾ ਤੇ ਕਿਤੇ ਨਾ ਕਿਤੇ ਮੈਨੂੰ ਇੰਜ ਲੱਗਦਾ ਵੀ ਸਿੱਖਾਂ ਦੇ ਨਾਲ ਇਨਸਾਫ ਨਹੀਂ ਹੋਇਆ। ਖੈਰ ਇਹ ਤੇ ਗਾਥਾ ਬੜੀ ਲੰਬੀ ਹੋ ਜਾਣੀ ਹੈ, ਡਾਟਾ ਗੂਗਲ ਤੋਂ ਕੱਢ ਲਿਆ ਜੇ। ਵਰਲਡ ਬੈਂਕ ਨੇ ਜਿਹੜਾ 6,000 ਕਰੋੜ ਭਾਰਤ ਨੂੰ ਦਿੱਤਾ, ਜਦੋਂ ਪਹਿਲੀ ਲਿਸਟ ਤਿਆਰ ਹੋਈ ਤੇ ਪੰਜਾਬ ਦਾ ਨਾਮ ਜਦੋਂ 6,000 ਕਰੋੜ ਆ ਗਿਆ ਤੇ ਪੰਜਾਬ ਦਾ ਨਾਮ ਵਿੱਚੋਂ ਗਾਇਬ। ਚਲੋ ਖੈਰ ਇਹ ਤੇ ਗੱਲਾਂ ਨੇ ਨਾ ਜੀ, ਤੇ ਮੈਂ ਕਹਿੰਦਾ ਮੈਂ ਮੀਡੀਆ ਦੇ ਵਿੱਚ ਕਹਿ ਰਿਹਾ ਵਾਂ, ਜੇ ਮੈਂ ਗਲਤ ਇਨਫੋਰਮੇਸ਼ਨ ਦੇਣਾ ਵਾ ਸਰਕਾਰ ਮੇਰੀ ਅਰੈਸਟ ਪਾਵੇ, ਮੈਂ ਤੇ ਕਹਿ ਰਿਹਾ ਵਾਂ, ਕਿਉਂਕਿ ਮੈਂ ਤੇ ਡਰਦਾ ਨਹੀਂ, ਮੈਂ ਤੇ ਆਪਣਾ ਸਮਾਨ ਨਾਲ ਲੈ ਕੇ ਚੱਲਦਾ ਹੁੰਦਾ, ਗੱਡੀ 'ਚ ਮੇਰਾ ਬੈਗ ਪਿਆ ਹੁੰਦਾ, ਜੇ ਆ ਗਿਆ ਤੇ ਘਰਦਿਆਂ ਦਾ ਨਾਂ ਆ ਤੇ ਫਿਰ ਜਿਹਨਾਂ ਨੇ ਧਰ ਲਿਆ ਇਹਨਾਂ ਤੇ ਰੱਖ ਕੇ ਚੱਲਣਾ ਪਏਗਾ ਨਾ, ਜੇ ਸੱਚ ਦਾ ਹੋਕਾ ਦੇਣਾ ਫਿਰ ਬੇਪਰਵਾਹ ਹੋ ਕੇ ਚੱਲੋ, ਕੰਫਰਟ ਜ਼ੋਨ ਤੋਂ ਬਾਹਰ ਹੋਣਾ ਪਏਗਾ ਤੁਹਾਨੂੰ, ਇਹਨਾਂ ਖਿਆਲ ਰੱਖ ਲਿਆ ਜੇ। ਹਕੀਕਤ ਕੀ ਅੱਜ ਜਾਣੋ, ਸਿੱਖਾ ਸਮਝਣਾ ਪੈਣਾ ਤੈਨੂੰ, ਤੇਰੇ ਆਗੂ ਵੀ ਤੇਰੇ ਬੱਚਿਆਂ ਦੇ ਭਵਿੱਖ ਦੀ ਗੱਲ ਨਹੀਂ ਕਰਦੇ। ਬੋਲੋ ਵੀ ਆਖੋ ਸਤਨਾਮ। ਸਾਰੀ ਜ਼ਿੰਦਗੀ ਉਲਝੇ ਰਹੇ ਸਬਜ਼ੀਆਂ ਦੇ ਵਿੱਚ ਘੁਟਾਲੇ, ਬਿਲਡਿੰਗ ਦੇ ਵਿੱਚ ਘੁਟਾਲੇ, ਬੋਲੋ ਵੀ ਦਿੱਲੀ ਵਾਲਿਓ ਤੁਹਾਡੇ ਬੱਚਿਆਂ ਦਾ ਫਿਊਚਰ ਕੀ ਹੈ, ਦੱਸੋ ਨਾ ਮੈਨੂੰ। ਬਾਲਾ ਸਾਹਿਬ ਗੁਰਦੁਆਰੇ ਦਾ ਬਾਹਰਲਾ ਹਸਪਤਾਲ ਸਾਡਾ ਮੂੰਹ ਚੜਾ ਰਿਹਾ, ਬੋਲੋ। ਮੈਂ ਅੰਦਰ ਜਾ ਕੇ ਦੇਖ ਕੇ ਆਇਆ ਬਜ਼ੁਰਗੋ, ਤੇ ਮੈਂ ਬਕਾਇਦਾ ਇੱਟਾਂ ਵਿੱਚ ਪਾਣੀ ਦੇ ਮਾਰ ਕੇ ਵੇਖੀਆਂ, ਪਾਣੀ ਬੁੜਕਦਾ, ਕੀ ਹੈ? ਮੂੰਹ ਚੜਾ ਰਿਹਾ। ਤੇ ਜੇ ਚੱਲਦਾ ਹੁੰਦਾ ਸਾਡੇ ਕਿੰਨੇ ਬੱਚੇ ਪੜ੍ਹਦੇ, ਕਿੰਨਿਆਂ ਨੂੰ ਰੁਜ਼ਗਾਰ, ਬੋਲੋ ਭੈਣੋ, ਰੁਜ਼ਗਾਰ ਮਿਲਦਾ, ਕਿੰਨੇ ਲੋਕ ਇਲਾਜ ਕਰਾਉਂਦੇ,
ਸਾਡਾ ਕਿੰਨਾ ਪੋਜ਼ਿਟਿਵ ਮੈਸੇਜ ਦੁਨੀਆ ਦੇ ਅੱਗੇ ਜਾਂਦਾ। ਕਿੱਥੇ ਖਲੋ ਗਏ ਅੱਜ? ਮਹਿਸੂਸ ਤੇ ਕਰੋ ਨਾ ਕਦੇ, ਜੇ ਲਕਸ਼ਮਣ ਸਿੰਘ ਧਾਰੋ ਵਾਲੀ ਬਣਨਾ ਤੇ ਸਿਸਟਮ ਦੇ ਵਿਰੁੱਧ ਤੁਹਾਨੂੰ ਬੋਲਣਾ ਪੈਣਾ, ਤੇ ਜੇ ਸਿਸਟਮ ਦੇ ਵਿਰੁੱਧ ਨਹੀਂ ਬੋਲਣਾ ਖਬਰਦਾਰ, ਜੇ ਸਾਕਾ ਨਨਕਾਣਾ ਮਨਾਇਆ ਤੇ। ਹਾਂ, ਇਹ ਗੱਲ ਕੌੜੀ ਹੈ। ਸਾਨੂੰ ਫਿਰ ਕੀ ਹੱਕ ਹੈ ਜੇ ਅਸੀਂ ਲਕਸ਼ਮਣ ਸਿੰਘ ਧਾਰੋ ਵਾਲੀ ਦੇ ਨਕਸ਼ੇ ਕਦਮ, ਲਕਸ਼ਮਣ ਸਿੰਘ ਧਾਰੋ ਵਾਲੀ ਤੇ ਮਾੜੇ ਸਿਸਟਮ ਦੇ ਵਿਰੁੱਧ ਬੋਲਿਆ ਨਾ ਤੇ ਸ਼ਹਾਦਤਾਂ ਪਾਈਆਂ, ਤੇ ਜੇ ਅਸੀਂ ਮਾੜੇ ਸਿਸਟਮ ਦੇ ਵਿਰੁੱਧ ਨਹੀਂ ਬੋਲਣਾ ਤੇ ਅਸੀਂ ਲਕਸ਼ਮਣ ਸਿੰਘ ਧਾਰੋ ਵਾਲ ਦੇ ਕੀ ਲੱਗਦੇ ਹਾਂ? ਬੋਲੋ ਨਾ ਅੱਜ, ਆਹ ਵਿਚਾਰਨਾ ਪੈਣਾ ਤੁਹਾਨੂੰ। ਅੱਗੇ ਆ ਜਾਓ, ਛੋਟ ਜੀ ਗੱਲ ਸੁਣਾ ਦਿਆਂ। ਜਦੋਂ ਮਹੰਤ ਆਪ ਅੱਗੇ ਆ ਗਿਆ, ਲੱਕੜਾਂ ਦਾ ਪ੍ਰਬੰਧ ਕੀਤਾ ਗਿਆ ਅੰਦਰ ਪੂਰੇ ਢੇਰ ਵੱਡੇ ਵੱਡੇ, ਜਦੋਂ ਅੱਗਾਂ ਦੇ ਵਿੱਚ ਸਾੜੇ ਜਾਣ ਲੱਗੇ ਗੋਲੀਆਂ ਦੇ ਨਾਲ, ਗੰਡਾਸੀਆਂ ਦੇ ਨਾਲ, ਤੇ ਲਹੂ ਦੀਆਂ ਤਤੀਰੀਆਂ ਵੱਗ ਗਈਆਂ, ਜਦੋਂ ਲਕਸ਼ਮਣ ਸਿੰਘ ਤੇ ਨਜ਼ਰ ਪਈ, ਕਹਿੰਦਾ ਇਹਨੂੰ ਕਾਬੂ ਕਰੋ, ਇਹਨੂੰ ਦੂਰੀ ਬਰੀ ਸਾੜੋ, ਜੰਡ ਦੇ ਨਾਲ ਬੰਨ ਬੰਨ ਕੇ ਸਾੜੋ, ਅੱਗੋ ਸਤਨਾਮ ਸ੍ਰੀ। ਸੁਣਿਆ ਰਿਜ਼ਲਟ? ਦੇਖੋ ਜੇ ਕੰਮ ਕਰਨਾ ਤੇ ਫਿਰ ਇੰਨਾ ਕੁ ਤਾਂ ਤੁਹਾਨੂੰ ਪ੍ਰਪੇਅਰ ਹੋਣਾ ਪੈਣਾ। ਠੀਕ, ਤੁਹਾਨੂੰ ਹੋਰ ਗੱਲ ਦੱਸਦੇ ਹਾਂ, ਮੀਡੀਆ ਦੇ ਵਿੱਚ ਦੱਸ ਰਿਹਾ ਮੈਂ। ਅਸੀਂ ਨਾ ਭੈਣੋ 9 ਦਸੰਬਰ 2019, ਆ 2 ਮਹੀਨੇ ਪਹਿਲਾਂ ਦੀ ਗੱਲ ਹੈ, 2 ਮਹੀਨੇ ਵੀ ਹੋਏ ਹੋਣੇ ਹਨਾ, ਅਸੀਂ ਲੁਧਿਆਣੇ ਦੇ ਕਮਿਸ਼ਨਰ ਨੂੰ ਪੂਰਾ ਜੱਥਾ ਜਾ ਕੇ ਮਿਲੇ, ਕਿਉਂਕਿ ਮੈਨੂੰ ਬੜੇ ਦਿਨਾਂ ਦੀਆਂ ਧਮਕੀਆਂ ਆ ਰਹੀਆਂ ਸੀ ਵੀ ਤੈਨੂੰ ਵੀ ਤੇਜ਼ਾਬ ਪਾ ਕੇ ਸਾੜਨਾ ਤੇ ਤੇਰੇ ਛੋਟੇ ਛੋਟੇ ਬੱਚਿਆਂ ਨੂੰ ਤੇਜ਼ਾਬ ਪਾ ਕੇ ਸਾੜਨਾ, ਤੇਰੇ ਕੋਲੋਂ ਤੇਰੀ ਲਾਸ਼ ਨੂੰ ਪਛਾਣਿਆ ਨਹੀਂ ਜਾਣ, ਉਹ ਸਾਰੇ ਮੈਸੇਜ ਜਿਹੜੇ ਨੇ ਅਸੀਂ ਲੁਧਿਆਣੇ ਦੇ ਕਮਿਸ਼ਨਰ ਦੇ ਅੱਗੇ ਧਰ ਦਿੱਤੇ। ਮੈਂ ਕਿਹਾ ਆਹ ਦੇਖੋ ਜੀ, ਮੈਨੂੰ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ, ਤੇ ਇਹ ਕੌਣ ਲੋਕ ਨੇ? ਬਕਾਇਦਾ ਅਸੀਂ ਇਹ ਪੂਰੀ ਕਾਰਵਾਈ ਪਵਾਈ ਹੈ। ਮੈਂ ਤਾਂ ਬੇਨਤੀਆਂ ਕਰਦਾ ਵੀ ਜਾਂ ਤੇ ਸਿਸਟਮ ਦੇ ਵਿਰੁੱਧ ਬੋਲਣਾ ਬੰਦ ਕਰ ਦਿਓ, ਕੰਫਰਟ ਜ਼ੋਨ, ਤੁਹਾਨੂੰ ਕਿਸੇ ਨੇ ਕੁਛ ਨਹੀਂ ਕਹਿਣਾ, ਅੱਧੀ ਰਾਤੀ ਤੁਰੇ ਫਿਰੋ, ਹਕੀਕਤ ਹੈ, ਕੰਮ ਵੀ ਤੁਹਾਡੇ ਹੋਣਗੇ, ਆਉਂਦਿਆਂ ਕਮਰੇ ਵੀ ਤੁਹਾਨੂੰ ਮਿਲਣਗੇ, ਆਓ ਭਗਤ ਵੀ ਤੁਹਾਡੀ ਹੋਵੇਗੀ। ਤੇ ਜੇ ਲਕਸ਼ਮਣ ਸਿੰਘ ਧਾਰੋਵਾਲੀ ਦੇ ਰਾਹ ਤੇ ਚੱਲਣਾ ਤੇ ਫਿਰ ਤੁਹਾਨੂੰ ਪਤਾ ਹੈ ਗੋਲੀਆਂ ਵੀ ਮਿਲਣਗੀਆਂ, ਬੋਲੋ, ਅੱਗਾਂ ਵੀ ਲੱਗ ਸਕਦੀਆਂ ਨੇ, ਸਾੜੇ ਵੀ ਜਾ ਸਕਦੇ ਹੋ, ਬੋਲੋ, ਮਹਿਸੂਸ ਕਰੋ ਕਦੀ। ਹੁਣ ਤੁਸੀਂ ਦੱਸੋ ਵੀ ਜਿਹਨੂੰ ਜੰਡ ਨਾਲ ਬੰਨ ਕੇ ਸਾੜ ਦਿੱਤਾ ਉਹਦਾ ਕਸੂਰ ਕੀ ਸੀ? ਬੋਲੋ, ਅੱਜ ਆਹ ਚੀਜ਼ ਮਹਿਸੂਸ ਕਰਕੇ ਜਾਇਆ ਜੇ ਵੀ ਸਾਕਾ ਨਨਕਾਣਾ ਕੀ ਹੈ? ਸਾਕਾ ਨਨਕਾਣਾ ਗੁਰਦੁਆਰਿਆਂ ਦੇ ਸੁਧਾਰ ਲਈ ਕੀਤੀ ਹੋਈ ਕੁਰਬਾਨੀ ਹੈ, ਜਿਹਦੀ ਅੱਜ ਵੀ ਸਾਨੂੰ ਲੋੜ ਹੈ। ਅਗਲੇ ਸਾਲ 2021 ਦੇ ਵਿੱਚ, ਕਿਉਂਕਿ 1921 ਵਿੱਚ ਸਾਕਾ ਵਾਪਰਿਆ, ਤੇ 2021 ਦੇ ਵਿੱਚ ਅਸੀਂ ਕੀ ਮਨਾਵਾਂਗੇ? ਸ਼ਤਾਬਦੀ, 100 ਸਾਲਾ। ਮਜ਼ਾਕ ਉਡਾਵਾਂਗੇ ਲਕਸ਼ਮਣ ਸਿੰਘ ਧਾਰੋਵਾਲੀ ਦਾ ਵੀ ਲਕਸ਼ਮਣ ਸਿੰਘ ਧਾਰੋਵਾਲ, ਜਿਹੜੀ 100 ਸਾਲ ਪਹਿਲਾਂ ਤੂੰ ਕੁਰਬਾਨੀ ਕੀਤੀ ਸੀ ਗੁਰਦੁਆਰਿਆਂ ਦੇ ਸੁਧਾਰ ਦੇ ਵਾਸਤੇ, ਅਸੀਂ 100 ਸਾਲ ਬਾਅਦ ਵੀ ਉੱਥੇ ਹੀ ਖੜੇ ਹਾਂ, ਅਸੀਂ ਕੋਈ ਸੁਧਾਰ ਨਹੀਂ ਕੀਤਾ। ਬੋਲੋ ਬੋਲੋ, ਅੱਜ ਜਵਾਬ ਚਾਹੀਦਾ ਮੈਨੂੰ, ਸੱਚ ਹੈ ਭੈਣੋ, ਗੱਲ ਕੌੜੀ ਹੈ। ਨਰੈਣੂ ਮਹੰਤ ਨੇ ਇਤਨਾ ਕੁ ਲਹੂ ਅੰਦਰ ਬਹਾਤਾ, ਇਹ ਖਬਰਾਂ ਸਿੱਖਾਂ ਤੱਕ ਜਿਵੇਂ ਜਿਵੇਂ ਅਪੜੀਆਂ, ਅਗਲੇ ਦਿਨ ਦੁਨੀਆਂ ਦਾ ਕੱਟ ਹੋ ਗਿਆ, ਅੰਗਰੇਜ਼ ਹਕੂਮਤ ਨੇ ਮਹੰਤ ਨੂੰ ਉੱਥੋਂ ਗਾਇਬ ਕਰ ਦਿੱਤਾ, ਕਹਿੰਦੇ ਤੂੰ ਨਿਕਲ ਜਾ, ਖਤਮ। ਉਹ ਜਿਹੜਾ ਮਹੰਤ ਹੈ ਨਾ, ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਉਸ ਤੋਂ ਬਾਅਦ ਉਹ ਦੇਹਰਾਦੂਨ ਆਇਆ। ਸਿੱਖੋ ਸੁਣੋ, ਹੁਣ ਕਈਆਂ ਨੇ ਕਹਿਣਾ ਅੱਛਾ ਦੇਹਰਾਦੂਨ ਆਇਆ, ਹਾਂ, ਤੇ ਦੇਹਰਾਦੂਨ ਨਾਮ ਕਿਵੇਂ ਪਿਆ? ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ, ਸਿਰਫ ਸ਼ਾਰਟ ਜੀ ਗੱਲ ਸੁਣਾ ਕੇ ਵਿਸ਼ੇ ਨੂੰ ਸੰਕੋਚੀਏ, ਦੇਹਰਾਦੂਨ ਨਾਮ ਕਿਵੇਂ ਪਿਆ ਸੀ ਸਾਰਿਆਂ ਨੂੰ ਪਤਾ ਹੈ। ਗੁਰੂ ਕਾ ਸਪੁੱਤਰ ਇਸ ਧਰਤੀ ਤੇ ਆਇਆ ਸੀ, ਮਿੱਟੀ ਮੁਸਲਮਾਨ ਕੀ ਤੇ ਮਿੱਟੀ ਬੇਈ ਮਾਨ ਕੀ ਵਾਲਾ ਪ੍ਰਮਾਣ ਤੁਹਾਨੂੰ ਚੇਤੇ ਹੈ, ਰਾਮ ਰਾਏ। ਗੁਰੂ ਘਰ ਨੇ ਵਿੱਚੋਂ ਆਵਾਜ਼ ਆਈ, ਜਿੱਧਰ ਮੂੰਹ ਹੈ ਉਧਰ ਚਲਾ ਜਾਈ, ਵਾਪਸ ਇੱਧਰ ਨਹੀਂ ਆਉਣਾ, ਕਿਉਂਕਿ ਜਿਹੜਾ ਗੁਰਬਾਣੀ ਨਾਲ ਛੇੜਛਾੜ ਕਰੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਖੂਨ ਦਾ ਨਾਤਾ ਹੋਵੇ ਸਾਡਾ ਨਹੀਂ ਕੁਝ ਵੀ ਲੱਗਦਾ। ਬੋਲੋ, ਕਿੱਡੀ ਵੱਡੀ ਗੱਲ ਹੈ ਭੈਣੋ, ਪ੍ਰੈਕਟੀਕਲ ਕਰਕੇ ਦੁਨੀਆਂ ਨੂੰ ਦੱਸਿਆ। 2 ਪਹਾੜੀਆਂ ਦੇ ਵਿਚਕਾਰ ਵਾਲੇ ਇਲਾਕੇ ਨੂੰ ਕਿਹਾ ਜਾਂਦਾ ਮੈਦਾਨ ਨੂੰ ਦੂਨ, ਉਹ ਦੂਨ ਦਾ ਇਲਾਕਾ ਸੀ, ਰਾਮ ਰਾਏ ਦਾ ਉੱਥੇ ਦੇਹਰਾ ਬਣ ਗਿਆ, ਕਿਉਂਕਿ ਜਦੋਂ ਮੌਤ ਹੋਈ ਦੇਹਰਾ ਬਣਾ ਦਿੱਤਾ ਗਿਆ, ਉਹ ਫਿਰ ਦੇਹਰਾ ਪਲੱਸ ਦੂਨ ਦੇਹਰਾ ਬਣ ਗਿਆ, ਤੇ ਦੂਨ ਦਾ ਇਲਾਕਾ ਸੀ ਉਹ ਬਣਿਆ ਸੀ ਦੇਹਰਾਦੂਨ। ਜਦੋਂ ਮਹੰਤ ਉੱਥੇ ਗਿਆ ਨਾ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਮਹੰਤ ਉਹਨਾਂ ਨੂੰ ਪਤਾ ਕੀ ਕਹਿੰਦਾ,
ਕਹਿੰਦਾ ਜੇ ਗੁਰਦੁਆਰਾ ਤੇ ਪ੍ਰਾਪਰਟੀ ਬਚਾਉਣੀ ਜੇ ਨਾ ਤੇ ਇੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕ ਦਿਓ। ਉਹ ਕਹਿੰਦੇ ਫੇਰ ਕਹਿੰਦਾ ਮੈਂ ਤੁਹਾਨੂੰ ਸਹੀ ਸਲਾਹ ਦੇਣਾ, ਜੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਹੋਏ ਤੇ ਇੱਥੇ ਵੀ ਕਬਜ਼ਾ ਕਰ ਲੈਣਾ ਜੇ ਇਹਨਾਂ ਨੇ। ਉਹ ਕਹਿੰਦੇ ਫੇਰ ਕਹਿੰਦਾ ਸਰੂਪ ਚੁੱਕੋ ਤੇ ਜੰਗਲ ਵਿੱਚ ਸੁੱਟੋ। ਜੰਗਲ ਵਿੱਚੋਂ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆ ਕੇ ਦੁਬਾਰਾ ਪ੍ਰਕਾਸ਼ ਕੀਤਾ ਸੀ। ਇਹ ਚੀਜ਼ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦਾ, ਮੈਂ ਇਤਨਾ ਕੋ ਕਮੀਨਾ ਬੰਦਾ ਸੀ, ਕਿੰਨਾ ਕੁ ਕਮੀਨਾ ਹੋਵੇਗਾ ਜਿਹੜਾ ਕਹਿੰਦਾ ਜੇ ਪ੍ਰਾਪਰਟੀ ਬਚਾਉਣੀ ਜੇ ਤੇ ਗੁਰੂ ਨੂੰ ਕੱਢੋ ਤੇ ਸਿੱਧਾ ਕਹਿ ਦਿਓ ਵੀ ਸਾਡਾ ਤੇ ਡੇਰਾ ਹੈ, ਮਾਲਕ ਅਸੀਂ ਆ। ਕਹਿੰਦਾ ਜੇ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਨਾ ਤੇ ਫਿਰ ਕਹਿੰਦਾ ਵੀ ਨਹੀਂ ਇਹ ਕਬਜ਼ਾ ਹੋ ਜਾਣਾ ਜੀ ਇਹਨਾਂ ਦਾ। ਹਾਂ ਉਹ ਕਬਜ਼ਾ ਹੀ ਦੱਸੇ, ਅਸੀਂ ਤੇ ਸੇਵਾ ਸੰਭਾਲ ਕੇ ਨੇ, ਬੋਲੋ ਅਸੀਂ ਕੀ ਕਹਿੰਦੇ ਆ, ਫਿਰ ਬੋਲੋ ਕਬਰੀ ਕੀ ਕਹਿੰਦੇ ਆ, ਸੇਵਾ ਸੰਭਾਲ। ਉਹ ਕੀ ਕਹਿੰਦਾ ਸੀ, ਕਬਜ਼ੇ। ਅੰਗਰੇਜ਼ਾਂ ਨੇ ਇਹਨੂੰ ਕੱਢ ਦਿੱਤਾ ਵੀ ਤੂੰ ਇੱਕ ਵਾਰੀ ਖਿਸਕ ਜਾ, ਮਾਹੌਲ ਗਰਮਾ ਰਿਹਾ। ਜਦੋਂ ਕਰਤਾਰ ਸਿੰਘ ਝੱਬਰ ਦਾ ਜੱਥਾ ਉੱਥੇ ਪਹੁੰਚਿਆ ਨਾ ਤੇ ਅੰਗਰੇਜ਼ ਦੀ ਇੱਕ ਆਵਾਜ਼ ਆਈ, ਕਹਿੰਦਾ ਰੁਕ ਜਾ, ਅੱਗੇ ਮਸ਼ੀਨ ਗਨ ਹੈ, ਗੋਲੀਆਂ ਪਤਾ ਨੀ ਕਿੰਨੀਆਂ ਕੁ ਨਿਕਲਣਗੀਆਂ। ਕਰਤਾਰ ਸਿੰਘ ਝੱਬਰ ਨੇ ਪਰੇ ਮਨ ਨਾਲ ਕਿਹਾ ਅੰਗਰੇਜ਼ ਸਰਕਾਰ ਨੂੰ, ਕਹਿੰਦਾ ਤੂੰ ਇਧਰੋਂ ਮਸ਼ੀਨ ਗਨ ਦੀਆਂ ਗੋਲੀਆਂ ਚਲਾ, ਇਧਰੋਂ ਅਸੀਂ ਆਪਣੀਆਂ ਛਾਤੀਆਂ ਦਿੰਦੇ ਹਾਂ, ਅੱਜ ਵੇਖਦੇ ਹਾਂ ਸਿੰਘ ਮੁੱਕਦੇ ਨੇ ਕਿ ਤੇਰੀਆਂ ਗੋਲੀਆਂ ਮੁੱਕਦੀਆਂ ਨੇ। ਉਹਨਾਂ ਨੇ ਫਿਰ ਸੱਤ ਜਣਿਆਂ ਨੂੰ ਪ੍ਰਬੰਧ ਗੁਰਦੁਆਰੇ ਦਾ ਦੇ ਦਿੱਤਾ, ਚਾਬੀਆਂ ਦਿੱਤੀਆਂ। ਜਦੋਂ ਚਾਬੀਆਂ ਮਿਲੀਆਂ ਅੰਦਰ ਜਾ ਕੇ ਵੇਖਿਆ, ਫਿਰ ਜਿਹੜਾ ਵੇਖੇ ਹੰਝੂ ਕਾਬੂ ਨਾ ਉਹਦੇ ਕੋਲੋਂ ਆਉਣ, ਹੰਝੂ ਕਾਬੂ ਬੋਲੋ ਕੋਈ ਹੰਝੂ ਕਾਬੂ ਨਾ ਆਉਣ। ਜਦੋਂ ਅੰਦਰ ਜਾ ਕੇ ਤੱਕਿਆ ਮਾਹੌਲ, ਮਾਹੌਲ ਕੁਝ ਐਸਾ ਸੀ ਬਸ ਉੱਥੇ ਦੀ ਉੱਥੇ ਸਰੀਰ ਸੁੰਨ ਹੋ ਜਾਣਾ। ਸਿੰਘ ਆਉਂਦੇ ਗਏ, ਜਥੇ ਆਉਂਦੇ ਗਏ, ਚੜ੍ਹਦੀ ਕਲਾ ਵਾਲੇ ਆਉਂਦੇ ਗਏ। ਰਿਜ਼ਲਟ ਕੀ ਨਿਕਲਿਆ, ਜਿਸ ਦਿਨ ਸੰਸਕਾਰ ਕਰਨੇ ਸੀ, ਕਹਿੰਦੇ ਇਹ ਨੀ ਵੀ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਤੇ ਸੰਸਕਾਰ ਕੀਤੇ, ਕਹਿੰਦੇ ਹੁਣ ਇੱਥੇ ਮਤੇ ਪਾਓ। ਕੀ ਪਾਓ? ਮਤੇ ਪਾਓ, ਮਤੇ ਪਾਓ। ਮਤਾ ਕੀ ਪਿਆ? ਜਦੋਂ ਵੀ ਅਸੀਂ ਸਿੰਘਾਂ ਦਾ ਦਿਨ ਮਨਾਵਾਂਗੇ, ਸਾਡੇ ਸਿਰਾਂ ਤੇ ਕਾਲੀਆਂ ਦਸਤਾਰਾਂ ਤੇ ਕਾਲੀਆਂ ਚੁੰਨੀਆਂ ਹੋਣਗੀਆਂ। ਇਹਨਾਂ ਦੀ ਯਾਦ ਦੇ ਅੰਦਰ ਸਿੱਖ ਮਿਸ਼ਨਰੀ ਕਾਲਜ ਖੋਲਿਆ ਜਾਵੇਗਾ, ਜਿਹੜਾ ਅੰਮ੍ਰਿਤਸਰ ਦੀ ਧਰਤੀ ਤੇ ਹੈ ਨਾ ਸਿੱਖ ਮਿਸ਼ਨਰੀ ਕਾਲਜ, ਉਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ 1921 ਦੇ ਵਿੱਚ ਖੋਲਿਆ ਗਿਆ ਸੀ, ਉਹ ਖੋਲਿਆ ਜਾਵੇਗਾ। ਸ਼ਹੀਦਾਂ ਦੀ ਸ਼ਹਾਦਤ ਨੂੰ ਅਜਾਈ ਨਹੀਂ ਜਾਣ ਦਿਆਂਗੇ, ਇਸ ਸੁਧਾਰ ਲਹਿਰ ਨੂੰ ਹੋਰ ਪ੍ਰਚੰਡ ਕਰਾਂਗੇ ਤੇ ਬਾਕੀ ਗੁਰਦੁਆਰਿਆਂ ਦਾ ਪ੍ਰਬੰਧ ਵੀ ਕੌਮ ਆਪਣੇ ਹਵਾਲੇ ਕਰੇਗੀ। ਇਹਨਾਂ ਸ਼ਹਾਦਤਾਂ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲੀ ਸੀ। ਸਿੱਖੋ ਆਹ ਹਕੀਕਤ ਹੈ, ਸ਼ਹਾਦਤਾਂ ਤੇ ਕੁਰਬਾਨੀਆਂ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲੀ ਸੀ। ਤੇ ਜੇ ਹੁਣ ਕਹਿ ਦਿਓ ਗੱਲਾਂ ਵੀ ਸ਼ਹਾਦਤਾਂ ਵਿੱਚੋਂ ਨਿਕਲੀ ਸੀ, ਅੱਜ ਕਿੱਥੇ ਖੜੇ ਹੋ? ਤੇ ਫਿਰ ਪਤਾ ਕੀ ਕਹਿੰਦੇ ਨੇ, ਵੇਖਿਆ ਜੇ ਕਿਤੇ ਇਸ ਪ੍ਰਚਾਰਕ ਨੂੰ ਬੰਗਲਾ ਸਾਹਿਬ ਤੋਂ ਨਾ ਕਿਤੇ ਲਾਈਵ ਵਿੱਚ ਬੁਲਾ ਦਿਆ ਜੀ। ਹਾਂ, ਤੇ ਨਾ ਹੀ ਮੰਜੀ ਸਾਹਿਬ ਤੋਂ। ਕਿਉਂ? ਕਿਉਂਕਿ ਇਹ ਫਿਰ ਸਾਰਾ ਕੁਝ ਬੋਲ ਦੂਗਾ, ਇਹ ਸਾਰਾ ਕੁਛ ਆ ਚੀਜ਼ ਹੈ। ਉਦੋਂ ਮਤੇ ਪਾਸ ਹੋਏ, ਮਤੇ ਪਾਸ ਹੋਣ ਤੋਂ ਬਾਅਦ ਸਿੰਘਾਂ ਨੇ ਜਕਾਰੀਆਂ ਦੀ ਗੂੰਜ ਦੇ ਅੰਦਰ ਇਹਨਾਂ ਸ਼ਹੀਦ ਸਿੰਘਾਂ ਦੇ ਸੰਸਕਾਰ ਕੀਤੇ ਤੇ ਨਾਲ ਹੀ ਕਹਿ ਦਿੱਤਾ ਸੀ, ਸਰਦਾਰ ਲਕਸ਼ਮਣ ਸਿੰਘ ਧਾਰੋਵਾਲ ਤੂੰ ਆਪਣੀ ਕੁਰਬਾਨੀ ਤੇ ਦੇ ਦਿੱਤੀ ਹੈ, ਪਰ ਤੇਰੀ ਕੁਰਬਾਨੀ ਨੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵੀ ਕੌਮ ਦੇ ਹਵਾਲੇ ਕਰ ਦਿੱਤਾ ਤੇ ਇਸ ਤੋਂ ਬਾਅਦ ਇੱਥੋਂ ਦਾ ਦਾਗ ਵੀ ਤੁਹਾਡੇ ਖੂਨ ਦੇ ਨਾਲ ਧੁੱਪ ਗਿਆ। ਜਿਹੜਾ ਬਚਨ ਕੀਤਾ ਸੀ ਨਾ ਉਹ ਬਚਨ ਤੁਸੀਂ ਆਪਣਾ ਪੂਰਾ ਕਰ ਦਿੱਤਾ ਹੈ। ਹੁਣ ਇੱਕ ਥੋੜ੍ਹੀ ਜਿਹੀ ਗੱਲ ਮਹਿਸੂਸ ਕਰੋ, ਕੈਸਾ ਵਕਤ ਹੋਵੇਗਾ, ਕੈਸਾ ਸਮਾਂ ਹੋਵੇਗਾ ਜਦੋਂ ਆਪਣੀਆਂ ਕੁਰਬਾਨੀਆਂ ਦਿੱਤੀਆਂ, ਕੈਸਾ ਮਹੰਤ ਦੇ ਅੰਦਰ ਦਾ ਜਲਾਦ ਜਾਗਿਆ ਹੋਵੇਗਾ ਜਦੋਂ ਕਹਿੰਦਾ ਸੀ ਆਹ ਬੱਚਾ ਜੇ ਛੱਡਿਆ ਜੇ ਨਾ ਇਹਨੂੰ ਵੀ, ਇਹਨੂੰ ਅੱਗ ਦੇ ਵਿੱਚ ਪਾਓ, ਇਹਦਾ ਸਿਰ ਗੰਡਾਸੇ ਨਾਲ ਵੱਢੋ, ਇਹਨੂੰ ਜੰਡ ਦੇ ਨਾਲ ਸਾੜੋ। ਕੈਸੀ ਮਾਨਵਤਾ ਮਰੀ ਹੋਵੇਗੀ ਜਦੋਂ ਇਹ ਸ਼ਬਦ ਬੋਲਦਾ ਹੋਵੇਗਾ। ਸ਼ਹਾਦਤਾਂ ਹੋਈਆਂ ਪਰ ਸਿੰਘਾਂ ਨੇ ਆਪਣੇ ਖੂਨ ਨਾਲ ਉਹ ਦਾਗ ਧੋ ਦਿੱਤੇ। ਇਹ ਸੀ ਸਾਕਾ, ਬੋਲੋ ਇਹ ਸੀ ਸਾਕਾ। ਹਾਂ, ਉਸ ਸਾਕੇ ਨਨਕਾਣੇ ਦੀ ਯਾਦ ਵਿੱਚ ਜੁੜੇ ਆ ਜਿਹਨਾਂ ਨੂੰ ਕਿਹਾ ਜਾਂਦਾ ਗੁਰਦੁਆਰਾ ਸੁਧਾਰ ਲਹਿਰ। ਕਿਉਂ ਕੁਰਬਾਨੀਆਂ ਦੇਣੀਆਂ ਪਈਆਂ? ਬਸ ਆਹ ਚੀਜ਼ਾਂ ਵਿਚਾਰ ਲਿਆ ਜੇ। ਮੇਰੇ ਖਿਆਲ ਦੇ ਵਿੱਚ ਜੋ ਮੈਂ ਕਹਿਣਾ ਚਾਹੁੰਦਾ ਸਾਂ ਉਹ ਗੁਰੂ ਨੇ ਆਪ ਰਸਨਾ ਤੇ ਬਸ ਤੇ ਕਢਵਾਇਆ ਤੇ ਤੁਹਾਡੇ ਸਮਕਸ਼ ਸਾਰੀਆਂ ਵਿਚਾਰਾਂ ਪੇਸ਼ ਕੀਤੀਆਂ ਨੇ। ਧੰਨਵਾਦੀ ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ,
ਜਿਨ੍ਹਾਂ ਨੇ ਗੋਦੀ ਵਿੱਚ ਬਿਠਾ ਕੇ ਵਿਚਾਰਾਂ ਦੇ ਯੋਗ ਬਣਾਇਆ, ਧੰਨਵਾਦੀਆਂ। ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਬੜਾ ਪਿਆਰ ਦਿੱਤਾ ਜੀ ਇਹਨਾਂ ਨੇ। ਭਾਈ ਸਾਹਿਬ ਕਿੱਥੇ ਪਹੁੰਚ ਗਏ ਹੋ? ਮੈਂ ਕਿਹਾ ਜੀ ਪਹੁੰਚ ਗਿਆ ਮੈਂ ਲੁਧਿਆਣੇ ਤੋਂ ਇੱਥੇ ਦਿੱਲੀ। ਅੱਛਾ ਪਹੁੰਚ ਗਏ ਹੋ, ਕਿੱਥੇ ਹੋ? ਮੈਂ ਕਿਹਾ ਜੀ ਮੈਂ ਕੁਛ ਰਜੇਵੇਂ ਕਰਦਾ ਪਿਆ ਵਾਂ ਤੇ ਸ਼ਾਮ ਨੂੰ ਸਮੇਂ ਸਿਰ ਪਹੁੰਚ ਜਾਵਾਂਗਾ। ਠੀਕ ਹੈ ਭਾਈ ਸਾਹਿਬ, ਇੰਤਜ਼ਾਰ ਕਰਦੇ ਹਾਂ ਤੁਹਾਡਾ। ਔਰ ਮੈਂ ਇੱਕ ਹੋਰ ਬੇਨਤੀ, ਬਾਪੂ ਦੀ ਗੋਦੀ ਵਿੱਚ ਕਹਿਣਾ ਮੇਰੇ ਤੇ ਕਿਸੇ ਨੇ ਸ਼ਰਤ ਨਹੀਂ ਕੋਈ ਲਾਗੂ ਕੀਤੀ ਵੀ ਆ ਨਾ ਬੋਲਿਆ ਜੇ। ਹਾਂ ਕਿਸੇ ਨੇ, ਵੈਸੇ ਮੈਂ ਉਂਝ ਵੀ ਨਹੀਂ ਮੰਨਦਾ ਹੁੰਦਾ, ਜੇ ਮੈਨੂੰ ਕੋਈ ਕਹਿ ਵੀ ਦੇਵੇ ਤੇ ਫਿਰ ਮੈਂ ਕਿਹੜਾ ਹਟਦਾ ਹੁੰਦਾ ਵਾਂ ਨਾ, ਪਰ ਮੈਨੂੰ ਕਿਹਾ ਨਹੀਂ ਕਿਸੇ ਨੇ। ਇਹ ਤਾਰੀਫ ਕਰਨੀ ਬਣਦੀ ਹੈ। ਇੱਕੋ ਗੱਲ ਕਹੀ ਵੀ ਭਾਈ ਸਾਹਿਬ ਗੁਰੂ ਦੀ ਗੱਲ ਬੇਬਾਕੀ ਵਿੱਚ ਕਿਹਾ ਜੇ ਜੋ ਗਲਤ ਹੈ ਗਲਤ ਨੂੰ ਗਲਤ ਕਹੋ ਤੇ ਸਹੀ ਨੂੰ ਸਹੀ। ਮੈਂ ਕਿਹਾ ਠੀਕ ਹੈ ਜੀ। ਤੇ ਧੰਨਵਾਦੀਆਂ ਸੰਗਤਾਂ ਦਾ ਵੀ ਵਕਤ ਮੈਂ ਜਿੰਨਾ ਮੈਨੂੰ ਮਿਲਿਆ ਸੀ ਉਸ ਤੋਂ ਥੋੜ੍ਹਾ ਉੱਤੇ ਲੰਘ ਗਿਆ ਵਾਂ, ਪਰ ਫਿਰ ਵੀ ਤੁਸੀਂ ਬੜੀ ਇਕਾਗਰਤਾ ਪ੍ਰਦਾਨ ਕੀਤੀ ਹੈ। ਸਭਨਾਂ ਦਾ ਧੰਨਵਾਦ ਕਰਦਾ ਮੈਂ ਆਪਣੇ ਵੀਰ ਜਸਵਿੰਦਰ ਸਿੰਘ ਰਾਜਪੁਰਾ ਜਿਹੜੇ ਸਦਾ ਮੇਰੇ ਨਾਲ ਵੀ ਰਹਿੰਦੇ ਨੇ, ਤੇ ਸਾਡੇ ਅਕਾਲ ਚੈਨਲ ਦਾ ਯੂਨਿਟ ਦਿੱਲੀ, ਤੇ ਮੇਰੇ ਹੋਰ ਵੀਰ ਜਿਹੜੇ ਲਾਈਵ ਕਰ ਰਹੇ ਨੇ। ਇਸ ਆਵਾਜ਼ ਨੂੰ ਘਰ ਘਰ ਤੱਕ ਪੜਾਉਣ ਦਾ ਤਹੱਈਆ ਕੀਤਾ ਜਿਨ੍ਹਾਂ ਨੇ, ਉਹਨਾਂ ਸਾਰੇ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀਆਂ। ਔਰ ਮੈਂ ਚਾਹਾਂਗਾ ਜਿੰਨੇ ਮੇਰੇ ਵੀਰ ਤੇ ਭੈਣਾਂ ਬਾਪੂ ਦੀ ਗੋਦੀ ਵਿੱਚ ਬੈਠੇ ਹੋ, ਕਰੋ ਫਤਿਹ ਦੀ ਸਾਂਝ, ਕਿਉਂਕਿ ਰਾਤ ਦੇ ਸਫ਼ਰ ਬੜੇ ਲੰਬੇਰੇ ਨੇ। ਸਾਰੀ ਰਾਤ ਸਫ਼ਰ ਵਿੱਚ ਲੰਘ ਜਾਣੀ ਹੈ, ਕੱਲ੍ਹ ਦੇ ਵੀ 3 ਸਮਾਗਮ ਨੇ, ਤੇ ਉਹਨਾਂ ਸਮਾਗਮਾਂ ਵਿੱਚ ਵੀ ਅਸੀਂ ਜਾ ਕੇ ਹਾਜ਼ਰੀਆਂ ਭਰਨੀਆਂ ਨੇ। ਜਦੋਂ ਦਿੱਲੀ ਦੀ ਸੰਗਤ ਚੇਤੇ ਕਰੇ ਮੈਂ ਜ਼ਰੂਰ ਹਾਜ਼ਰ ਹੋਵਾਂਗਾ। ਕੋਈ ਵੀ ਰਸਨਾ ਹੁਣ ਭੈਣੋ ਤੇ ਵੀਰੋ ਬਾਂਝੀ ਨਾ ਰਵੇ, ਬੁਲਾਓ ਗੱਜ ਕੇ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।